ਬਸੰਤ ਮਹੱਲਾ ਪਹਿਲਾ ਹਿੰਡੋਰ ਸੌਰੜੀ ਵੱਥ ਸਭ ਕਿਸ ਸਾਂਝੀ ਪੇਵ ਕੜੈ ਧਨ ਵੱਖੇ ਆਪ ਕੁਚੱਜੀ ਦੋਸ਼ ਨਾ ਦਿਓ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ ਅੱਖਰ ਲਿਖੇ ਸੇਈ ਗਾਵਾਂ ਅਵਰ ਨ ਜਾਣਾ ਬਾਣੀ ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ ਅੱਖਰ ਲਿਖੇ ਸੇਈ ਗਾਵਾਂ ਅਵਰ ਨ ਜਾਣਾ ਬਾਣੀ ਰਾਹ ਕੱਢ ਕਸੀਦਾ ਪਹਿਰੈ ਚੋਲੀ ਤਾਂ ਤੁਮ ਜਾਣੋ ਨਾਰੀ ਜੇ ਘਰ ਰੱਖੈ ਬੁਰਾ ਨਾ ਚਖੈ ਹੋਵੇ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਬਿਨਾ ਦੋਏ ਅੱਖਰ ਦੋਏ ਨਵਾ ਪ੍ਰਣਵਤ ਨਾਨਕ ਏਕ ਲੰਘਾਈ ਜੇ ਕਰ ਸੱਚ ਸਮਾਵਾ ਜੇ ਤੂੰ ਪੜਿਆ ਪੰਡਤ ਬਿਨਾ ਦੋਏ ਅੱਖਰ ਦੋਏ ਨਵਾ ਪ੍ਰਣਵਤ ਨਾਨਕ ਏਕ ਲੰਘਾਈ ਜੇ ਕਰ ਸੱਚ ਸਮਾਵਾ ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮਾਂ ਵੇਲੇ ਦੇ ਗੁਰਮਤਿ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਸੋਦਾਰ ਰਹਿਰਾਸ ਦੀ ਪਾਵਨ ਬਾਣੀ ਦੇ ਪਾਠ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਆਪਾਂ ਸਾਰਿਆਂ ਨੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਆਓ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸਦਾ ਆਪਾਂ ਸਾਰਿਆਂ ਨੇ ਹੀ ਬੜੇ ਪਿਆਰ ਨਾਲ ਪਾਠ ਸ਼ਰਵਣ ਕੀਤਾ ਹੈ, ਜਿਸਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਇਹ ਪਾਵਨ ਸ਼ਬਦ ਰਾਗ ਬਸੰਤ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 1171 ਉੱਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਵਾਈਮਾਨ ਹੈ। ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ, ਇੱਕ ਵਾਰ ਕਹਿਣ 'ਤੇ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮਨੁੱਖ ਆਪਣੇ ਜੀਵਨ ਦੇ ਵਿੱਚ ਜਦੋਂ ਕੋਈ ਚੰਗਾ ਕੰਮ ਕਰਦਾ ਹੈ, ਇਨਸਾਨੀ ਫਿਤਰਤ ਹੈ, ਉਹਦਾ ਸਿਹਰਾ ਆਪਣੇ ਸਰਬੰਧ ਹੈ। ਜਦੋਂ ਕੋਈ ਕੰਮ ਮਾੜਾ ਹੋ ਜਾਏ, ਉਹਦਾ ਇਲਜ਼ਾਮ, ਉਹਦਾ ਦੋਸ਼ ਜਾਂ ਆਪਣੇ ਜੀਵਨ ਸਾਥੀ ਦੇ ਉੱਤੇ ਲਾਏਗਾ, ਜਾਂ ਬੱਚਿਆਂ 'ਤੇ ਲਾਏਗਾ, ਜਾਂ ਸਮਾਜ ਵਿੱਚੋਂ ਕਿਸੇ ਰਿਸ਼ਤੇਦਾਰ 'ਤੇ, ਆਪਣੇ ਆਪ ਨੂੰ ਦੋਸ਼ੀ ਮੰਨਣ ਨੂੰ ਤਿਆਰ ਨਹੀਂ ਕਿ ਜੇ ਵਿਗੜਿਆ ਹੈ ਤਾਂ ਇਸ ਵਿਗਾੜ ਵਿੱਚ ਕਿਤੇ ਨਾ ਕਿਤੇ ਮੈਂ ਆਪ ਜ਼ਿੰਮੇਵਾਰ ਹਾਂ। ਇਨਸਾਨੀ ਫਿਤਰਤ ਹੈ, ਸਾਰਿਆਂ 'ਤੇ ਗੱਲਾਂ ਟੁੱਬਦੀਆਂ ਨਹੀਂ ਹੁੰਦੀਆਂ, ਪਰ ਬਹੁਤਾਤ ਸਮਾਜ ਵਿੱਚ ਇਨਸਾਨ ਇੱਦਾਂ ਦਾ ਹੈ। ਘਰਾਂ ਵਿੱਚ ਹੀ ਵੇਖੋ ਤੁਸੀਂ, ਜੇ ਨਿਆਣੇ ਚੰਗੇ ਰਸਤੇ ਪੈ ਜਾਣ
ਤਾਂ ਇਨਸਾਨ ਦੋਵਾਂ ਜੀਆਂ ਦੀ ਆਪਾਂ ਗੱਲ ਕਰਕੇ ਵੇਖੀ ਉੱਥੇ ਕਈ ਵਾਰੀ ਮਰਦ ਪ੍ਰਧਾਨ ਸਮਾਜ ਇਹ ਕਹਿੰਦਾ ਵੀ ਇਹ ਮੇਰੀ ਬਦੌਲਤ ਨਿਆਣੇ ਚੰਗੇ ਪਾਸੇ ਲੱਗੇ ਨੇ ਜੇ ਅੱਜ ਇਹ ਪੈਰਾਂ ਸਿਰ ਖੜ੍ਹੇ ਨੇ ਤਾਂ ਮੈਂ ਇੰਝ ਨਾ ਕਰਦਾ ਤਾਂ ਇੰਝ ਹੋ ਜਾਣਾ ਸੀ ਕਿਤੇ ਪਤਨੀ ਕਹਿੰਦੀ ਹੈ ਵੀ ਜੇ ਬੱਚੇ ਕਾਮਯਾਬ ਹੋਏ ਨੇ ਤਾਂ ਮੇਰੀ ਬਦੌਲਤ ਹੋਏ ਨੇ ਜੇ ਵਿਗੜ ਜਾਣ ਤਾਂ ਮਰਦ ਕਹਿੰਦਾ ਸਾਰੇ ਤੇਰੇ ਲੜ ਪਿਆਰ ਨੇ ਵਿਗਾੜੇ ਨੇ ਵਿਗਾੜ ਅਸੀਂ ਦੂਜੇ ਦੇ ਸਿਰ ਮੜਦੇ ਹਾਂ ਅਤੇ ਜਿਹੜੀ ਚੰਗਿਆਈ ਹੈ ਉਹਦਾ ਸਿਹਰਾ ਮੈਂ ਆਪਣੇ ਸਿਰ ਬੰਨਣਾ ਚਾਹੁੰਦਾ ਤੁਸੀਂ ਸਮਾਜ ਵਿੱਚ ਵੇਖ ਲਓ ਜੇ ਕਿਤੇ ਕੋਈ ਜਥੇਬੰਦੀ ਦੀ ਗੱਲ ਕਰ ਲਓ ਪਰਿਵਾਰ ਦੀ ਗੱਲ ਕਰ ਲਓ ਸਮਾਜ ਦੀ ਗੱਲ ਕਰ ਲਓ ਤੁਸੀਂ 10 ਬੰਦੇ ਰਲ ਕੇ ਕੋਈ ਕੰਮ ਕਰਨ ਚੱਲੇ ਜੇ ਤਾਂ ਉਸ ਕੰਮ ਵਿੱਚ ਕੋਈ ਕਾਮਯਾਬੀ ਹੋ ਗਈ ਤਾਂ ਮਨੁੱਖ ਚਾਹੁੰਦਾ ਵੀ ਇਹ ਮੇਰੇ ਕਰਕੇ ਹੋਇਆ ਮੈਂ ਅਤੇ ਅਸੀਂ ਜੇ ਫਰਕ ਥੋੜ੍ਹਾ ਜਿਹਾ ਹੀ ਹੈ ਪਰਿਵਾਰ ਵਿੱਚ ਸਾਂਝਾ ਜੁਆਇੰਟ ਫੈਮਿਲੀ ਹੋਵੇ ਪਰਿਵਾਰ ਵਿੱਚ ਜੇ ਇੰਨਾ ਬੰਦਾ ਕਹਿ ਦੇਵੇ ਨਾ ਵੀ ਇਹ ਕੰਮ ਅਸੀਂ ਕੀਤਾ ਉਹਦੇ ਵਿੱਚ ਬੱਚੇ ਵੀ ਆ ਜਾਣਗੇ ਸੰਸਥਾਵਾਂ ਵਿੱਚ ਵੀ ਤੁਸੀਂ ਇੱਕ ਸ਼ਬਦ ਹੈ ਜੇ ਬੰਦਾ ਇੰਨਾ ਕਹਿੰਦੇ ਵੀ ਆਹ ਕੰਮ ਸਾਰਾ ਰਲ ਕੇ ਅਸੀਂ ਕੀਤਾ ਉਹ ਅਸੀਂ ਸ਼ਬਦ ਜਿਹੜਾ ਨਾ ਉਹਦੇ ਵਿੱਚ ਜਿਹੜਾ ਲੰਗਰ ਬਣਾਉਣ ਵਾਲਾ ਉਹਦੀ ਉਹ ਵੀ ਸ਼ਮੂਲੀਅਤ ਦੀ ਜਿਹੜਾ ਸਫਾਈ ਕਰਦਾ ਉਹਦੀ ਵੀ ਉਨੀ ਉਹਦੀ ਸ਼ਮੂਲੀਅਤ ਉਹ ਵੀ ਵਿੱਚ ਹੈ ਜੇ ਉੱਥੇ ਮੈਂ ਸ਼ਬਦ ਕਹਿਤਾ ਅਸੀਂ ਸਾਰਿਆਂ ਨੂੰ ਪਾਸੇ ਕਰ ਦਿੱਤਾ ਸ਼ਬਦ ਨਿਗਾ ਜਾਈ ਹੈ ਇਹ ਨਹੀਂ ਪਤਾ ਵੀ ਇਸ ਅਸੀਂ ਵਿੱਚ ਬਹੁਤ ਵੱਡੀ ਤਾਕਤ ਹੈ ਉਹਦੇ ਵਿੱਚ ਤੁਸੀਂ ਇੱਕ ਘਰ ਦੀ ਨੌਕਰਾਣੀ ਨੂੰ ਵੀ ਮਾਣ ਦੇ ਰਹੇ ਹੋ ਜਿਹੜਾ ਤੁਹਾਡੇ ਸਮਾਜ ਵਿੱਚ ਰਹਿਣ ਵਾਲਾ ਸੜਕਾਂ ਦੇ ਗੰਢਿਆਂ 'ਤੇ ਕੰਮ ਕਰਨ ਵਾਲਾ ਇੱਕ ਸਧਾਰਨ ਮਜ਼ਦੂਰ ਬੰਦਾ ਹੈ ਉਹਨੂੰ ਵੀ ਤੁਸੀਂ ਓਨਾ ਹੀ ਮਾਣ ਦੇ ਰਹੇ ਹੋ ਜਿੰਨਾ ਤੁਸੀਂ ਆਮ ਮਾਣ ਲੈਣਾ ਚਾਹੁੰਦੇ ਹੋ ਜੇ ਸਮਾਜ ਵਿੱਚ ਕੋਈ ਸੁਧਰ ਗਿਆ ਹੈ ਤਾਂ ਮਨੁੱਖ ਇੰਨਾ ਕਹਿੰਦੇ ਵੀ ਇਹ ਕੰਮ ਅਸੀਂ ਕੀਤਾ ਭਾਈ ਅਤੇ ਅਸੀਂ ਵੀ ਜੇ ਚੰਗਾ ਹੋਇਆ ਉਹਦਾ ਅਸੀਂ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜੇ ਮਾੜਾ ਹੋਇਆ ਉਹਦੇ ਵਿੱਚ ਕਹਾਂਗੇ ਵੀ ਕਿਤੇ ਨਾ ਕਿਤੇ ਸਾਰਿਆਂ ਦਾ ਹੀ ਕਸੂਰ ਹੈ ਜੇ ਆਪਾਂ ਭ੍ਰਿਸ਼ਟ ਸਮਾਜ ਦੀ ਗੱਲ ਕਰਦੇ ਹਾਂ ਕੀ ਕੇਵਲ 2-4% ਲੋਕ ਹੀ ਜ਼ਿੰਮੇਵਾਰ ਨੇ ਉਹਦੇ ਵਿੱਚ ਹਰ ਇੱਕ ਇਨਸਾਨ ਜ਼ਿੰਮੇਵਾਰ ਹੈ ਇੱਕ ਉਹ ਹੈ ਜਿਹੜਾ ਆਪ ਚੰਗਾ ਹੈ ਪਰ ਭ੍ਰਿਸ਼ਟ ਸਮਾਜ ਨੂੰ ਬਦਲਣ ਵਿੱਚ ਕਰਨਾ ਕੁਝ ਨਹੀਂ ਚਾਹੁੰਦਾ ਬਸ ਉਹ ਇੰਨੇ 'ਚ ਕਹਿ ਰਿਹਾ ਵੇਖੋ ਜੀ ਆਪਾਂ ਤਾਂ ਇਹੋ ਜਿਹੇ ਕੰਮਾਂ 'ਚ ਆਉਂਦੇ ਹੀ ਨਹੀਂ ਇੱਦਾਂ ਤਾਂ ਗੁਰੂ ਨਾਨਕ ਸਾਹਿਬ ਵੀ ਕਹਿ ਸਕਦੇ ਸਨ ਜੇ ਸਮਾਜ ਵਿਗੜਿਆ ਕਹਿੰਦੇ ਆਪਾਂ ਕੀ ਲੈਣਾ ਬਹੁਤ ਵਧੀਆ ਨੌਕਰੀ ਹੈ ਮੇਰੇ ਕੋਲ ਸੂਬੇ ਦਾ ਗਵਰਨਰ ਉਹਦੀ ਇੰਟਰਵਿਊ ਲੈ ਰਿਹਾ ਹੈ ਜਦੋਂ ਮੋਦੀ ਖਾਨੇ ਦੀ ਗੁਰਦੇਵ ਨੂੰ ਨੌਕਰੀ ਦੇਣੀ ਹੈ ਕਿਹੜੀਆਂ ਸੁੱਖ ਸਹੂਲਤਾਂ ਮਹਾਰਾਜ ਦੇ ਕੋਲ ਨਹੀਂ ਸੀ ਅੰਦਾਜ਼ਾ ਲਾ ਕੇ ਵੇਖੋ ਪਤਾ ਤੁਹਾਡੇ ਵਿੱਚ ਜਿਹਨਾਂ ਨੂੰ ਨਨਕਾਣਾ ਸਾਹਿਬ ਜਾਣ ਦਾ ਮੌਕਾ ਬਣਿਆ ਹੋਵੇ 1500 ਏਕੜ ਜ਼ਮੀਨ ਸੀ ਰਾਏ ਬਾਜ਼ਾਰ ਦੀ ਆਪਣੀ ਕਿੰਨੀ ਜੀ 1500 ਏਕੜ 1500 ਕਿੱਲਾ ਜ਼ਮੀਨ 750 ਕਿੱਲਾ ਜ਼ਮੀਨ ਗੁਰੂ ਨਾਨਕ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਅੱਜ ਵੀ ਨਨਕਾਣਾ ਸਾਹਿਬ ਦੇ ਨਾਂ ਬੋਲਦੀ ਹੈ ਤੁਸੀਂ ਹੈਰਾਨ ਹੋ ਗਏ ਇੱਥੇ 100 ਕਿੱਲੇ ਜ਼ਮੀਨ ਵਾਲਾ ਵੀ ਮਾਣ ਨਹੀਂ ਹੈ ਇੰਨੀ ਜ਼ਮੀਨ ਗੁਰੂ ਨਾਨਕ ਸਾਹਿਬ ਨੂੰ ਪ੍ਰਭਾਵਿਤ ਹੋ ਕੇ ਨਾਂ ਲਵਾਈ ਹੋਵੇ ਅਤੇ ਪਿਤਾ ਐਡੇ ਉੱਚੇ ਅਹੁਦੇ 'ਤੇ ਹੋਣ ਕਾਰਜ ਸਾਰੀਆਂ ਸਹੂਲਤਾਂ ਹੋਣ ਕੀ ਲੋੜ ਪਈ ਸੀ ਗੁਰਦੇਵ ਨੂੰ ਆਪਣੇ ਸੁੱਖ ਆਰਾਮ ਛੱਡ ਕੇ ਬਾਹਰ ਤੁਰਨ ਦੀ ਸਮਾਜ ਵਿੱਚ ਕੁਝ ਸੁਧਾਰਨਾ ਚਾਹੁੰਦੇ ਸੀ ਕਈ ਵਾਰੀ ਬੰਦਾ ਕਹਿੰਦਾ ਮੇਰੇ ਬੱਚੇ ਤਾਂ ਸੁਧਰੇ ਮੈਨੂੰ ਕਿਸੇ ਨਾਲ ਕੀ ਕਰਨ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨੇ ਬੱਚੇ ਲਾਇਕ ਨੇ ਸਮਾਜ ਵਿੱਚੋਂ ਤੁਹਾਨੂੰ ਪੂਰੀ ਦੁਨੀਆ 'ਤੇ ਇਹੋ ਜਿਹਾ ਕੋਈ ਲਾਇਕ ਬੱਚਾ ਮਿਲਣਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨੇ ਲਾਇਕ ਸਾਹਿਬਜ਼ਾਦੇ ਨੇ ਤੁਹਾਨੂੰ ਤੁਸੀਂ ਸਮਾਜ ਵਿੱਚ ਲਾਭ ਪਾਓਗੇ 7 ਸਾਲ ਦੇ 9 ਸਾਲ ਦੇ 14 ਸਾਲ ਦੇ 19 ਸਾਲ ਦੇ ਉਹ ਸਾਹਿਬਜ਼ਾਦੇ ਭਰੇ ਦਰਬਾਰ ਵਿੱਚ ਐਡੇ ਸੋਹਣੇ ਸੁਚੱਜੇ ਜਵਾਬ ਦੇ ਰਹੇ ਆ ਕਿ 100 ਸਾਲ ਦੇ ਬੰਦੇ ਤੋਂ ਵੀ ਉਹ ਆਸ ਨਹੀਂ ਲਾ ਸਕਦੇ ਇੱਥੇ 100-70 ਸਾਲ ਦੇ ਬੰਦੇ ਨੂੰ ਖਿੱਚ ਕੇ ਕਹਿਣਾ ਪੈਂਦਾ ਭਾਈ ਇੱਕੋ ਹੀ ਹੈ ਗੁਰੂ ਤੇਰਾ ਕੁਝ ਅਸੂਲਾਂ ਵਾਲਾ ਜੀਵਨ ਜੀਓ ਅਤੇ ਉਹ 7 ਸਾਲ ਦੇ ਸਾਹਿਬਜ਼ਾਦੇ ਵੱਡੇ ਵੱਡੇ ਕਾਜ਼ੀ ਮੌਲਾਨਿਆਂ ਦੀਆਂ ਤਸਮੀਆਂ ਛਡਾ ਰਹੇ ਨੇ ਗੱਲਾਂ ਦੇ ਨਾਲ ਹੁਣ ਦੱਸ ਰਹੇ ਨੇ ਜ਼ਿੰਦਗੀ ਇੱਦਾਂ ਜੀ ਬਤੀਤ ਕਰੀ ਦੀ ਹੈ ਜ਼ਰੂਰੀ ਨਹੀਂ ਕਿ ਜੇ ਸਾਡੇ ਘਰ ਨੂੰ ਅੱਗ ਲੱਗੀ ਮੈਂ ਤਾਂ ਬੁਝਾਉਣ ਤੁਰਨਾ ਹੈ ਇਹ ਜ਼ਰੂਰੀ ਨਹੀਂ ਹੈ ਮੈਂ ਇਸ ਕਰਕੇ ਅੱਗ ਬੁਝਾਉਣ ਤੁਰਨਾ ਕਿ ਜੇ ਮੇਰੇ ਘਰ ਤੋਂ 4 ਕਿੱਲੇ ਦੂਰ ਅੱਗ ਲੱਗੀ ਹੈ ਕਿਤੇ ਉਸ ਅੱਗ ਦੀ ਲਪੇਟ ਵਿੱਚ ਮੇਰਾ ਘਰ ਵੀ ਕਿਤੇ ਨਾ ਆ ਜਾਏ ਅੱਜ ਸਮਾਜ ਵਿੱਚ ਇੰਝ ਹੀ ਹੈ ਨਾ ਬੰਦਾ ਕਹਿੰਦਾ ਮੈਂ ਕੀ ਲੈਣਾ ਤੁਸੀਂ ਆਮ ਸਮਾਜ ਦੀ ਹਾਲਤ ਵੇਖੋ ਕਹਿੰਦਾ ਮੇਰੇ ਬੱਚੇ ਸੈੱਟ ਨੇ ਮੇਰੇ ਬੱਚੇ ਲਾਇਕ ਨੇ ਮੇਰੇ ਬੱਚੇ ਕੰਮ ਕਰਦੇ ਜੇ ਤੇਰੇ ਲਾਇਕ ਨੇ ਤੇਰੇ ਬੱਚੇ ਸੈੱਟ ਨੇ ਤੇਰਿਆਂ ਕੋਲ ਸਭ ਕੁਝ ਹੈਗਾ ਥੋੜ੍ਹਾ ਜਿਹਾ ਸਮਾਜ ਬਾਰੇ ਸੋਚ ਇਹਨਾਂ ਕਦੇ ਪਸ਼ੂ ਵੀ ਕਰੀ ਜਾਂਦੇ ਆਪਣੇ ਬੱਚਿਆਂ ਬਾਰੇ ਇਹਨਾਂ 'ਤੇ ਪੰਛੀ ਵੀ ਕਰੀ ਜਾਂਦੇ ਜੇ ਜੇ ਇਹਨਾਂ ਨੂੰ ਤੂੰ ਕਰਦਾ ਇਹਨੇ ਕਿਤੇ ਪੰਛੀ ਵੀ ਕਰੀ ਜਾਂਦੇ ਨੇ ਥੋੜ੍ਹਾ ਜਿਹਾ ਇਸ ਤੋਂ ਅੱਗੇ ਚੱਲ ਤੁਸੀਂ ਗੰਭੀਰਤਾ ਨਾਲ ਵੇਖਿਓ
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅੱਜ ਇਸ ਬੰਨੇ ਆਉਣ ਨੂੰ ਕੌਣ ਪਿਆਰ ਹੈ ਜੀ? ਭਲਾ ਗੰਭੀਰਤਾ ਨਾਲ ਸੋਚ ਕੇ ਵੇਖੋ ਭਲਾ। ਇੱਕ ਜਿਹੜਾ ਬਹੁਤਾ ਹੀ ਅੱਗੇ ਲੰਘ ਚੁੱਕਾ ਹੈ ਉਹ ਵੀ ਕਹਿੰਦਾ ਆਪਾਂ ਇਹ ਤੋਂ ਕੀ ਲੈਣਾ। ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਇਹ ਕੀਰਤਨ, ਇਹ ਵਿਚਾਰਾਂ, ਇਹਨੂੰ ਸਮਝਣਾ ਇਹ ਸਾਡਾ ਵਿਸ਼ਾ ਥੋੜ੍ਹਾ ਹੈ। ਉਹ ਇਸ ਤੋਂ ਅੱਗੇ ਲੰਘਣਾ ਚਾਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਅੱਜ ਵੱਡੀਆਂ ਵੱਡੀਆਂ ਇਮਾਰਤਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ ਅਤੇ ਉਡੀਕ ਸਿੱਖ ਨੂੰ ਰਿਹਾ ਵੀ ਸਿੱਖਾ ਆਹ ਗੱਲਾਂ ਤਾਂ ਮੈਂ ਤੇਰੇ ਨਾਲ ਕਰਨੀਆਂ ਸੀ, ਕੰਧਾਂ ਵਾਸਤੇ ਬਾਣੀ ਥੋੜ੍ਹਾ ਸੀ। ਚਾਹੇ ਉਹ ਪੰਜਾਬ ਦੀ ਗੱਲ ਹੈ, ਚਾਹੇ ਪੰਜਾਬ ਅਤੇ ਬਾਹਰਲੀਆਂ ਕੰਟਰੀਆਂ ਦੀ ਗੱਲ ਹੈ, ਚਾਹੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੀ ਗੱਲ ਹੈ, ਤੁਸੀਂ ਮੈਂ ਇੱਕ ਥਾਂ ਦੀ ਗੱਲ ਨਹੀਂ ਕਰਦਾ, ਆਪਾਂ ਸਾਰੇ ਸਮਾਜ ਦੀ ਗੱਲ ਕਰੀਏ। ਜਿਹੜੇ ਜਿਹੜੇ ਵੱਡੇ ਗੁਰਦੁਆਰੇ ਬਣੇ ਨੇ, ਜਿਹੜੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਬਣੀਆਂ ਨੇ, ਤੁਹਾਨੂੰ ਇਹ ਨਹੀਂ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਭਾਈ ਉਡੀਕ ਰਹੇ ਨੇ ਵੀ ਕੋਈ ਆਵੇ ਉਹਨਾਂ ਨਾਲ ਦੋ ਗੱਲਾਂ ਕਰੀਏ ਅਸੀਂ? ਇਹ ਗੰਭੀਰਤਾ ਨਾਲ ਸੋਚੋ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਹੈ, ਇਹ ਮਹਿਸੂਸ ਕਰੋ ਕਿ 35 ਮਹਾਂਪੁਰਖ ਇੱਥੇ ਬੈਠੇ ਨੇ। ਗੁਰੂ ਨਾਨਕ ਸਾਹਿਬ ਜੀ ਬੈਠੇ ਉਡੀਕ ਰਹੇ ਨੇ, ਭਗਤ ਰਵਿਦਾਸ ਜੀ ਬੈਠੇ ਉਡੀਕ ਰਹੇ ਨੇ ਵੀ ਆਹ ਜਿਹੜਾ ਗਿਆਨ ਹੈ ਮੈਂ ਵਿਚਾਰਾਂ ਕਿਹਦੇ ਨਾਲ ਕਰਨੀਆਂ? ਤੁਹਾਡੇ ਨਾਲ। ਅਤੇ ਜਿਹੜਾ ਜਿਹੜਾ ਸਰੋਤਾ ਹੈ ਉਹ ਆਪਣੇ ਕੰਮਾਂ 'ਚ ਇੰਨਾ ਦੁਖੀ ਹੈ, ਹੋਣਾ ਹਰ ਬੰਦਾ ਸੁਖੀ ਚਾਹੁੰਦਾ। ਤੁਸੀਂ ਕਿਸੇ ਬੰਦੇ ਨੂੰ ਪੁੱਛ ਕੇ ਵੇਖੋ, ਉਹ ਕਹਿੰਦਾ ਮੈਂ ਸੁਖੀ ਹੋਣਾ ਚਾਹੁੰਦਾ। ਜਿਹੜੇ ਨੂੰ ਤੇ ਗੁਰੂ ਦੀ ਬਾਣੀ ਸਮਝਾਉਂਦੀ ਹੈ ਉਹ ਮਨੁੱਖ ਸਮਝਣ ਨੂੰ ਤਿਆਰ ਨਹੀਂ ਹੈ। ਅਸਲ ਵਿੱਚ ਮਨੁੱਖ ਦਾ ਕਸੂਰ ਇਹ ਹੈ ਕਿ ਉਹਨੇ ਇਸ ਚੀਜ਼ ਨੂੰ ਗੰਭੀਰਤਾ ਨਾਲ ਨਹੀਂ ਲਿਆ, ਗੰਭੀਰਤਾ ਨਾਲ ਕਿ ਇਹ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਜੇ ਬੰਦਾ ਮਨ ਕਰਕੇ ਸੁਖੀ ਹੋਵੇ ਨਾ, ਸਧਾਰਨ ਕੱਪੜਿਆਂ ਨਾਲ, ਸਧਾਰਨ ਸਾਧਨਾ ਨਾਲ ਵੀ ਸਕੂਨ ਦੇ ਨਾਲ ਜ਼ਿੰਦਗੀ ਜਿਉਂਦਾ ਹੈ। ਜੇ ਆਪ ਮਨ ਕਰਕੇ ਅਪਸੈਟ ਹੋਵੇ ਨਾ, ਵੱਡੇ ਵੱਡੇ ਕਾਰੋਬਾਰ, ਵੱਡੇ ਵੱਡੇ ਮਹੱਲ ਵੀ ਬੰਦੇ ਨੂੰ ਖਾਣ ਨੂੰ ਪੈਂਦੇ ਨੇ ਜੇ ਮਨ ਅਪਸੈਟ ਹੋਵੇ ਤਾਂ। ਇੱਕ ਸਟੇਜ ਐਸੀ ਆਉਂਦੀ ਬੰਦੇ ਨੂੰ ਪੈਸਾ ਚਾਹੀਦਾ, ਇੱਕ ਸਟੇਜ ਐਸੀ ਆਉਂਦੀ ਹੈ ਬੰਦੇ ਨੂੰ ਬੱਚੇ ਵੀ ਚਾਹੀਦੇ ਨੇ। ਪਰ ਤੁਸੀਂ ਅੰਦਾਜ਼ਾ ਲਾਓ ਜੇ ਪੈਸੇ ਨਾਲ, ਬੱਚਿਆਂ ਨਾਲ ਹੀ ਸਭ ਕੁਝ ਸਮਾਜ ਵਿੱਚ ਸੁਖੀ ਹੁੰਦਾ ਹੋਵੇ, ਫਿਰ ਤਾਂ ਜਿੰਨਾ ਕੋਲ ਸਭ ਕੁਝ ਹੈਗਾ ਉਹਦੇ ਦੁਖੀ ਹੋਣੇ ਨਹੀਂ ਚਾਹੀਦੇ। ਤੁਹਾਨੂੰ ਸਮਾਜ ਵਿੱਚ ਇੱਦਾਂ ਦੇ ਬੰਦੇ ਮਿਲ ਜਾਣੇ ਨੇ ਜਿਹਨਾਂ ਕੋਲ ਬੱਚੇ ਵੀ ਹੈਗੇ ਨੇ, ਪੈਸਾ ਵੀ ਬੇਅੰਤ ਹੈ, ਸਾਧਨ ਵੀ ਬਹੁਤ ਨੇ, ਪਰ ਫਿਰ ਵੀ ਅਪਸੈਟ ਹੈ, ਸੰਤੁਸ਼ਟ ਨਹੀਂ ਹੈ ਜੀਵਨ। ਇਹਦਾ ਅਰਥ ਇਹ ਚੀਜ਼ਾਂ ਮਨੁੱਖ ਨੂੰ ਸੁਖੀ ਨਹੀਂ ਕਰਨਗੀਆਂ, ਸੁਖੀ ਕਰਨਾ ਮਨੁੱਖ ਨੂੰ ਉਹਦੀਆਂ ਕੰਮਾਂ ਨੇ, ਉਹਦੇ ਅਸੂਲਾਂ ਨੇ। ਜਿਹੜਾ ਸ਼ਬਦ ਆਪਾਂ ਪੜ੍ਹਿਆ ਜੀ 1171 ਅੰਕ 'ਤੇ ਸ਼ਬਦ ਹੈ, ਮੈਂ ਹਰ ਸਟੇਜ 'ਤੇ ਇੱਕ ਬੇਨਤੀ ਕਰਦਾ, ਕਿਸੇ ਪ੍ਰਚਾਰਕ 'ਤੇ ਯਕੀਨ ਨਾ ਕਰੋ ਜੇ ਤੁਹਾਨੂੰ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਯਕੀਨ ਤਾਂ ਕਰ ਲਈਏ, ਆਪ ਕੋਸ਼ਿਸ਼ ਕਰੋ। ਹਮੇਸ਼ਾ ਉਹ ਬੰਦਾ ਥਿੜਕਦਾ ਹੈ ਜਿਹੜਾ ਬੰਦੇ ਕੋਲ ਪੁੱਛੀਆਂ ਪਛਾਈਆਂ। ਮੈਨੂੰ ਅੱਜ ਵੀ ਯਾਦ ਹੈ ਵੀ ਕੈਨੇਡਾ ਦੀ ਧਰਤੀ 'ਤੇ ਇੱਕ ਵੀਰ ਮੈਨੂੰ ਸਿੱਧੇ ਜਿਹੇ ਕਹਿੰਦਾ, ਕਹਿੰਦਾ ਜੀ 100 ਪ੍ਰਚਾਰਕ ਆਉਂਦਾ ਹੈ, ਹਰ ਬੰਦਾ ਆਪਣੀ ਆਪਣੀ ਗੱਲ ਕਰ ਜਾਂਦਾ, ਅਸੀਂ ਕਿੱਦਾਂ ਯਕੀਨ ਕਰੀਏ ਕਿਹੜੀ ਗੱਲ ਸਹੀ ਹੈ ਅਤੇ ਕਿਹੜੀ ਗੱਲ ਗਲਤ ਹੈ? ਉਹਦਾ ਸਵਾਲ ਬੜਾ ਵਜ਼ਨਦਾਰ ਸੀ। ਪਰ ਜਿਹੜੀ ਮੈਂ ਉਦਾਹਰਨ ਦਿੱਤੀ ਨਾ, ਕੋਸ਼ਿਸ਼ ਕਰੇ, ਮੈਂ ਆਪਣੇ ਵੱਲੋਂ ਸਮਝਾਉਣ ਦੀ ਜ਼ਰੂਰੀ ਨਹੀਂ ਕਿ ਮੈਂ ਬਹੁਤ ਵੱਡਾ ਸਿਆਣਾ ਵਿਦਵਾਨ ਹਾਂ ਵੀ ਉਹਦੇ ਖਾਨੇ 'ਚ ਗੱਲ ਪਾ ਦਿੱਤੀ ਹੋਏਗੀ, ਉਹਨੂੰ ਸਮਝਾ ਦਿੱਤੀ, ਪਰ ਮੈਂ ਕੋਸ਼ਿਸ਼ ਕੀਤੀ ਕਿ ਉਹਦੇ ਨਾਲ ਕੋਈ ਗੱਲ ਤੋਰ ਸਕਾਂ। ਅਸੀਂ ਰੱਬ ਵੱਲੋਂ ਪ੍ਰਸ਼ਾਦਾ ਛਕਣ ਲੱਗੇ ਸੀ। ਮੈਂ ਕਿਹਾ ਜੀ ਇਹ ਗੱਲ ਪੱਕੀ ਹੈ? ਕਹਿੰਦੇ ਬਿਲਕੁਲ, ਵੀ 100-150 ਪ੍ਰਚਾਰਕ ਆਉਂਦਾ ਹੈ, ਕੋਈ ਇੰਝ ਸੁਣਾ ਜਾਂਦਾ, ਕੋਈ ਇੰਝ ਸੁਣਾ, ਅਸੀਂ ਕਿਹਦੇ ਯਕੀਨ ਕਰੀਏ? ਮੈਂ ਕਿਹਾ ਸਵਾਲ ਬੜਾ ਵਧੀਆ ਤੁਹਾਡਾ। ਪ੍ਰਸ਼ਾਦਾ ਛਕਣ ਲੱਗੇ ਸੀ, ਸਾਹਮਣੇ ਡਾਇਨਿੰਗ ਟੇਬਲ ਦੇ ਉੱਤੇ ਜੋ ਅਸੀਂ ਪ੍ਰਸ਼ਾਦਾ ਛਕਣ ਲੱਗੇ, ਜੋ ਸਾਡੇ ਕੋਲ ਸਾਧ ਹੁੰਦੇ ਨੇ, ਪਲੇਟਾਂ ਪਈਆਂ ਹੁੰਦੀਆਂ ਨੇ, ਕੋਲੀਆਂ ਹੁੰਦੀਆਂ ਨੇ, ਚਿਮਚੇ ਹੁੰਦੇ ਨੇ, ਮੈਂ ਹੱਥ ਵਿੱਚ ਇੱਕ ਚਮਚਾ ਫੜਿਆ। ਮੈਂ ਕਿਹਾ ਇਹਨੂੰ ਕੀ ਕਹੋਗੇ ਤੁਸੀਂ? ਤੁਸੀਂ ਇੰਗਲਿਸ਼ ਸਪੂਨ ਕਹਿ ਦੋਗੇ, ਮੈਂ ਪੰਜਾਬੀ 'ਚ ਨੂੰ ਚਮਚਾ ਕਹਿ ਦੇਵਾਂਗਾ। ਪਰ ਜੇ ਕੋਈ ਬੰਦਾ ਇਹਦਾ ਨਾਂ ਰੱਖ ਦੇਵੇ ਕਿ ਇਹ ਥਾਲੀ ਹੈ, ਤੁਸੀਂ ਮੰਨ ਲਓਗੇ? ਕਿਉਂ ਸਾਹ ਸੰਗਤ ਜੀ, ਮੈਂ ਹੱਥ ਵਿੱਚ ਚਮਚਾ ਫੜ ਕੇ ਕਹਾਂ ਜੀ ਇਹ ਥਾਲੀ ਹੈ, ਤੁਸੀਂ ਯਕੀਨ ਕਰ ਲਓਗੇ ਜੀ? ਮੈਂ ਕਿਹਾ ਹੋਵੇ ਚਮਚਾ ਤੇ ਮੈਂ ਇਹਨੂੰ ਕਹਾਂ ਥਾਲੀ ਹੈ। ਇੱਕ ਬੰਦਾ ਚਮਚੇ ਦਾ ਨਾਂ ਥਾਲੀ ਰੱਖ ਦੇਵੇ, ਦੂਜਾ ਬੰਦਾ ਕਹੇ ਕੱਪ ਹੈ, ਤੀਜਾ ਬੰਦਾ ਕਹੇ ਟਰੇ ਹੈ, ਚੌਥਾ ਬੰਦਾ ਕਹੇ ਜੱਗ ਹੈ, ਇਸ ਚਮਚੇ ਦਾ 1000 ਨਾਂ ਕੋਈ ਲੈ ਦੇਵੇ, 1000 ਨਾਂ ਅਲੱਗ ਅਲੱਗ, ਪਰ ਤੈਨੂੰ ਕਹੇ ਸ਼ਰਤ ਰੱਖ ਇਹ ਫਰਿੱਜ ਹੈ, ਸ਼ਰਤ ਰੱਖ ਇਹ TV ਹੈ, ਸ਼ਰਤ ਰੱਖ ਇਹ ਪਲੇਟ ਹੈ, ਤੂੰ ਕਹੇਗਾ ਭਾਵੇਂ ਅਰਬਾਂ ਦੀ, ਮਿਲੀਅਨ ਡਾਲਰਾਂ ਦੀ ਸ਼ਰਤ ਰੱਖ ਲਓ, ਮੈਂ ਗਰੰਟੀ ਨਾਲ ਕਹਿੰਦਾ ਇਹ ਚਮਚਾ ਹੀ ਹੈ। ਮੈਂ ਕਿਹਾ ਇੰਨੇ ਵਿਸ਼ਵਾਸ ਨਾਲ ਕਿਉਂ ਕਹਿਣਾ? ਕਹਿੰਦਾ ਕਿਉਂਕਿ ਮੈਨੂੰ ਪਤਾ ਮੈਂ ਚਮਚਾ ਵੇਖਿਆ। ਮੈਂ ਕਿਹਾ ਇੰਨਾ ਦਾਅਵਾ ਕੀਤਾ? ਮੈਂ ਕਿਹਾ ਇੱਥੋਂ ਆਪਣੇ ਘਰ ਨੂੰ ਜਾਂਦੇ ਹਾਂ, ਆਪਾਂ ਆਪਣੇ ਘਰ ਨੂੰ ਜਾਣਾ, ਹੁਣ ਤੁਸੀਂ ਵੀ ਆਪਣੇ ਘਰ ਤੋਂ ਚੱਲ ਕੇ ਆਏ ਜੀ, ਸਾਨੂੰ ਕਦੀ ਆਪਣਾ ਘਰ ਦਾ ਐਡਰੈਸ ਭੁੱਲਦਾ ਜੀ? ਅੱਖਾਂ ਮੀਟ ਕੇ
ਅਸੀਂ ਨਾਲ ਨਾਲ ਗੱਲ ਕਰ ਰਹੇ ਹਾਂ ਨਾ ਫੋਨ 'ਤੇ, ਆਪਣੇ ਆਪ ਗੱਡੀ ਸਾਡੇ ਘਰ ਨੂੰ ਮੁੜਦੀ ਜਾਂਦੀ। ਪਰ ਜੇ ਕਿਸੇ ਦੇ ਘਰ ਜਾਣਾ ਹੋਵੇ, ਇੱਦਾਂ ਗੱਲਾਂ ਕਰਦੇ ਕਰਦੇ ਜਾ ਸਕਦੇ, ਉੱਥੇ ਚੇਤਾ ਰੱਖਣਾ ਪੈਣਾ ਵੀ ਕਿਤੇ ਮੈਂ ਹੋਰ ਦੇ ਘਰ ਮੈਂ ਚਲਾ ਜਾਵਾਂ। ਆਪਣੇ ਘਰ ਬਾਰੇ ਭੁਲੇਖਾ ਕਿਉਂ ਨਹੀਂ ਪੈਂਦਾ ਬੰਦੇ ਨੂੰ? ਕਿਉਂਕਿ ਆਪਣੇ ਘਰ ਬਾਰੇ ਜਾਣ ਦੀ ਇੰਨੀ ਪ੍ਰੈਕਟਿਸ ਹੋ ਚੁੱਕੀ ਹੈ ਵੀ ਸੁਰਤ ਵਿੱਚੋਂ ਗੱਲ ਬੈਠ ਗਈ ਹੈ, ਉਹ ਗੱਲ ਘਰ ਕਰ ਚੁੱਕੀ ਹੈ। ਮੈਂ ਕਿਹਾ ਜਿੰਨੇ ਵਿਸ਼ਵਾਸ ਨਾਲ ਤੁਸੀਂ ਸ਼ਰਤ ਲਾ ਲਈ ਵੀ ਇਹ ਚਮਚਾ ਹੀ, ਹਜ਼ਾਰਾਂ ਬੰਦੇ ਦਾ ਅਲੱਗ ਅਲੱਗ, ਮੈਂ ਕਿਹਾ ਜੀ ਹਜ਼ਾਰ ਬੰਦੇ ਦਾ ਅਲੱਗ ਅਲੱਗ ਨਾਂ ਲੈਣ, ਤੁਸੀਂ ਉਹਨਾਂ 'ਤੇ ਯਕੀਨ ਨਹੀਂ ਕਰਨਾ ਕਿਉਂਕਿ ਤੁਹਾਨੂੰ ਭਰੋਸਾ ਵੀ ਇਹ ਚਮਚਾ ਹੈ। ਕਹਿੰਦੇ ਬਿਲਕੁਲ। ਮੈਂ ਕਿਹਾ ਗੁਰਮਤਿ 'ਤੇ ਇੱਦਾਂ ਯਕੀਨ ਕਿਉਂ ਨਹੀਂ ਹੁੰਦਾ ਸਾਨੂੰ? ਜਦੋਂ ਮੈਂ ਖੁਦ ਗੁਰਮਤਿ ਸਮਝ ਲਈ, ਹਜ਼ਾਰ ਬੰਦੇ ਆਣ ਕੇ ਅਲੱਗ ਅਲੱਗ ਕਿਸਮ ਦੀ ਵਿਆਖਿਆ ਕਰਨਗੇ, ਮੈਂ ਸਕਿੰਟਾਂ 'ਚ ਪਛਾਣ ਜੂੰਗਾ ਇਹਨਾਂ ਹਜ਼ਾਰ ਬੁਲਾਰਿਆਂ ਵਿੱਚੋਂ ਕਿਹਨੇ ਗੁਰੂ ਦੀ ਬਾਣੀ ਮੁਤਾਬਕ ਗੱਲ ਕੀਤੀ ਹੈ ਅਤੇ ਕਿਹਨੇ ਗੁਰੂ ਦੀ ਬਾਣੀ ਦੇ ਉਲਟ ਗੱਲ ਕੀਤੀ ਹੈ। ਕੋਈ ਸਾਧਸੰਗ ਜੀ ਕੁਛ ਸਮਝ ਆਈ ਤਾਂ ਅੱਗੇ ਚੱਲੀਏ। ਜਿਸ ਸਰੋਤੇ ਨੇ ਖੁਦ ਗੁਰਬਾਣੀ ਨੂੰ ਆਪ ਮੰਥਣਾ ਸ਼ੁਰੂ ਕਰ ਦਿੱਤਾ, ਕੋਈ ਰਾਗੀ, ਕੋਈ ਢਾਡੀ, ਕੋਈ ਪ੍ਰਚਾਰਕ ਗੁਰਦੁਆਰੇ ਆਣ ਕੇ ਜਦੋਂ ਗੱਲ ਕਰੇਗਾ, ਜਿਵੇਂ ਭੈਣਾਂ ਘਰ 'ਚ ਚੌਲ ਬਣਾਉਂਦੀਆਂ ਨੇ, ਦਾਲ ਬਣਾਉਂਦੀ, ਸਾਰੀ ਦਾਲ ਬਾਹਰ ਕੱਢ ਕੇ ਚੈੱਕ ਕਰਨ ਦੀ ਲੋੜ ਪੈਂਦੀ? ਮੇਰੀਆਂ ਮਾਵਾਂ ਬੈਠੀਆਂ ਨੇ, ਸਤਿਕਾਰਯੋਗ ਭੈਣਾਂ ਬੈਠੀਆਂ ਨੇ, ਸਾਰੀ ਦਾਲ ਬਾਹਰ ਕੱਢ ਕੇ ਵੇਖਣੀ ਪੈਂਦੀ ਹੈ ਵੀ ਬਣ ਗਏ? ਸਿਰਫ ਕੜਛੀ ਦੇ ਨਾਲ ਇੱਕ ਚੌਲਾਂ ਦੇ ਦਾਣੇ ਨੂੰ ਫੇਰ ਕੇ ਵੇਖਿਆ ਜਾਂਦਾ ਵੀ ਚੌਲ ਪੱਕ ਗਏ ਨੇ। ਬੁਲਾਰੇ ਦੀ ਇੱਕ ਅੱਧੀ ਗੱਲ ਤੋਂ ਜੱਜਮੈਂਟ ਹੋ ਜਾਣੀ ਹੈ ਇਹ ਕਿੰਨਾ ਕੁ ਗੁਰਮਤ ਦੀ ਗੱਲ ਕਰ ਰਿਹਾ ਅਤੇ ਕਿੰਨਾ ਗੁਰਮਤ ਤੋਂ। ਭਲਾ ਇਹ ਜੱਜਮੈਂਟ ਅਸੀਂ ਕਰ ਪਾ ਰਹੇ ਜੀ ਅੱਜ ਦੇ ਸਮੇਂ 'ਚ? ਹੁਣ ਸਾਧਸੰਗ ਬੋਲੋ ਗੁਰੂ ਕੇ ਪਿਆਰਿਓ, ਕੱਲ੍ਹ ਹੁਣ ਤਿਆਰ ਹੋਣ ਲੱਗਿਆ ਘਰੋਂ ਸੋਚੇ ਨਾ ਵੀ ਇਹਦੇ ਉਲਟੇ ਪੁਲਟੇ ਸਵਾਲ ਹੋਣ ਲੱਗ ਪਏ ਕੀ ਲੈਣ ਲੈਣਾ ਉੱਥੇ। ਹੁਣ ਤੁਹਾਡੇ ਨਾਲ ਹੀ ਗੱਲਾਂ ਕਰਨੀਆਂ ਸਾਧਸੰਗ ਜੀ, ਕੰਧਾਂ ਨਾਲ ਤੇ ਪ੍ਰਚਾਰਕ ਗੱਲਾਂ ਕਰ ਨਹੀਂ ਸਕਦਾ। ਕਦੀ ਇਹ ਮਨ 'ਚ ਆਇਆ ਵੀ ਜਦੋਂ ਕੋਈ ਰਾਗੀ ਢਾਡੀ ਪ੍ਰਚਾਰਕ ਇਹਦੇ ਬੋਲਣੇ ਸ਼ੁਰੂ ਕਰੇ ਤਾਂ ਸਾਨੂੰ ਅਸੀਂ ਨਾਲ ਨਾਲ ਮੰਥਣ ਕਰੀਏ ਵੀ ਮੈਂ ਪਰਸੋਂ ਸ਼ਬਦ ਆ ਪੜਿਆ ਸੀ ਉਹਦੀ ਮੀਨਿੰਗ ਇੰਝ ਮੈਂ ਮਹਿਸੂਸ ਕੀਤੀ, ਇਹ ਤਾਂ ਉਲਟ ਹੋ ਰਹੀ ਹੈ ਗੱਲ। ਅੱਜ ਕੋਈ ਪ੍ਰਚਾਰਕ ਨੂੰ ਸਵਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕੀਤਾ ਜਾ ਰਿਹਾ ਵੀ ਮੈਂ ਆਹ ਪੜਿਆ ਸੀ ਬਾਣੀ, ਸਵਾਲ ਕਿਹੜੇ ਨੇ? ਸਾਡੇ ਬਾਬਾ ਜੀ ਆਹ ਕਹਿੰਦੇ ਸੀ, ਸਾਡੇ ਬਾਬਾ ਜੀ ਆਹ ਕਹਿੰਦੇ ਸੀ, ਅਸੀਂ ਫਲਾਣੇ ਪ੍ਰਚਾਰਕ ਨੂੰ ਆਹ ਸੁਣਿਆ। ਉਹ ਸੁਣਿਆ ਹੋਏਗਾ ਭਾਈ, ਨਾ ਬਾਬਾ ਰੱਬ ਹੈ ਨਾ ਪ੍ਰਚਾਰਕ ਰੱਬ ਹੈ, ਇਨਸਾਨ ਗਲਤੀਆਂ ਦਾ ਪੁਤਲਾ ਹੈ। ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਗੁਰੂ ਗ੍ਰੰਥ ਸਾਹਿਬ 'ਚ ਆ ਲਿਖਿਆ ਸਮੱਸਿਆ ਹੈ। ਕੋਈ ਆ ਜਾਣ ਕਵੇ ਜੀ ਮੈਂ ਫਲਾਣੇ ਪ੍ਰਚਾਰਕ ਕੋਲੋਂ ਆਹ ਸੁਣਿਆ, ਕੱਲ੍ਹ ਨੂੰ ਅਸੀਂ ਮਰ ਜਾਈਏ ਹੋਰ 5 ਸਾਲਾਂ ਨੂੰ, ਕੋਈ ਸਾਡੀ ਗੱਲ ਕਵੇ ਜੀ ਫਲਾਣੇ, ਅਸੀਂ ਗਲਤ ਹੋ ਸਕਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹਦਾ ਸਿਧਾਂਤ ਗਲਤ ਨਹੀਂ ਹੋ ਸਕਦਾ। ਅਸੀਂ ਅਸੀਂ ਗੁਰਮਤ ਦੀ ਗੁਰਮਤ ਨੂੰ ਅੱਜ ਇੰਝ ਹੋ ਰਿਹਾ ਜਿਹੜੇ ਪੁਰਾਣੇ ਪ੍ਰਚਾਰਕ ਚੜ੍ਹਾਈ ਕਰ ਚੁੱਕੇ ਨੇ। ਅੱਜ ਬਹੁਤੇ ਸਰੋਤੇ ਕੀ ਕਹਿੰਦੇ, ਮੈਨੂੰ ਤਾਂ 50 ਸਾਲ ਹੋ ਗਏ ਜਿਹਨੂੰ ਸੁਣਦੇ ਆ। ਉਹ ਭਾਈ ਭਾਵੇਂ 100 ਸਾਲ ਵੀ ਕਿਉਂ ਨਾ ਹੋ ਗਏ ਹੋਣ, ਕਸਵੱਟੀ ਸਾਡੀ ਇਹ ਨਹੀਂ ਹੈ, ਕਸਵੱਟੀ ਇਹ ਹੈ ਕਿ ਜਦੋਂ ਸਰੋਤੇ ਨੇ ਖੁਦ ਗੁਰਮਤ ਸਮਝ ਲਈ, ਆਪ ਵਿਚਾਰਨ ਲੱਗ ਪਿਆ, ਭਾਵੇਂ ਅੱਧਾ ਅੰਕ ਰੋਜ਼ ਪੜ੍ਹੇ, ਭਾਵੇਂ 2 ਪੜ੍ਹੇ, ਭਾਵੇਂ 3 ਪੜ੍ਹੇ, ਆਪਣੇ ਆਪ ਅੰਦਰ ਹਲਚਲ ਹੋਏਗੀ, ਬਾਣੀ ਕੁਝ ਹੋਰ ਕਹਿ ਰਹੀ ਹੈ, ਮੈਂ ਕੁਝ ਹੋਰ ਕਰ ਰਿਹਾ। ਅੱਜ ਲੜਨ ਨੂੰ ਕੌਣ ਹੁੰਦਾ ਭਲਾ ਜਿਹਨੂੰ ਗੁਰਮਤ ਦਾ ਨਹੀਂ ਪਤਾ? ਜਿਹਨੂੰ ਗੁਰਮਤ ਦਾ ਨਹੀਂ ਪਤਾ, ਜਿਹਦੇ ਕੋਲ ਪੁੱਛਿਆ ਪਛਾਇਆ ਸਵਾਲ ਹੈ ਵੀ ਉਹਨੇ ਆਹ ਕਹਿਤਾ ਜੀ, ਉਹਨੇ ਆਹ ਕਹਿਤਾ ਜੀ, ਅੱਜ ਆਹ ਸਮੱਸਿਆਵਾਂ ਨੇ ਸਾਡੇ ਸਮਾਜ ਵਿੱਚ। ਜਦੋਂ ਤੁਸੀਂ ਸੱਚ ਦੇ ਤੇ ਯਾਦ ਰੱਖਣਾ, ਜਦੋਂ ਤੁਸੀਂ ਸੱਚ ਦੀ ਵਿਚਾਰ ਲੈ ਕੇ ਕਰੋਗੇ ਨਾ, ਤਾਂ ਸੁਭਾਵਿਕ ਹੈ ਜਦੋਂ ਸੱਚ ਦਾ ਤੁਸੀਂ ਸੂਰਜ ਲੈ ਕੇ ਤੁਰੋਗੇ ਅਤੇ ਜਿਸ ਉੱਲੂ ਨੂੰ ਚਾਨਣ ਵੇਖਣ ਦੀ ਆਦਤ ਨਹੀਂ, ਉਹ ਵਿਰੋਧ ਵਿੱਚ ਜ਼ਰੂਰ ਖੜਾ ਹੋਏਗਾ। ਉਹ ਕਹੇਗਾ ਮੈਂ ਇਹ ਸੂਰਜ ਉਹਦੇ ਹੋਣ ਹੀ ਨਹੀਂ ਦੇਣਾ, ਮੈਂ ਜੇ ਸੂਰਜ ਚੜ੍ਹ ਗਿਆ ਤਾਂ ਮੈਨੂੰ ਕਿਹਨੇ ਪੁੱਛਣਾ? ਉਹ ਹਨੇਰੇ ਦਾ ਆਦੀ ਹੈ। ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖੀ ਅਸੀਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਕਿੰਨਾ ਪੜ੍ਹਦੇ ਹਾਂ, ਜਿਸ ਪੌੜੀ ਨੂੰ ਭਲਾ ਕਿਹੜੀ ਪੌੜੀ ਹੈ ਜੀ ਭਲਾ? ਮੈਂ ਸਿਰਫ ਇੱਕ ਬੁਝਾਰ ਦੀ ਪਾਈ ਹੈ, ਤੁਸੀਂ ਅੰਦਾਜ਼ ਲਾ ਕੇ ਚਲੇ ਗਏ ਹੋਣੇ ਜਿਹੜੇ ਪੜ੍ਹਨ ਵਾਲੇ। ਸਤਿਗੁਰ ਨਾਨਕ ਪ੍ਰਗਟਿਆ, ਹੁਣ ਪ੍ਰਗਟ ਗੁਰੂ ਨਾਨਕ ਸਾਹਿਬ ਹੋਏ ਨੇ ਤੇ ਮਿਟ ਗਈ ਧੁੰਦ, ਇੱਥੇ ਕੋਈ ਤਾਲਮੇਲ ਬਣਦਾ ਜੀ? ਧੁੰਦ ਕਿਹੜੀ ਹੁੰਦੀ ਭਲਾ? ਕਿਉਂ ਸਾਧਸੰਗ ਜੀ ਬੋਲੋ ਜੀ, ਜਿਹੜੀ ਆ ਧੁੰਦ ਪੈਂਦੀ ਹੈ, ਹੁਣ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ ਤੇ ਮਿਟ ਗਈ ਧੁੰਦ, ਜੇ ਮੈਨੂੰ ਅੱਜ ਤੱਕ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਨਾਲ ਧੁੰਦ ਮਿਟਣ ਦਾ ਨਾ ਪਤਾ ਲੱਗਾ ਤੇ ਮੇਰੀਆਂ ਪ੍ਰਭਾਤ ਫੇਰੀਆਂ ਕੇਸਰ, ਮੇਰਾ ਨਗਰ ਕੀਰਤਨਾਂ ਦੇ ਵਿੱਚ ਨਵੇਂ ਨਵੇਂ ਕੱਪੜੇ ਪਾ ਕੇ ਮਹਾਰਾਜ ਦੇ ਸਰੂਪ ਦੇ ਪਿੱਛੇ ਘੁੰਮਣ ਦਾ ਅਰਥ ਕੀ ਰਹਿ ਗਿਆ, ਜਿਹਨੂੰ ਅੱਜ ਤੱਕ ਇਹ ਨਾ ਪਤਾ ਲੱਗਾ ਵੀ ਕਿਹੜੀ ਧੁੰਦ ਦੀ ਗੱਲ ਹੋ ਰਹੀ ਹੈ ਇੱਥੇ। ਸਤਿਗੁਰੂ ਨਾਨਕ ਪ੍ਰਗਟਿਆ,
मिटी तोंदा जग चानन हुआ ज्यों कर सूरज निकलिया ज्यों 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 ही गुरु नानक दी विचारधारा दा सूरज निकलिया ज्यों कर सूरज निकलिया तारे शप अंधेर पलोआ अंधेर दूर हो गया ज्यों ही सूरज उदय होया सतगुरु नानक प्रगटिया मिट्टी तोंद जग चानन हुआ ज्यों कर सूरज निकलिया तारी शप अंधेर पुलोआ सिंह बुकै मृगावली फनी जाए ना तीर तरोआ। दो शब्द वरते गुरु नानक साहब के प्रति भाई गुरदास जी, एक शेर एक सूरज। ते जंगल में भी जिन्हें मर्जी ताकतवर जानवर होने पर राजा शेर ही मनिया जाता है। शेर की गर्ज नाल सारे भजदे ने गे। जदों गुरु नानक साहब की विचारधारा बबर शेर की तरह गरजी ते हिरना की न्याय जिहड़े पखंडी सन जिहड़े काम दिलिए सन जिहड़े कमजोर सन जिहड़े लोगों को गुमराह कर रहे सन वो इस विचारधारा दे अगे टिक ना पाए। अज भी जिहड़ा रागी जिहड़ा ढाडी जिहड़ा प्रचारक कि संपर्दा चो पढ़िया है किसी डेरे चो पढ़िया है जिहड़ा बाबिया दीआं साखियां सुनावे करामाती साखियां सुनावे गपौर सुनावे कोई विरोध नहीं करेगा। जिन्हें गुरु ग्रंथ साहिब के शब्द को आधार बना के गल करनी शुरू की थी, विरोध में खड़े हो जाएंगे। देख लो समाज में चेंज है। करामाती साखियां सुनावे बल्ले बल्ले क्यों? क्योंकि ये अंदर हलचल नहीं मचाती। यह बंदा है वह जहाँ चाहता टीवी सीरियल यह पेश किए जा रहे फिल्म वह जी बन रही ने करामाती फिल्मों भी यह कुछ होंगे अखा की जोत चले गई है बंदे की वह बंदा धार्मिक स्थान गया उतों एक दीवा जगता आया ए अख सिर च वजा नाल कैमरा लगा हों ए धुंधली जी आती है डॉक्टर कहते भी ए तो अखा ठीक नहीं हो सकदियाँ वो पंजा मिनटा च फिल्म वेंद हीरो उठ के तुर लग पैंदा बंदा कहता लै मेरी क्यों ना गल बनेगी वो कमलिया तेनों वो हीरो ने वो तो मरते भी हैं फिल्मों पर फिल्माया ऐसा गया ना जिदा का बंदा वेख रहा तुम लगता नहीं उदा होगा। नाटक वेख वेख के बंदा नौटंकीबाज नहीं हो गया? नाटक वेख वेख के बंदा जो जिदा का वेख रहा उदा का खुराक केवल खानी थोड़ा होती है। आप कहने चंगा खाओ चंगी खुराक खाओ शरीर ठीक रहेगा तो खुराक केवल जोड़ा मूँह ना खाने वो खुराक है वेखना भी तो खुराक है। जो तू गलत वेख रहा वह असर भी तो तेरे जीवन से हो रहा कि नहीं हो रहा? तू करामाती चीजा वेखी जाना वह असर तेरे जीवन से हो ही जाता। तेरे कोई लत दुखदी है बांह दुखदी है कोई प्रॉब्लम आती है फलाने थान से करामाती बाबा जी है उतों आ चीज ठीक करा लिया। आप कर्म कांड पखंड क्यों आया? क्योंकि असी गुरु की बाणी आप समझना विचारना शुरू नहीं किया। हुण गुरु नानक साहब जी की कहते हैं मेरे साहेबा हे मेरे रब जी हाउ आपे परम भुलाणी। हे मेरे रब जी जे अज मैं भरमा विच पिया होया तो यदा जिम्मेवार मैं सारे कहो एक बार यदा जिम्मेवार मैं आप यदा जिम्मेवार ना मेरी पत्नी है ना मेरा पति है ना मेरे बच्चे ने ना मेरी माँ है ना मेरा दादा है ना मेरी दादी है क्योंकि मैं नहीं समझिया। जे मैं अज नहाता नहीं है इशनान नहीं किया यदा जिम्मेवार कौन है जी? कभी गुआढ़ियों का दोष कटे आप बोलो सत्संग जी कभी किसी जिम्मेवार ठहराया? जे मैं अपनी गड्डी अज साफ नहीं की सवेरे उठ के कहीं गुआढ़ियों का दोष कटिया मैं कौन जिम्मेवार है जी? मैं आप। मेरे साहेबा हाउ आपे परम भुलाणी। मेरे साहेब जी मैं आपे ही भरमा विच भुला होया। मेरे साहेबा हाउ आपे परम भुलाणी अखर लिखे से गावा अवर न जाना बाणी। हुण आम करके इन्हां शब्दां दे अर्थ पता की कीते जांदे ने? मैं तां बार बार अंक दस रहा भी एक बार खुद जाके पढ़िओ। आम इहदे अर्थ इह कीते जांदे ने संप्रदाय डेरेदारां वल्लों भी जो अखर जिद्दां गुरु ग्रंथ साहिब च लिखे ने इदां ही गाउणे चाहीदे ने। आम इहदे अर्थ इह कीते जांदे ने कि इह गल सच है भी जिद्दां लिखिआ इदां ही गाउणा। तुसीं ते एक ओंकार तो शुरू हो जाओ सोचै सोच न हो गई जे सोची लख वार चुपै चुप सास नहीं चुपै चुप ना उत्थे नन्ना कला ही है उन्होंने कोई मात्रा नहीं लगी।
ਤੁਸੀਂ ਜਾ ਕੇ ਪੋਥੀਆਂ ਤੋਂ ਗੁੱਟ ਕੇ ਤੁਸੀਂ ਚੈੱਕ ਕਰਿਓ, ਸੋਚਿਆ ਸੋਚ ਨਾ ਹੋਵੇ ਨਾ। ਜਦੋਂ ਤੁਸੀਂ ਕੂੜੇ ਆਣੇ ਤੇ ਨੰਨਾ ਪੜ੍ਹਦੇ ਹੋ, ਕਿੱਦਾਂ ਪੜ੍ਹਦੇ ਆਪਾਂ? ਉੱਥੇ ਨਾ ਪੜ੍ਹਦੇ ਕਿ ਨੰਨਾ ਪੜ੍ਹਦੇ ਹਾਂ? ਇੱਥੇ ਇਕੱਲਾ ਨੰਨਾ ਹੀ ਲਿਖਿਆ, ਆਪਾਂ ਕਿੱਦਾਂ ਪੜ੍ਹੇ? ਜੇ ਤੇ ਅੱਖਰ ਲਿਖੇ ਸਹੀ ਗਾਵਾਂ ਤੇ ਕਿੱਦਾਂ ਪੜ੍ਹੋਗੇ ਫਿਰ? ਇੱਥੇ ਸੋਚਿਆ ਸੋਚ ਨੰਨਾ ਕਹਾਂਗੇ, ਉੱਥੇ ਪੜ੍ਹਨੇ ਤਾਂ ਨਾ ਅੱਖਰ ਲਿਖੇ ਸਹੀ ਗਾਵਾਂ, ਇੱਥੇ ਕਿਉਂ ਕੰਨਾ ਲਾਇਆ ਕੋਲੋਂ ਆਪਣੇ? ਸਤਿਗੁਰ ਹੋਏ ਦਿਆਲ, ਪੜ੍ਹੋ ਜੀ, ਤਾਂ ਸ਼ਰਧਾ ਪੂਰੀ ਹੈ। ਉੱਥੇ ਵੀ ਤੱਤਾ ਇਕੱਲਾ ਹੀ ਹੈ, ਕੋਈ ਮਾਤਰ ਨਹੀਂ ਲੱਗੀ। ਜੇ ਤੱਤਾ ਉੜੇੜੇ 'ਚ ਪੜ੍ਹੋਗੇ ਤੱਤਾ ਪੜ੍ਹਦੇ ਹਾਂ, ਪਰ ਜਦੋਂ ਆਪਾਂ ਇੱਥੇ ਪੜ੍ਹਦੇ ਸਤਿਗੁਰ ਹੋਏ ਦਿਆਲ ਤਾਂ ਤਾਂ ਕੰਨਾ ਲੱਗ ਗਿਆ ਕਿ ਨਹੀਂ ਲੱਗ ਗਿਆ? ਹੁਣ ਅੱਖਰ ਲਿਖੇ ਸਹੀ ਗਾਵਾਂ ਪੜ੍ਹੋ। ਉੱਦਾਂ ਹੀ ਗੁਰਬਾਣੀ ਦੀ ਇੱਕ ਇੱਕ ਤੁਕ ਵਿੱਚ ਵਿਆਕਰਨ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿਹਾਰੀ ਲੱਗੀ ਉਹਦਾ ਕੋਈ ਮੀਨਿੰਗ ਹੈ? ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ 'ਚ ਔਂਕੜ ਲੱਗਾ ਉਹਦਾ ਕੋਈ ਅਰਥ ਹੈ? ਐਵੇਂ ਨਹੀਂ ਲਾ ਦਿੱਤਾ ਮਹਾਰਾਜ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਲਾਵਾਂ ਲੱਗੀਆਂ ਨੇ ਉਹਦੇ ਕੁਝ ਮੀਨਿੰਗ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਕੋਈ ਔਂਕੜ ਲੱਗਾ ਹੈ, ਕੋਈ ਸਿਹਾਰੀ ਲੱਗੀ ਹੈ, ਉਹਦਾ ਕੋਈ ਅਰਥ ਹੈ? ਪਰ ਗੱਲ ਫਿਰ ਉੱਥੇ ਆਉਂਦੀ ਹੈ, ਬੁਲਾਰੇ ਨੂੰ ਪੁੱਛੇਗਾ ਕੌਣ ਜਿਹਨੇ ਖੁਦ ਬਾਣੀ ਸਮਝ ਕੇ ਪੜ੍ਹੀ ਹੋਏਗੀ। ਅੱਜ ਸਮੱਸਿਆ ਇਹ ਹੈ, ਇੱਥੇ ਆਣ ਕੇ ਦੁਖਾਂਤ ਤਾਂਹੀਓ ਅਸੀਂ ਕਹੀ ਜਾਂਦੇ ਹਾਂ, ਵੇਖੋ ਜੀ ਫਰਕ ਨਹੀਂ ਪੈ ਰਿਹਾ। ਫਰਕ ਕਿੱਥੋਂ ਪੈਣਾ? ਬੁਲਾਰਾ ਆਪਣੀ ਗੱਲ ਕਹਿ ਜਾਂਦਾ, ਸਰੋਤਾ ਉੱਥੇ ਦਾ ਉੱਥੇ ਖਲੋਤਾ। ਕਈ ਤੁਹਾਨੂੰ ਜ਼ਿੰਦਗੀ 'ਚ ਇੱਦਾਂ ਦੇ ਬੰਦੇ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਰਾਹ ਪੁੱਛੀ ਜਾਂਦੇ ਆ। ਉਹ ਪਿਛਲੇ ਸਾਲ ਹੀ ਪੁੱਛਦੇ, ਅੱਛਾ ਜੀ ਸਹਿਜ ਪਾਠ ਸ਼ੁਰੂ ਕਰਨਾ ਕਿੱਦਾਂ ਕਰੀਏ? ਅਗਲੇ ਸਾਲ ਫਿਰ ਪੁੱਛਦੇ ਆ, ਹਾਂਜੀ ਸਹਿਜ ਪਾਠ ਸ਼ੁਰੂ ਕਰਨਾ? ਭਾਈ ਸਾਹਿਬ ਜੀ ਪਿਛਲੇ ਸਾਲ ਵੀ ਪੁੱਛਿਆ ਸੀ, ਉਹ ਪੁੱਛਿਆ ਸੀ ਵੀ ਜੇ ਮਰ ਹੀ ਜਾਂਦਾ 6 ਮਹੀਨੇ ਬਾਅਦ ਫਿਰ ਕੀ ਹੋਣਾ ਸੀ? ਬੋਲੋ ਸਾਹਿਬ ਜੀ, ਜੇ ਪ੍ਰਚਾਰਕ ਹੀ ਮਰ ਜਾਂਦਾ ਉਦੋਂ ਤੱਕ ਫਿਰ ਕਿਹਨੂੰ ਪੁੱਛਦਾ? ਹੋਰ ਗਏ ਪ੍ਰਚਾਰ ਨੂੰ ਪੁੱਛ ਲੈਣਾ ਸੀ, ਪ੍ਰਚਾਰਕ ਨੇ ਪ੍ਰਭਾਵਿਤ ਹੋਣਾ ਸੀ, ਸ਼ਾਇਦ ਮੇਰੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਹਿਜ ਪਾਠ ਬਾਰੇ ਪੁੱਛ ਰਿਹਾ। ਉਹਨੂੰ ਕਮਲੇ ਨੂੰ ਕਿਉਂ ਪਤਾ ਵੀ 4-5 ਪ੍ਰਚਾਰਕਾਂ ਨੂੰ ਪਹਿਲਾਂ ਪੁੱਛ ਚੁੱਕਾ? ਉਹਨੂੰ ਚੱਲੇ ਥੋੜ੍ਹਾ ਪਤਾ ਵੀ ਇਹ ਤਾਂ ਪਹਿਲਾਂ ਵੀ ਕਈਆਂ ਨੂੰ ਪੁੱਛ ਚੁੱਕਾ। ਕਈ ਤੁਹਾਨੂੰ ਜ਼ਿੰਦਗੀ ਜੇ ਇੱਦਾਂ ਦੇ ਇਨਸਾਨ ਮਿਲਣਗੇ, ਪੁੱਛਣਗੇ ਅੱਛਾ ਭਾਈ ਸਾਹਿਬ ਜੀ ਸਹਿਜ ਪਾਠ ਸ਼ੁਰੂ ਕਰਨਾ, ਪੋਥੀਆਂ ਕਿੱਥੋਂ ਮਿਲਣਗੀਆਂ? ਉਹ ਕਹਿੰਦੇ 4 ਸਾਲ ਪਹਿਲਾਂ ਵੀ ਪੁੱਛਿਆ ਸੀ, ਤਾਂ ਦੂਜਾ ਪ੍ਰਚਾਰ ਕਹਿੰਦਾ ਮੈਨੂੰ ਵੀ ਪੁੱਛਿਆ ਸੀ ਇਹਨੇ। ਜ਼ਿੰਦਗੀ 'ਚ ਤੁਹਾਨੂੰ ਇੱਦਾਂ ਦੇ ਇਨਸਾਨ ਮਿਲਣਗੇ ਜਿਹੜੇ ਪੁੱਛੀ ਜਾਣਗੇ, ਪੂਛਤ ਪਥਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਕਹਿ ਜਾਈਏ। ਪੁੱਛੀ ਜਾਓ, ਪੁੱਛਣ ਨਾਲ ਗੱਲ ਥੋੜ੍ਹਾ ਬਣਨੀ ਹੈ। ਕਈਆਂ ਨੂੰ ਪੁੱਛਣ ਨਾਲ ਹੀ ਸਵਾਦ ਆਉਂਦਾ ਹੈ, ਉਹ ਸਵਾਦ ਲੈਂਦੀ ਜ਼ਿੰਦਗੀ ਦਾ। ਪੁੱਛਿਆ ਨਹੀਂ ਪਿਆਰਿਆ ਤੁਰਨਾ ਪੈਣਾ, ਤੇਰੇ ਪੇਟ 'ਚ ਦਰਦ ਹੋ ਰਹੀ ਹੋਵੇ ਤੂੰ ਪੁੱਛੀ ਜਾਏਗਾ ਕਿਹੜਾ ਡਾਕਟਰ ਵਧੀਆ ਹੈ, ਕਿਹੜਾ ਹੋਸਪਿਟਲ ਵਧੀਆ? ਤੈਨੂੰ ਜਾਣਾ ਪੈਣਾ ਹੈ, ਉਹ ਸਕੈਨ ਕਰਕੇ ਦੱਸੇਗਾ ਇਹ ਪੱਥਰੀ ਕਰਕੇ ਦਰਦ ਨਹੀਂ ਹੋ ਰਹੀ ਕਿਤੇ, ਫਿਰ ਸਕੈਨ ਕਰੇਗਾ 4 mm ਦੀ ਪੱਥਰੀ ਹੈ, 12 mm ਦੀ ਪੱਥਰੀ ਹੈ, 9 mm ਦੀ ਪੱਥਰੀ ਹੈ, ਆਹ ਇਲਾਜ ਹੈ, ਆਹ ਪਰਹੇਜ ਹੈ ਤਾਂ ਠੀਕ ਹੋਏਗਾ। ਦਰਦ ਹੋ ਰਹੀ ਹੋਵੇ ਪੁੱਛੀ ਜਾਵਾਂਗੇ ਰੋਜ਼ ਡਾਕਟਰ ਬਾਰੇ, ਜਾਣਾ ਪੈਣਾ, ਤੁਰਨਾ ਪੈਣਾ ਉਸ ਵੇਲੇ। ਜਿਵੇਂ ਦੁਨਿਆਵੀ ਕੰਮਾਂ ਬਾਰੇ ਬੰਦਾ ਪੁੱਛ ਕੇ ਤੁਰ ਪੈਂਦਾ ਹੈ, ਧਰਮ ਦੇ ਮਾਮਲੇ 'ਚ ਬੰਦਾ ਸਾਰੀ ਜ਼ਿੰਦਗੀ ਪੁੱਛੀ ਜਾਂਦਾ, ਤੁਰ ਨੂੰ ਇੱਕ ਕਦਮ ਵੀ ਤਿਆਰ। ਇਹੋ ਹੀ ਤਾਂ ਕਾਰਨ ਹੈ, ਬੰਦਾ ਕਹਿੰਦਾ ਤੁਸੀਂ ਲਓ ਭੇਟਾ, ਤੁਸੀਂ ਕਰੋ ਪਾਠ, ਅਰਦਾਸ ਕਰਿਓ ਵੀ ਫਲ ਸਾਰਾ ਬੋਲੋ ਜੀ ਸਾਨੂੰ ਮਿਲ ਜਾਏ। ਇੰਝ ਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਸਾਧ ਜੀ? ਬੋਲਦਿਆ ਕਰੋ ਜੀ, ਹੋ ਰਿਹਾ ਕਿ ਨਹੀਂ ਹੋ ਰਿਹਾ? ਭਾਈ ਸਾਹਿਬ ਜੀ ਸਾਡੇ ਟੱਬਰ ਕੋਈ ਟਾਈਮ ਹੈ ਨਹੀਂ, 2100 ਦਾ 3100 ਲਓ, 3100 ਦਾ 4400 ਲਓ, 4400 ਦਾ 5100 ਲਓ, 5000 ਲਓ, ਉਹ 11000 ਚੁੱਕੋ ਤੁਸੀਂ। 11000 ਛੱਡ ਕੇ ਸਾਰੀ ਜ਼ਿੰਦਗੀ ਦੀ ਕਮਾਈ ਵੀ ਦੇ ਦਿਓ, ਜਿਹੜਾ ਪੜ੍ਹੇਗਾ ਫਲ ਉਹਨੂੰ ਹੀ ਮਿਲਣਾ। ਸਮਝ ਲੱਗ ਗਈ ਸਾਧ ਸੰਗਤ? ਜੇ ਇੱਦਾਂ ਮਿਲਦਾ ਹੁੰਦਾ ਤਾਂ ਗੁਰੂ ਸਾਹਿਬ ਨੂੰ ਇਹ ਕਹਿਣਾ ਨਾ ਪੈਂਦਾ, ਪੜ੍ਹਿਆ ਨਹੀਂ ਭੇਦ ਪੁੱਜਿਆ ਪਾਵਣਾ। ਹੁਣ ਆਹ ਗੱਲ ਉਹਨਾਂ ਨੂੰ ਹਜ਼ਮ ਨਹੀਂ ਆਉਣੀ ਜਿਨ੍ਹਾਂ ਦੀ ਰੋਜ਼ੀ ਰੋਟੀ ਇੱਥੋਂ ਚੱਲਦੀ ਹੈ, ਜਿਨ੍ਹਾਂ ਦੇ ਡੇਰਿਆਂ ਦੇ ਵਿੱਚ 50-50 40-40 60-60 ਪਾਠ ਚੱਲਦੇ ਆ, ਉਹ ਇੰਝ ਕਹਿੰਦੇ ਪੁੱਤਰ ਮਹਾਰਾ ਪਾਠ ਕਰਾਓ, ਨਿਆਣਾ ਨਹੀਂ ਪੜ੍ਹਦਾ ਪਾਠ ਕਰਾਓ, ਕਾਰੋਬਾਰ ਨਹੀਂ ਚੱਲਦਾ ਅਖੰਡ ਪਾਠ ਕਰਾਓ, ਦੁਕਾਨ ਨਹੀਂ ਚੱਲਦੀ ਅਖੰਡ ਪਾਠ ਕਰਾਓ, ਅਮੈਰੀਕਾ ਦੀ ਸਿਟੀਜ਼ਨ ਨਹੀਂ ਮਿਲਦੀ ਅਖੰਡ ਪਾਠ ਕਰਾਓ, ਗੱਡੀਆਂ ਦਾ ਐਕਸੀਡੈਂਟ ਹੁੰਦਾ ਅਖੰਡ ਪਾਠ ਕਰਾਓ, ਨੋ ਕਰਜ ਲੱਗਦੀ ਆ ਅਖੰਡ ਪਾਠ ਕਰਾਓ। ਅਤੇ ਫਿਰ ਜਿਹੜੇ ਪਾਠ ਕਰਦੇ ਉਹਨਾਂ ਘਰਾਂ 'ਚ ਕਦੀ ਲੜਾਈ ਹੁੰਦੀ ਨਹੀਂ ਹੋਣੀ, ਕਿਉਂ ਸਾਫ ਹੈ? ਜਿਹੜੇ ਪਾਠ ਕਰਦੇ ਉਹਨਾਂ ਘਰਾਂ 'ਚ ਕਦੀ ਲੜਾਈ ਹੁੰਦੀ ਨਹੀਂ ਹੋਣੀ। ਗੱਲ ਪਾਠ ਦੀ ਨਹੀਂ ਸੀ, ਗੱਲ ਸਮਝਦੀ ਸੀ, ਗੱਲ ਵਿਚਾਰ ਦੀ ਸੀ, ਜਿਸ ਤੋਂ ਅਜੇ ਅਸੀਂ ਬਹੁਤ ਅਧੂਰੇ ਹਾਂ, ਬਹੁਤ ਕੋਹਾਂ ਦੂਰ ਬੈਠੇ ਹਾਂ।
ਸਤਿਗੁਰ ਨੇ ਕਿਹੜੇ ਪਿਆਰੇ ਸ਼ਬਦ ਵਰਤੇ, ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ। ਹੁਣ ਮੈਂ ਅਰਦਾਸ ਕੀ ਕਰਦਾ, ਮਹਾਰਾਜ ਮੈਨੂੰ ਚੰਗੀ ਨੌਕਰੀ ਮਿਲਦੀ, ਮੈਂ ਪਾਠ ਕਰਾਊਂ। ਇਹ ਕਿਉਂ ਨਹੀਂ ਕਰਦਾ, ਮੈਂ ਪਾਠ ਕਰੂੰ, ਜੇ ਮੈਂ ਪਾਠ ਕਰੂੰ ਤੇ ਨੌਕਰੀ ਕਰਨ ਲੱਗਿਆ ਮੈਂ ਰਿਸ਼ਵਤ ਨਹੀਂ ਲਊਂਗਾ। ਮੈਂ ਅਰਦਾਸ ਕਿਉਂ ਕਰਦਾ, ਮਹਾਰਾਜ ਮੇਰਾ ਚੰਗਾ ਕਾਰੋਬਾਰ ਚੱਲੇ ਮੈਂ ਪਾਠ ਕਰਾਵਾਂਗਾ। ਨਹੀਂ, ਇਹ ਕਹਿ ਮੈਂ ਪਾਠ ਖੁਦ ਸਮਝ ਕੇ ਕਰਾਂਗਾ ਤਾਂ ਕਿ ਮੈਂ ਬਿਜ਼ਨਸ ਵਿੱਚ ਕਿਸੇ ਮਜ਼ਦੂਰ ਦਾ ਹੱਕ ਨਾ ਮਾਰ ਸਕਾਂ, ਮੈਂ ਕਿਸੇ ਦੀ ਹੱਕ ਦੀ ਕਮਾਈ ਆਪਣੇ ਬੱਚਿਆਂ ਦੇ ਮੂੰਹ 'ਚ ਨਾ ਪਾਵਾਂ, ਮੈਂ ਪਾਠ ਸਮਝ ਕੇ ਕਰਾਂਗਾ, ਕਰਾਵਾਂਗਾ ਨਹੀਂ ਕਰਾਂਗਾ। ਜਦੋਂ ਮੈਂ ਕਰਨ 'ਤੇ ਗੱਲ ਆ ਗਈ ਨਾ, ਜੇ ਮੈਨੂੰ ਨਹੀਂ ਪੜ੍ਹਾ ਆਉਂਦਾ ਮੈਂ ਸੁਣਾਂਗਾ ਕੋਲ ਬਹਿ ਕੇ। ਆ ਕਈ ਇੰਝ ਮਿਲਣਗੇ, ਸਾਨੂੰ ਪੰਜਾਬੀ ਨਹੀਂ ਜੀ ਆਉਂਦੀ, ਇੰਝ ਕਹਿੰਦੇ ਕਿ ਆਹ ਇਹ ਇਸ ਤਰ੍ਹਾਂ, ਇਹ ਭਾਸ਼ਾ ਇਸ ਤਰ੍ਹਾਂ ਦੀ ਹੈ ਜਿਵੇਂ ਘਰ 'ਚ ਬਹਿ ਕੇ ਬੰਦਾ ਕਹੇ ਜੀ ਮੈਨੂੰ ਮਾਂ ਬਾਰੇ ਨਹੀਂ ਪਤਾ। ਅੱਛਾ, ਤੈਨੂੰ ਤੇਰੀ ਉਮਰ 50 ਸਾਲ ਹੋ ਗਈ, ਤੈਨੂੰ ਤੇਰੀ ਮਾਂ ਬਾਰੇ ਨਹੀਂ ਪਤਾ, ਤਾਈਆਂ ਬਾਰੇ ਪਤਾ, ਚਾਚੀਆਂ ਬਾਰੇ ਪਤਾ, ਭੂਆ ਬਾਰੇ ਪਤਾ, ਮਾਸੀ ਬਾਰੇ ਪਤਾ, ਤੈਨੂੰ ਆਪਣੀ ਜਨਮਦਿਨ ਵਾਲੀ ਮਾਂ ਬਾਰੇ ਨਹੀਂ ਪਤਾ, ਇਹ ਤੇਰੀ ਮਾਂ ਹੈ। ਮੈਂ 5-5 ਕਲਾਸ ਪੜ੍ਹੇ ਬਜ਼ੁਰਗ ਕੈਨੇਡਾ ਅਮੈਰੀਕਾ ਵਿੱਚ ਵੇਖੇ ਜਿਹੜੇ ਪਾਣੀ ਤਰ੍ਹਾਂ ਇੰਗਲਿਸ਼ ਬੋਲਦੇ ਨੇ। ਕਿੱਥੋਂ ਆ ਗਈ ਪਤਾ, CBS ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ, ਨੌਕਰੀ ਕਿੱਦਾਂ ਕਰਾਂਗੇ, ਵਿੱਚ ਰਹਿ ਰਹੇ ਸਿੱਖ ਗਏ ਅਤੇ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹਾਂ, ਅਸੀਂ ਆਪਣੇ ਪਰਿਵਾਰਾਂ ਵਿੱਚ ਪੰਜਾਬੀ ਬੋਲਣ ਨੂੰ ਤਿਆਰ ਨਹੀਂ। ਦੱਸੋ ਜੇ ਮੈਂ ਗਲਤ ਬੋਲਿਆ ਤਾਂ ਕਹਿ ਦਿਓ, ਬੱਚਿਆਂ ਨਾਲ ਠੇਠ ਇਹ ਨਾ ਕਹੋ ਵੀ ਹਰ ਘਰ ਦੀ ਗੱਲ ਨਹੀਂ, ਬਹੁਤ ਬੱਚੇ ਐਸੇ ਨੇ ਜਿਹੜੇ ਬਾਹਰ ਦੀਆਂ ਕੰਟਰੀਆਂ ਦੇ ਬੋਰਨ ਨੇ, ਏਡੀ ਠੇਠ ਪੰਜਾਬੀ ਬੋਲਦੇ ਨੇ, ਪੰਜਾਬ ਦਾ ਬੱਚਾ ਵੀ ਉਹੋ ਜਿਹੀ ਪੰਜਾਬੀ ਨਹੀਂ ਬੋਲ ਸਕਦਾ ਜਿਹੜੇ ਹੈਗੇ ਨੇ ਐਨ ਠੇਠ ਸ਼ਬਦ। ਕਿਉਂ, ਘਰ 'ਚ ਮਾਂ ਨਾਲ ਰੋਟੀ ਮੰਗਣੀ ਹੈ, ਰੋਟੀ ਦੇਣੀ ਹੈ, ਕੱਪੜੇ ਪ੍ਰੈਸ ਕਰਨੇ ਨੇ, ਜਿਹੜੀ ਆਮ ਗੱਲ ਹੈ, ਕੁਝ ਨਿਯਮ ਪਾਲਣੇ ਪੈਣੇ ਨੇ। ਜਦੋਂ ਬੱਚਾ ਘਰ ਦੀ, ਤੁਹਾਡੇ ਕੋਲ ਛੋਟਾ ਬੱਚਾ ਹੈ, ਤੁਸੀਂ ਹੁਣ ਤੋਂ ਸ਼ੁਰੂ ਕਰ ਸਕਦੇ ਹੋ ਪ੍ਰੈਕਟਿਸ, ਜੇ ਪੁੱਤ ਗਵਾ ਚੁੱਕੇ ਹੈ ਪੋਤਰਿਆਂ ਵੇਲੇ ਸੁਚੇਤ ਹੋ ਜਾਈਏ। ਜਦੋਂ ਬੱਚਾ ਤੁਹਾਡੇ ਕੋਲ ਹੈ ਇੱਕ ਨਿਯਮ ਪਾਲ ਲਓ ਵੀ ਜਦੋਂ ਬੱਚਾ ਤੁਹਾਡੇ ਨਾਲ ਗੱਲ ਕਰੇ ਠੇਠ ਪੰਜਾਬੀ 'ਚ ਕਰੋ, ਬਾਕੀ ਲੈਂਗੁਏਜ ਤਾਂ ਉਹਨੇ ਆਪਣੇ ਆਪ ਸਿੱਖ ਲੈਣੀ ਬਾਹਰ ਜਾ ਕੇ। ਕਮ ਸੇ ਕਮ ਘਰ ਤਾਂ ਬਹਿ ਕੇ ਉਹਦੇ ਨਾਲ ਇਹ ਸ਼ਬਦ ਤਾਂ 4 ਸਿੱਖ ਲਓ। ਇਸ ਬੰਨੇ ਅਸੀਂ ਤੁਰਨੋਂ ਤਿਆਰ ਨੇ, ਆਹ ਸਮੱਸਿਆ ਹੈ ਸਭ ਤੋਂ ਵੱਡੀ। ਜਾਂ ਕਿਤੇ ਕਿਤੇ ਇੰਗਲਿਸ਼ ਹੈ, ਜਾਂ ਕਿਤੇ ਹਿੰਦੀ ਵਿੱਚ ਮਿਕਸ ਹੋ ਰਹੀ ਹੈ, ਜਾਂ ਦੂਜੀਆਂ ਭਾਸ਼ਾਵਾਂ ਨੇ ਸਾਡੇ 'ਤੇ ਮਾਰ ਪਾ ਰਹੀ ਹੈ। ਅਜੇ ਦੂਜੇ ਲੋਕ ਇਮਾਨਦਾਰ ਨੇ ਆਪਣੀ ਬੋਲੀ ਪ੍ਰਤੀ, ਉਹ ਇਮਾਨਦਾਰ ਨੇ, ਅਸੀਂ ਇੱਥੇ ਇਮਾਨਦਾਰੀ ਨਹੀਂ ਵਿਖਾਈ ਦੇ ਨਾ, ਅਸੀਂ ਇਮਾਨਦਾਰੀ ਨਹੀਂ। ਇਹੋ ਹੀ ਤਾਂ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕਿੱਥੋਂ ਫੈਲਣੀ ਸੀ, ਅਸੀਂ ਉਸ ਬੰਨੇ ਤੁਰਨ ਨੂੰ ਤਿਆਰ ਨਹੀਂ ਹੈਗੇ, ਅਸੀਂ ਘਰ ਤੋਂ ਗੱਲ ਸ਼ੁਰੂ ਨਹੀਂ ਕੀਤੀ ਅਜੇ। ਸਾਨੂੰ ਇੰਝ ਲੱਗਦਾ ਜਿਹੜਾ ਪੰਜਾਬੀ ਬੋਲਦਾ ਉਹ ਤਾਂ ਬਹੁਤ ਪਛੜਿਆ ਹੋਇਆ ਬੰਦਾ ਹੁੰਦਾ, ਉਹ ਬੈਕਵਰਡ ਜਿਹਾ ਹੁੰਦਾ, ਉਹਦੇ 14ਵੀਂ ਸਦੀ ਦੀ ਗੱਲ ਕਰਦਾ ਹੁੰਦਾ। ਨਹੀਂ, ਮਾਂ ਮਾਂ ਹੀ ਹੁੰਦੀ ਹੈ, ਭਾਵੇਂ ਜੋ ਮਰਜ਼ੀ ਕਹੋ। ਬਾਕੀ ਭਾਸ਼ਾਵਾਂ ਦੇ ਵਿੱਚ ਤਾਂ ਉਹ ਤਾਂ ਸਾਨੂੰ ਲੋੜ ਪੈਣੀ ਹੈ, ਤੁਸੀਂ ਏਅਰਪੋਰਟ 'ਤੇ ਜਾਓਗੇ ਉੱਥੇ ਜਿਹੜੀ ਲੈਂਗੁਏਜ ਅਗਲੇ ਬੋਲਦੇ ਤੁਹਾਨੂੰ ਬੋਲਣੀ ਪੈਣੀ ਹੈ। ਪਰ ਕਮ ਸੇ ਕਮ ਆਪਣੇ ਬੱਚਿਆਂ ਨਾਲ, ਆਪਣੇ ਜਿਨ੍ਹਾਂ ਨੂੰ ਤੁਸੀਂ ਪੈਦਾ ਕੀਤਾ ਉਹਨਾਂ ਨਾਲ ਜੇ ਅਸੀਂ ਇਹ ਸ਼ਬਦ ਵਰਤਣੇ ਸ਼ੁਰੂ ਕਰਦੇ, ਤੁਸੀਂ ਚਿੰਤਾ ਨਹੀਂ, ਮਹਿਸੂਸ ਨਹੀਂ ਹੋ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬੱਚਿਆਂ ਤੱਕ ਇਹ ਗੱਲ ਕਿਵੇਂ ਪਹੁੰਚਾਈ ਜਾਏਗੀ। ਅਤੇ ਗੰਭੀਰਤਾ ਨਾਲ ਸੋਚੋ, ਜੇ ਆਪਾਂ ਚਿੰਤਾ ਦਾ ਵਿਸ਼ਾ ਹੈ ਵੀ ਜਿਹੜੀ ਪੀੜ੍ਹੀ ਹੁਣ ਵਕਤ ਗੁਰਦੁਆਰਿਆਂ 'ਚ ਬੈਠੀ ਹੈ, ਆਉਣ ਵਾਲੇ 20 ਸਾਲਾਂ ਬਾਅਦ ਸੋਚੋ ਇਹਨਾਂ ਗੁਰਦੁਆਰਿਆਂ 'ਚ ਕੌਣ ਬਵੇਗਾ, ਅੰਦਾਜ਼ਾ ਲਾ ਕੇ ਵੇਖੋ। ਜੇ ਉਹਨਾਂ ਤੱਕ ਅਸੀਂ ਸਹੀ ਤਰੀਕੇ ਨਾਲ ਇਹ ਗਿਆਨ ਦੀ ਵਿਚਾਰ ਬਚਾਈ ਨਾ, ਤੇ ਦੱਸ ਹੀ ਨਾ ਪਾਏ ਕਿ ਬਹੁਤ ਵਧੀਆ ਪੁੱਤ ਗੁਰੂ ਦੀ ਬਾਣੀ ਵਿੱਚ ਗੱਲਾਂ ਲਿਖੀਆਂ ਨੇ, ਇਹ ਕੋਈ ਮੰਤਰ ਨਹੀਂ ਹੈ, ਇਹ ਪ੍ਰੈਕਟੀਕਲ ਜੀਵਨ ਜਾਚ ਦੀਆਂ ਗੱਲਾਂ ਨੇ। ਮੈਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੀ ਕਰਨਾ ਹੈ, ਸ਼ਾਮ ਤੋਂ ਲੈ ਕੇ ਮੇਰੀ ਰਾਤ ਕਿੱਦਾਂ ਦੀ ਹੋਣੀ ਚਾਹੀਦੀ ਹੈ, ਮੇਰਾ ਦਿਨ ਕਿੱਦਾਂ ਦਾ ਹੋਣਾ ਚਾਹੀਦਾ, ਮੇਰਾ ਪਤਨੀ ਨਾਲ ਕਿੱਦਾਂ ਦਾ ਵਿਹਾਰ ਹੋਣਾ ਚਾਹੀਦਾ, ਮੇਰਾ ਪਤੀ ਨਾਲ ਕਿੱਦਾਂ ਦਾ ਵਿਹਾਰ ਹੋਣਾ ਚਾਹੀਦਾ, ਮੇਰਾ ਸਮਾਜ ਵਿੱਚ ਕਿੱਦਾਂ ਦਾ ਵਿਹਾਰ ਹੋਣਾ ਚਾਹੀਦਾ। ਤੁਸੀਂ ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸ਼ੁਰੂ ਕਰੋਗੇ ਨਾ, ਇੰਝ ਲੱਗੇਗਾ ਜੀ ਇਹਦੇ ਮੁਤਾਬਕ ਸਮਾਜ ਦੀ ਸਿਰਜਣਾ ਕੀਤੀ ਜਾਵੇ। ਅਤੇ ਸੱਚੀ ਗੱਲ ਹੈ, ਦੁਨੀਆਂ 'ਤੇ ਕਿਸੇ ਨੂੰ ਇਹ ਕਹਿਣ ਦੀ ਲੋੜ ਨਾ ਪਵੇ ਮੈਨੂੰ ਅੱਗੇ ਸਵਰਗ ਚਾਹੀਦਾ, ਉਹਨੇ ਕਹਿਣਾ ਇਸ ਤੋਂ ਵੱਡਾ ਸਵਰਗ ਹੀ ਕੋਈ ਨਹੀਂ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਮੈਨੂੰ ਮੈਂ ਆਪਣਾ ਅੱਗਾ ਸਵਾਰਨਾ ਹੈ, ਉਹਨੇ ਕਹਿਣਾ ਇਸ ਤੋਂ ਵੱਧ ਕੀ ਸਵਾਰਿਆ ਜਾ ਸਕਦਾ। ਜਿੱਥੇ ਏਡੀ ਵਧੀਆ ਗੱਲਾਂ ਹੋਣੀ, ਏਡਾ ਵਧੀਆ ਸਿਧਾਂਤ ਬਖਸ਼ਿਆ ਕੀ ਬਖਸ਼ਿਸ਼ ਦਿੱਤਾ ਹੋਵੇ ਸਾਨੂੰ ਗੁਰੂ ਸਾਹਿਬ ਨੇ, ਆਪਾਂ ਵਿਗਾੜ ਕੇ ਦੂਜੇ ਦੇ ਸਵਾਰਨ ਦੀਆਂ ਗੱਲਾਂ ਕੀਤੀਆਂ। ਸਾਨੂੰ ਹੁਣ ਪੁਰਾਣੇ ਸਮੇਂ 'ਚ ਕੀ ਹੋ ਰਿਹਾ ਸੀ, ਸਿੱਖ ਦੁਸ਼ਮਣੀ ਮਾਰਦਾ ਸੀ, ਦੁਸ਼ਮਣ ਨਹੀਂ ਸੀ ਮਾਰਦਾ।
ਦੁਸ਼ਮਣੀ ਮਾਰਦਾ ਸੀ। ਅੱਜ ਦੁਸ਼ਮਣ ਮਾਰਿਆ ਜਾ ਰਿਹਾ, ਦੁਸ਼ਮਣੀ ਉੱਥੇ ਬਰਕਰਾਰ ਹੈ। ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਤੁਸੀਂ ਵੇਖੋ, ਗੁਰੂ ਸਾਹਿਬ ਅੰਦਰ ਦੀ ਬੁਰਾਈ ਮਾਰਦੇ ਨੇ, ਇਨਸਾਨ ਥੋੜ੍ਹਾ ਮਾੜਾ ਹੈ। ਬੰਦਾ ਉਹ ਹੀ ਹੈ ਜਿਹਦੇ ਅੰਦਰ ਮਾੜੀਆਂ ਗੱਲਾਂ ਚੱਲ ਰਹੀਆਂ ਨੇ। ਹੁਣ ਤੁਹਾਡੇ ਕੋਲ ਪੈਨ ਡਰਾਈਵ ਹੈ, ਹਾਰਡ ਡਿਸਕ ਹੈ ਤੁਹਾਡੇ ਕੋਲ, ਉਹ ਥੋੜ੍ਹਾ ਮਾੜੀ, ਉਹ 'ਚ ਮੈਟਰ ਮਾੜਾ ਹੈ। ਮੈਟਰ ਬਾਹਰ ਕੱਢ ਦਿਓ, ਨਵਾਂ ਮੈਟਰ ਫੀਡ ਕਰ ਦਿਓ, ਉਹ ਹੀ ਤੁਹਾਡੇ ਲਈ ਚੰਗੀ ਚੀਜ਼ ਹੈ। ਚੀਜ਼ ਥੋੜ੍ਹਾ ਤੁਹਾਡੇ ਲਈ ਮਾੜੀ ਹੈ। ਗੱਲ ਇਹ ਹੈ ਕਿ ਬੰਦਾ ਇਨਸਾਨ ਮਾੜਾ ਨਹੀਂ, ਇਨਸਾਨ ਦੇ ਅੰਦਰ ਪੈਦਾ ਹੋਈ ਵਿਚਾਰ ਮਾੜੀ ਹੈ। ਹੁਣ ਇੱਕ ਬੰਨੇ ਗੁਰੂ ਸਾਹਿਬ ਮਨੁੱਖ ਨੂੰ ਬੜਾ ਉੱਤਮ ਦਰਜਾ ਦੇ ਰਹੇ ਨੇ, ਦੂਜੇ ਬੰਨੇ ਕਿਤੇ ਕਰਤੂਤ ਪਸ਼ੂ ਕੀ ਪੜ੍ਹੋ ਜੀ, ਕਰਤੂਤ ਮਾਨਸ। ਹੁਣ ਇੱਕ ਬੰਨੇ ਮਾਰੇ ਮਨੁੱਖ ਨੂੰ ਏਡਾ ਉੱਚਾ ਦਰਜਾ ਦਿੰਦੇ ਨੇ, ਦੂਜੇ ਬੰਨੇ ਪਸ਼ੂ ਕਹਿ ਰਹੇ ਨੇ। ਕਿਉਂ? ਉਦਾਹਰਤ ਉਹਦੇ ਅੰਦਰ ਪਸ਼ੂ ਪੁਣਾ ਵੇਖਿਆ ਮਹਾਰਾਜ ਨੇ, ਉਹ ਅੱਜ ਵੀ ਮੌਜੂਦ ਹੈ ਪਸ਼ੂ ਪੁਣਾ। ਅੱਜ ਕਿਤੇ ਪਸ਼ੂ ਪੁਣਾ ਹੈ ਨਹੀਂ, ਅੱਜ ਵੀ ਇੱਦਾਂ ਦੇ ਇਨਸਾਨ ਤੁਹਾਨੂੰ ਦੁਨੀਆਂ 'ਤੇ ਮਿਲ ਜਾਣੇ ਨੇ। ਹੁਣ ਸਤਿਗੁਰ ਨੇ ਕਿੱਡਾ ਪਿਆਰਾ ਨੁਕਤਾ ਦਿੱਤਾ ਹੈ, ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ। ਹੇ ਮੇਰੇ ਰੱਬ ਜੀ, ਮੈਂ ਆਪ ਹੀ ਭਰਮਾਂ ਵਿੱਚ ਪਿਆ ਹੋਇਆ, ਮੈਨੂੰ ਕਿਸੇ ਨੇ ਨਹੀਂ ਪਾਇਆ। ਮੇਰਾ ਕੋਈ ਨੁਕਸਾਨ ਹੁੰਦਾ, ਮੈਂ ਉਸ ਚੀਜ਼ ਨੂੰ ਬਰੀਕੀ ਨਾਲ ਨਹੀਂ ਵਾਚਦਾ, ਵਹਿਮ 'ਚ ਪੈ ਜਾਂਦਾ। ਇੰਝ ਹੀ ਹੁੰਦਾ, ਅਸੀਂ ਬੜੀ ਛੇਤੀ ਵਹਿਮ ਦੇ ਸ਼ਿਕਾਰ ਹੋ ਜਾਂਦੇ ਹਾਂ। ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਅੱਖਰ ਲਿਖੇ ਦਾ ਅਰਥ ਇੱਥੇ ਇਹ ਹੈ, ਜਿੱਦਾਂ ਦਾ ਮੇਰਾ ਸੁਭਾਅ ਹੈ ਮੈਂ ਉਹਦੇ ਮੁਤਾਬਕ ਹੀ ਜ਼ਿੰਦਗੀ ਜਿਉਣਾ ਹਾਂ, ਮੈਨੂੰ ਹੋਰ ਜ਼ਿੰਦਗੀ ਜਿਉਣੀ ਆਉਂਦੀ ਨਹੀਂ। ਜਿੱਦਾਂ ਦਾ ਮੇਰਾ, ਤੁਸੀਂ ਵੇਖੋ ਬੰਦਾ ਡਾਕਟਰ ਕੋਲ ਦਵਾਈ ਲੈਣ ਜਾਂਦਾ, ਉਹ ਡਾਕਟਰ ਅੱਧਾ ਘੰਟਾ ਲਾ ਕੇ ਉਹਨੂੰ ਸਮਝਾਉਂਦਾ, ਅਤੇ ਬੰਦਾ ਪਰਹੇਜ ਡਾਕਟਰ ਦੇ ਕਹਿ ਕਰਦਾ ਕਿ ਆਪਣੀ ਮਨ ਦੀ ਮਰਜ਼ੀ ਕਰਦਾ। ਕੁਝ ਗੱਲਾਂ ਡਾਕਟਰ ਦੀਆਂ ਚੇਤੇ ਰਹਿੰਦੀਆਂ ਨੇ, ਪਰ ਜਦੋਂ ਸਾਹਮਣੇ ਕੋਈ ਚੀਜ਼ ਪਈ ਹੁੰਦੀ ਉਦੋਂ ਆਪਣੀ ਮਰਜ਼ੀ ਵੀ ਕਰ ਜਾਂਦਾ। ਅੰਦਰੋਂ ਧੱਕੇ ਦੇ ਰਿਹਾ ਹੁੰਦਾ ਨਾ ਸੁਭਾਅ, ਵੀ ਡਾਕਟਰ ਕਿਹੜਾ ਨਾਲ ਬੈਠਾ, ਉਹਨੇ ਕਿਹੜਾ ਕੈਮਰਾ ਲਾਇਆ, ਉਹਨੇ ਜੇ ਪੁੱਛਣਾ ਆਪਾਂ ਕਹਿਣਾ ਮੈਂ ਤਾਂ ਖਾਧੀ ਨਹੀਂ। ਪਰ ਉਹਨੂੰ ਇਹ ਨਹੀਂ ਪਤਾ ਕਮਲੇ ਨੂੰ ਵੀ ਇਹ 'ਚ ਨੁਕਸਾਨ ਡਾਕਟਰ ਦਾ ਨਹੀਂ, ਨੁਕਸਾਨ ਤਾਂ ਤੇਰਾ ਆਪਣਾ ਹੈ। ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਕਰਦਾ ਹੈ, ਪਰ ਕੰਮ ਆਪਣੇ ਸੁਭਾਅ ਮੁਤਾਬਕ ਕਰਦਾ ਹੈ, ਕੰਮ ਆਪਣੇ ਸੁਭਾਅ ਮੁਤਾਬਕ ਕਰਦਾ ਹੈ। ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ, ਅੱਖਰ ਲਿਖੇ ਜਿਹੜੇ ਮੈਂ ਅੱਖਰ ਲਿਖ ਚੁੱਕਾਂ, ਯਾਨੀ ਕਿ ਜਿਹੜਾ ਮੈਂ ਸੁਭਾਅ ਬਣਾ ਚੁੱਕਾਂ, ਉਹਦੇ ਮੁਤਾਬਕ ਹੀ ਜ਼ਿੰਦਗੀ ਜਿਉਣਾ। ਅਵਰ ਨਾ ਜਾਣਾ, ਪੜ੍ਹੋ ਜੀ, ਅਵਰ ਨਾ ਜਾਣਾ ਬਾਣੀ। ਬਾਣੀ ਦਾ ਅਰਥ ਕੀ ਹੈ? ਹੋਰ ਮੈਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ, ਕਿਉਂਕਿ ਮੈਂ ਆਪਣੇ ਸੁਭਾਅ ਮੁਤਾਬਕ ਜ਼ਿੰਦਗੀ ਜਿਉ ਰਿਹਾ ਹਾਂ। ਹਰ ਬੰਦਾ ਆਪਣੇ ਸੁਭਾਅ ਮੁਤਾਬਕ ਜ਼ਿੰਦਗੀ ਜਿਉਂਦਾ। ਪਤੀ ਚਾਹੁੰਦਾ ਹੈ ਮੈਂ ਆਪਣੇ ਸੁਭਾਅ ਮੁਤਾਬਕ ਜ਼ਿੰਦਗੀ ਜਿਉਵਾਂ, ਅਤੇ ਪਤਨੀ ਨਹੀਂ ਮੇਰੇ ਸੁਭਾਅ ਮੁਤਾਬਕ ਹੀ ਜਿਉ। ਪਤਨੀ ਆਪਣੇ ਮੁਤਾਬਕ, ਸੁਭਾਅ ਆਪਣੇ ਸੁਭਾਅ ਮੁਤਾਬਕ ਦੂਜਿਆਂ ਨੂੰ ਕਹਿੰਦੀ ਜੀਵਨ ਜਿਉਣ ਲਈ, ਉਹ ਆਪਣੇ ਸੁਭਾਅ ਮੁਤਾਬਕ, ਇਹੋ ਹੀ ਬਖੇੜੇ ਨੇ। ਇਨਸਾਨ ਆਪਣਾ ਸੁਭਾਅ ਬਦਲਣ ਨੂੰ ਤਿਆਰ, ਵੈਸੇ ਆਉਣਾ ਤਾਂ ਗੁਰੂ ਕੋਲ ਇਸੇ ਵਾਸਤੇ ਕਿ ਮੈਂ ਆਪਣਾ ਸੁਭਾਅ ਬਦਲ ਸਕਾਂ, ਮੈਂ ਆਪਣੀਆਂ ਆਦਤਾਂ ਬਦਲ ਸਕਾਂ। ਜਿਹੜੀ ਆਦਤ ਅੱਜ ਤੋਂ 30 ਸਾਲ ਪਹਿਲਾਂ ਸੀ, ਅੱਜ ਵੀ ਉਦਾਂ ਤੁਰੀ ਆ ਰਹੀ ਹੈ। ਬੰਦਾ ਨਮਸਕਾਰਾਂ ਕਰੀ ਜਾ ਰਿਹਾ, ਮੱਥੇ ਟੇਕੀ ਜਾ ਰਿਹਾ, ਯਾਤਰਾਵਾਂ ਕਰੀ ਜਾ ਰਿਹਾ, ਧਾਰਮਿਕ ਸਥਾਨਾਂ 'ਤੇ ਘੁੰਮੀ ਜਾ ਰਿਹਾ, ਪਰ ਆਪਣਾ ਸੁਭਾਅ ਬਦਲਣ ਨੂੰ ਤਿਆਰ ਨਹੀਂ ਹੈ। ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ ਬਲਦੇ। ਹੁਣ ਜਿਹੜੇ ਤੁਹਾਡੇ ਵਿੱਚ ਜਿਹੜਾ ਖੇਤੀਬਾੜੀ ਕੀਤੀ ਹੋਵੇ ਜਾਂ ਖੇਤੀਬਾੜੀ ਬਾਰੇ ਨੌਲੇਜ ਹੋਵੇ, ਜਿਹੜਾ ਪਸ਼ੂ ਜ਼ਿਆਦਾ ਮਾਰਦਾ ਹੁੰਦਾ ਨਾ, ਉਹਦੇ ਨੱਕ ਵਿੱਚੋਂ ਦੀ ਨੱਥ ਪਾਉਣੀ ਪੈਂਦੀ ਕਿਸਾਨ ਨੂੰ, ਬਲਦ। ਹੁਣ ਬਲਦ ਮਾਰਦਾ ਹੈ, ਕਿਸਾਨ ਨੇ ਉਹਦੇ ਕੋਲੋਂ ਕੰਮ ਲੈਣਾ, ਉਹਦੇ ਨੱਕ ਵਿੱਚ ਮੋਰੀ ਕਰਕੇ ਨਾ ਫਿਰ ਉਹਦੇ ਨੱਕ ਵਿੱਚੋਂ ਦੀ ਰੱਸੀ ਕੱਢ ਦਿੰਦਾ, ਅਤੇ ਉਹਨੂੰ ਉਹਦੀ ਰੱਸੀ ਨੂੰ ਕਿੱਲੇ ਨਾਲ ਬੰਨ੍ਹ ਦਿੰਦਾ, ਉਹਦੇ ਅੱਗੇ ਟੋਕਰੀ ਪੱਠਿਆਂ ਦੀ ਰੱਖੀ, ਖੁਰਲੀ 'ਚ ਪੱਠੇ ਪਾਏ ਹੋਏ ਨੇ, ਬਲਦ ਖਾ ਰਹੇ। ਉਹ ਕਿਸਾਨ ਵੀ ਉਹਨਾਂ ਕੁ ਰੱਸਾ ਖੁੱਲ੍ਹਾ ਛੱਡਦਾ ਜਿੰਨਾ ਕੁ ਉਹਦਾ ਮੂੰਹ ਖੁਰਲੀ ਤੱਕ ਪਹੁੰਚ ਜਾਏ, ਪਰ ਲਾਗੇ ਇੱਕ ਖੁਰਲੀ ਹੋਰ ਵੀ ਹੈ, ਅਤੇ ਬਲਦ ਕੀ ਕਰਦਾ ਭਲਾ, ਆਪਣੀ ਖੁਰਲੀ ਛੱਡ ਕੇ ਦੂਜੀ ਖੁਰਲੀ 'ਚ, ਬੋਲੋ ਜੀ,
ਮੂੰਹ ਮਾਰਦਾ। ਜਦੋਂ ਆਪਣੀ ਖੁਰਲੀ ਛੱਡ ਕੇ ਦੂਜੀ ਖੁਰਲੀ ਵੱਲ ਜਾਂਦਾ ਤਾਂ ਰੱਸਾ ਉਨਾ ਕੀ ਆ ਜਿੰਨਾ ਕੁ ਆਪਣੀ ਖੁਰਲੀ ਤੱਕ ਪਹੁੰਚ, ਜਦੋਂ ਦੂਜੀ ਖੁਰਲੀ ਵੱਲ ਜਾਏਗਾ ਤੇ ਉਹ ਨੱਥ ਟਾਈਟ ਹੋ ਜਾਣੀ ਤੇ ਨਾਸਾਂ ਚੋਂ ਖੂਨ ਵਗਣਾ ਸ਼ੁਰੂ ਹੋ ਜਾਣਾ। ਹੁਣ ਇਹਦੇ ਵਿੱਚ ਕਸੂਰ ਕਿਹਦਾ ਭਲਾ, ਕਿਸਾਨ ਦਾ ਕਿ ਬਲਦ ਦਾ? ਕਹੋ ਕਿਸਾਨ ਦਾ ਕਸੂਰ, ਜਿਵੇਂ ਅਸੀਂ ਰੱਬ ਦਾ ਕਸੂਰ ਕੱਢਦੇ ਨੇ। ਜੇ ਮੈਂ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਕਸੂਰ ਕਿਹਦਾ? ਰੱਬ ਦਾ। ਹਾਏ ਰੱਬਾ, ਸਾਰੀ ਦੁਨੀਆ ਰਿਸ਼ਵਤ ਲੈਂਦੀ ਹੈ, ਮੰਤਰੀ ਰਿਸ਼ਵਤ ਲਈ ਜਾਂਦੇ ਆ, ਲੋਕ ਪੁੜ ਖਾਈ ਜਾਂਦੇ ਆ, ਇੱਥੇ ਜਿਹੜੇ ਪੂਰੀਆਂ ਕੰਪਨੀਆਂ ਹੜੱਪ ਕਰੀ ਜਾਂਦੇ ਆ, ਮੇਰਾ ਪੁੱਤ 5000 ਲੈਂਦੇ ਫੜਿਆ ਗਿਆ। ਹਾਏ, ਇੰਨੇ ਪਾਠ ਕਰਾਏ, ਇੰਨੀਆਂ ਅਰਦਾਸਾਂ ਕਰਾਈਆਂ, ਇੰਨੀਆਂ ਯਾਤਰਾਵਾਂ ਕੀਤੀਆਂ, ਹਾਏ ਮੇਰਾ ਪਾ। ਇੱਦਾਂ ਨਹੀਂ ਹੋ ਰਿਹਾ। ਕਸੂਰ ਕਿਹਦਾ, ਬਲਦ ਦਾ ਕਿ ਕਿਸਾਨ ਦਾ? ਜੀ ਬਲਦ ਦਾ। ਬਲਦ ਵਾਸਤੇ ਪੱਠੇ ਪਾਏ ਸੀ ਕਿਸਾਨ ਨੇ, ਵੀ ਇਸ ਖੁਰਲੀ ਚ ਮੈਂ ਬਹੁਤ ਪੱਠੇ ਪਾਏ ਤੇਰੇ ਵਾਸਤੇ, ਦਿਆ ਤੂੰ ਨਜ਼ਰਾਂ ਦਿਖਾ। ਆਹ ਤੇਰਾ ਟੱਬਰ ਹੈ, ਆਹ ਤੇਰੀ ਪਤਨੀ, ਆਹ ਤੇਰਾ ਪਤੀ ਹੈ, ਆਹ ਤੇਰਾ ਆਫਿਸ ਹੈ, ਇੱਥੇ ਬੈਠ ਕੇ ਤੂੰ ਕੰਮ ਕਰਨਾ, ਇਹ ਆਹ ਤਨਖਾਹ ਤੇਰੇ ਪਰਿਵਾਰ ਲਈ ਹੈ। ਜਦੋਂ ਇਸ ਖੁਰਲੀ ਚੋਂ ਪਾਸੇ ਜਾਏਗਾ ਉਦੋਂ ਤੈਨੂੰ ਦੁੱਖਾਂ ਦਾ ਸਾਹਮਣਾ, ਬੋਲੋ ਜੀ, ਕਰਨਾ ਪਵੇਗਾ। ਤੇ ਇਹਦਾ ਦੋਸ਼ ਤੂੰ ਨਾ ਰੱਬ ਦੇ ਮੱਥੇ ਮੜ ਸਕਦਾ, ਨਾ ਆਪਣੇ ਕਿਸੇ ਦੋਸਤ ਦੇ ਮੱਥੇ ਮੜ ਸਕਦਾ। ਨੱਕ ਨੱਥ ਖਸਮ ਹੱਥ, ਬਲਦ ਦੇ ਨੱਕ ਵਿੱਚ ਪਾਈ ਨੱਥ ਖਸਮ ਦੇ ਹੱਥ, ਪਰ ਸੁਭਾਅ ਜਿਹੜਾ ਬਲਦ ਦਾ ਉਹ ਕਿਸਾਨ ਦੇ ਹੱਥ ਨਹੀਂ ਹੈਗਾ, ਸੁਭਾਅ ਬਲਦ ਦਾ ਬਲਦ ਗੋਲੀ ਹੈ। ਮੇਰੇ ਗੱਲ 'ਚ ਕਕਾਰ ਪਾ ਦਿੱਤੇ ਪੰਜਾਂ ਪਿਆਰਿਆਂ ਵੱਲੋਂ, ਪਵਾ ਲਏ, ਮੈਂ ਵੀ ਪਵਾ ਲਏ, ਸਿਰ 'ਚ ਕੇਸਾਂ 'ਚ ਕੰਘਾ ਰੱਖ ਲਿਆ, ਕੜਾ ਪਾ ਲਿਆ, ਇੱਕ ਕਾਰ ਪਾ ਕੇ ਇਹ ਨੱਥ ਤਾਂ ਮੈਂ ਗੁਰੂ ਵੱਲੋਂ ਪਵਾ ਲਈ, ਪਰ ਸੁਭਾਅ ਤਾਂ ਮੇਰਾ ਹੀ ਹੈ, ਸੁਭਾਅ ਤਾਂ ਮੇਰਾ ਮੇਰੇ ਕੋਲ ਹੀ ਹੈ। ਮੈਂ ਭਾਵੇਂ ਦੇਹਧਾਰੀ ਬਾਬੇ ਦੀ ਜਾ ਕੇ ਮੱਥਾ ਟੇਕ ਦੇਵਾਂ, ਮੈਂ ਭਾਵੇਂ ਮੰਦਰ ਦੀਆਂ ਪਰਿਕਰਮਾ ਕਰ ਆਵਾਂ, ਬੰਦਾ ਆਪਣਾ ਸੁਭਾਅ ਚੇਂਜ ਕਰਨ ਨੂੰ ਤਿਆਰ ਨਹੀਂ ਹੈ। ਸੁਭਾਅ ਚੇਂਜ ਹੋਣਾ ਵਿਚਾਰਾਂ ਨਾਲ, ਤੇ ਵਿਚਾਰ ਸੁਣਨ ਨੂੰ ਤਿਆਰ ਮੈਂ, ਬੋਲੋ ਜੀ, ਹੈ ਕੋਈ ਨਹੀਂ। ਉਹ ਤਾਂ ਮੈਨੂੰ ਵਹਿਮ ਪਾਤਾ, ਮੇਰੇ ਕੰਨ 'ਚ ਫੂਕ ਮਾਰਤੀ ਜਨਮ ਲੈਂਦਿਆਂ ਸਾਰੀ, ਵੀ ਤੇਰੇ ਨਾਲ ਦਾ ਸਿਆਣਾ ਬੰਦਾ ਤਾਂ ਕੋਈ ਹੈ ਹੀ ਨਹੀਂ। ਯਾਦ ਰੱਖੇ, ਤੂੰ ਨਾ ਜ਼ਿੰਦਗੀ 'ਚ ਅਕਲ ਲੈ ਲਈ, ਤੂੰ ਸਿਰਫ ਅਕਲ ਦੇਣ ਲਈ ਪੈਦਾ ਹੋਇਆ। ਤੂੰ ਸਾਰਿਆਂ ਨੂੰ ਮਤ ਦੇ ਸਕਦਾ, ਪਰ ਜਿਹੜਾ ਤੇਰੇ 'ਚ ਨੁਕਸ ਕੱਢੇ, ਸਮਝ ਲਿਓ ਬੰਦਾ ਗਲਤ ਹੈ, ਇਹ ਸਮਝ। ਪਰਿਵਾਰ ਇੰਜ ਚੱਲਦੇ ਨੇ, ਪਤੀ ਕਹਿ ਸਕਦਾ ਪਤਨੀ ਨੂੰ ਭਾਗਾਂ ਵਾਲੀਏ, ਮੈਂ ਆਪਣੇ ਆਪ 'ਚ ਮੈਨੂੰ ਪਤਾ ਹੈ ਕਿ ਮੈਂ ਠੀਕ ਹਾਂ, ਪਰ ਕਿਤੇ ਮੈਂ ਵੀ ਗਲਤ ਹੋ ਸਕਦਾ, ਮੈਨੂੰ ਤੂੰ ਟੋਕ ਦੇ। ਬੱਚੇ ਨੇ, ਪਰਿਵਾਰ ਇਹਦੇ ਚੱਲਦੇ ਨੇ, ਜਿੱਥੇ ਵਹਿਮ ਪੈ ਗਿਆ ਕਿ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ, ਇਹੋ ਜਿਹੇ ਇਨਸਾਨਾਂ ਨੂੰ ਡਿੱਗਦਿਆਂ ਵੀ ਜ਼ਿਆਦਾ ਦੇਰ ਨਹੀਂ ਲੱਗਦੀ। ਬਹੁਤ ਤੁਹਾਨੂੰ ਬੰਦੇ ਅਕਲ ਦੇਣ ਵਾਲੇ ਬੰਦੇ ਬੜੇ ਹੋਣਗੇ, ਪਰ ਜੇ ਕੋਈ ਅੱਗਿਓਂ ਅਕਲ ਦੇਵੇ, ਅੱਗਿਓਂ ਟੋਕੇ, ਉਸੇ ਵੇਲੇ ਆਪਣੇ ਅੰਦਰ ਦਾ ਰੋਹ ਜਾਗ ਜਾਂਦਾ ਹੈ। ਉਹ ਨਹੀਂ ਭਾਈ, ਅਸੀਂ ਸਿਰਫ ਅਕਲ ਦੇਣ ਪੈਦਾ ਹੋਏ ਹਾਂ ਕਿਸੇ ਨੂੰ, ਅਸੀਂ ਦੱਸ ਸਕਦੇ ਹਾਂ ਤੂੰ ਇੱਥੇ ਇੱਥੇ ਗਲਤ ਹੈ, ਇੱਥੇ ਇੱਥੇ ਤੇਰੇ 'ਚ ਨੁਕਸ ਹੈ, ਆਪਣਾ ਸੁਭਾਅ ਚੇਂਜ ਕਰਨ ਨੂੰ ਤਿਆਰ ਨਹੀਂ ਹੈ। ਨੱਕ ਨੱਥ ਖਸਮ ਹੱਥ, ਕਿਰਤ ਥੱਕੇ ਦੇ। ਪਰਮੇਸ਼ਰ ਨੇ ਇਹਨਾਂ ਜੀਵਾਂ ਦੇ ਨੱਕ ਵਿੱਚ ਰਜਾ ਦੀ ਨੱਥ ਪਾ ਦਿੱਤੀ ਹੈ। ਅਸੀਂ ਸਾਰੇ ਹੈ ਉਹਦੀ ਰਜਾ 'ਚ ਹੀ ਹਾਂ, ਪਰ ਸਾਡਾ ਸੁਭਾਅ ਹਰ ਇੱਕ ਦਾ ਆਪਣਾ ਆਪਣਾ। ਹੁਣ ਜੇ ਤੇ ਉਹਦੀ ਰਜਾ ਵਿੱਚ ਰਹੀਏ ਫਿਰ ਦੋਖੀ ਕੋਈ ਨਹੀਂ। ਤੁਸੀਂ ਆ ਕੰਟਰੀਆਂ ਤੁਸੀਂ ਵੇਖੋ, ਮੈਂ ਕਹਿੰਦਾ ਇਹਨਾਂ ਕੰਟਰੀਆਂ 'ਚ ਕਿੰਨਾ ਸਮਝਣਾ ਸੌਖਾ ਸੀ ਜੇ ਆਪਾਂ ਹਿਸਾਬ ਲਾਈਏ। ਮੰਨ ਲਓ ਜੇ ਕਿਸੇ ਕੰਟਰੀ ਦਾ, ਜਿਵੇਂ ਕਾਨੂੰਨ ਮੁਤਾਬਕ ਜ਼ਿੰਦਗੀ ਜੂਆਂ, ਨਿਯਮਾਂ ਦੀ ਪਾਲਣਾ ਕਰਾਂ, ਮੈਂ ਕਿਵੇਂ ਫਸ ਸਕਦਾ? ਜਦੋਂ ਮੈਂ ਨਿਯਮ ਦੀ ਉਲੰਘਣਾ ਕਰਦਾ, ਸਮਝ ਲਓ ਨਾਲ ਹੀ ਮੇਰੇ ਸਿਰ ਦੇ ਉੱਤੇ ਸਰਕਾਰ ਦਾ ਕੁੰਡਾ, ਮੈਂ ਫਸ ਜਾਂਦਾ। ਹੁਣ ਮੰਨ ਲਓ ਜੇ ਕੋਈ ਬੰਦਾ ਰਿਸ਼ਵਤ ਲੈਂਦਾ ਫੜਿਆ, ਤਾਂ ਰਿਸ਼ਵਤ ਲਈਏ ਤਾਂ ਤਾਂ ਫੜਿਆ ਗਿਆ ਨਾ। ਜੇ ਕੋਈ ਬੰਦਾ ਬੇਈਮਾਨੀ ਕਰਦਾ, ਠੱਗੀ ਮਾਰਦਾ, ਜੇ ਕੋਈ ਗਲਤ ਬੰਨੇ ਤੁਰਿਆ ਹੈ, ਗਲਤ ਬੰਨੇ ਤੁਰਿਆ ਤੇ ਉਹਨੂੰ ਕੋਈ ਕਿਸੇ ਨੇ ਗੱਲ ਕਹੀ ਨਾ, ਉਦੋਂ ਤਾਂ ਬੰਦਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਇਹਦਾ ਅਰਥ ਕਿਤੇ ਨਾ ਕਿਤੇ ਇਨਸਾਨ ਵਿੱਚ ਕਮਜ਼ੋਰੀ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਕਿਰਤ ਦਾ ਅਰਥ ਇੱਥੇ ਸੁਭਾਅ, ਜਹਾਂ ਦਾ। ਹੁਣ ਮੈਂ ਨਮਸਕਾਰ ਕੀਤੀ, ਸਭ ਤੋਂ ਪਹਿਲਾਂ ਗੁਰਦੁਆਰੇ ਆਣ ਕੇ ਆਪਾਂ ਨਮਸਕਾਰ ਕਰਦੇ ਹਾਂ, ਸਰੀਰ ਕਰਕੇ ਅਸੀਂ ਸਿਰ ਝੁਕਾ ਦਿੱਤਾ ਹੈ, ਪਰ ਸੁਭਾਅ ਥੋੜ੍ਹਾ ਬਦਲਦਾ। ਸੁਭਾਅ ਤੇ ਮੈਂ ਆਪਣਾ ਨਾਲ ਲੈ ਕੇ ਜਾਣਾ, ਤੁਸੀਂ ਆਪਣਾ ਨਾਲ ਲੈ ਕੇ ਜਾਣਾ। ਜਿੰਨੀ ਦੇਰ ਤੱਕ ਸਤਿਗੁਰ ਦੀ ਬਾਣੀ ਕਹਿੰਦੀ ਆਪਣਾ ਸੁਭਾਅ ਨਹੀਂ ਬਦਲਦਾ, ਆਪਣੀਆਂ ਆਦਤਾਂ ਨਹੀਂ ਬਦਲਦਾ। ਹੁਣ ਵਾਰੇ ਸ਼ਾਹ ਨੇ ਆਖਿਆ ਸੀ ਆਦਤਾਂ ਨਹੀਂ ਬਦਲਦੀਆਂ, ਵਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਜੀ, ਭਾਵੇਂ ਕੱਟੀਏ
ਪੂਰੀ ਆ ਪੂਰੀ ਆ ਜੀ, ਭਾਵੇਂ ਪੂਰੀ ਪੂਰੀ ਕਰ ਦਿਓ ਆਦਤਾਂ ਨਹੀਂ ਜਾਂਦੀਆਂ, ਪਰ ਸਤਿਗੁਰੂ ਦੀ ਬਾਣੀ ਕਹਿੰਦੀ ਆਦਤਾਂ ਨਹੀਂ ਬਦਲਣੀਆਂ, ਫਿਰ ਗੁਰੂ ਦਾ ਰੋਣ ਕੀ ਹੋਇਆ ਜੀਵਨ 'ਚ? ਇੱਥੇ ਆਦਤਾਂ ਬਦਲਦੀਆਂ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਕਰਮ ਦਾ ਅਰਥ ਕੀ ਹੈ? ਸੁਭਾਅ, ਕੰਮ। ਜੇ ਮੇਰੀਆਂ ਮਾੜੀਆਂ ਆਦਤਾਂ, ਮੇਰੇ ਮਾੜੇ ਕਰਮ ਨਾਸ ਨਹੀਂ ਹੋਣੇ ਤਾਂ ਸਤਿਗੁਰੂ ਜੀ ਤੁਹਾਡੇ ਗੁਣ ਕੀ ਹੋਏ? ਫਿਰ ਸਿੰਘ ਸ਼ਰਨ ਕੱਟ ਜਾਈਏ ਜੋ ਜੰਬੂ ਗ੍ਰਸ ਹੈ। ਸ਼ੇਰ ਦੇ ਕੋਲ ਬਹਿਣ ਦਾ ਕੀ ਫਾਇਦਾ ਹੋਇਆ ਜੇ ਇਹਦੇ ਵੀ ਗਿੱਦੜ ਦਾ ਡਰ ਰਹੇ ਤਾਂ? ਜੇ ਤੁਸੀਂ ਸ਼ੇਰ ਦੇ ਕੋਲ ਬਹਿ ਕੇ ਵੀ ਪਿੱਛੇ ਮੁੜ ਮੁੜ ਵੇਖੀ ਜਾਓ ਤੇ ਕੋਈ ਪੁੱਛੇ ਜੀ ਕੀ ਗੱਲ ਹੈ, ਤੇ ਕਹੀਏ ਜੀ ਕਿਤੇ ਗਿੱਦੜ ਨਾ ਚੁੱਕੇ ਲੈ ਜੇ ਮੈਨੂੰ, ਤੇ ਦੂਜਾ ਤੁਹਾਨੂੰ ਬੰਦਾ ਕਹੇਗਾ ਤੈਨੂੰ ਪਤਾ ਭਾਈ ਵੀ ਜਿਹੜੇ ਕੋਲ ਬੈਠੇ ਬੱਬਰ ਸ਼ੇਰ ਹੈ, ਇਹਦੀ ਗਰਜ ਨਾਲ ਤਾਂ ਗਿੱਦੜ ਕਹੀ ਗਈ ਕੋਹਾਂ ਤੋਂ ਲਾਗੇ ਨਹੀਂ ਆਉਂਦਾ। ਜੇ ਤੂੰ ਅਜੇ ਵੀ ਪਿੱਛੇ ਮੁੜ ਮੁੜ ਵੇਖ ਰਿਹਾ, ਜਾਂ ਸ਼ੇਰ ਨਿਕਲੀ ਹੈ ਜਾਂ ਅਸਲੀ ਸ਼ੇਰ ਤੇ ਤੈਨੂੰ ਯਕੀਨ ਹੈ, ਦੋਵਾਂ ਚੋਂ ਗੱਲ ਇੱਕ ਪੱਕੀ ਹੈ। ਹੁਣ ਇੱਥੇ ਤੇ ਗੱਲ ਨਕਲੀ ਵਾਲੀ ਤੇ ਗੱਲ ਹੋ ਨਹੀਂ ਸਕਦੀ, ਸਾਡਾ ਤੇ ਬੱਬਰ ਸ਼ੇਰ ਅਸਲੀ ਹੈ, ਜਿਹਨੂੰ ਭਾਈ ਗੁਰਦਾਸ ਨੇ ਆ ਕੇ ਸਤਿਗੁਰੂ ਨਾਨਕ ਪ੍ਰਗਟਿਆ। ਗੁਰੂ ਨਾਨਕ ਸਾਹਿਬ ਬੱਬਰ ਸ਼ੇਰ ਦੀ ਗਰਜ ਹੈ ਜਿਹੜੀ ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਡੇ ਸਾਹਮਣੇ ਪਈ ਹੈ। ਸਾਨੂੰ ਆਪਣੇ ਗੁਰੂ ਦੇ ਉੱਤੇ ਤੇ ਕੋਈ ਸ਼ੱਕ ਨਹੀਂ, ਬਸ ਇਹੋ ਗੱਲ ਹੈ ਸਾਨੂੰ ਯਕੀਨ ਨਹੀਂ ਹੈਗਾ ਤਾਂ ਪਿੱਛੇ ਮੁੜ ਮੁੜ ਕੇ ਦੇਖ ਰਹੇ ਹਾਂ। ਅੱਜ ਵਹਿਮ ਹੈ, ਇੱਕ ਵਹਿਮ ਆ ਜੀਵਨ ਜੀਵ ਰਿਹਾ ਬੰਦਾ, ਕਿਤੇ ਮਾਨਸਿਕ ਤੌਰ ਤੇ ਬੰਦਾ ਟੋਰਚਰ ਆਪਣੇ ਆਪ ਨੂੰ ਆਪੇ ਕਰੀ ਜਾਂਦਾ ਹੈ। ਵੀਰਵਾਰ ਕੱਪੜੇ ਨਹੀਂ ਧੋਣੇ, ਐਤਵਾਰ ਆਹ ਨਹੀਂ ਕਰਨਾ, ਸੋਮਵਾਰ ਸ਼ਹੀਦਾਂ ਦਾ ਪਹਿਰਾ, ਮੰਗਲਵਾਰ ਪਤਾ ਨਹੀਂ ਕੀ ਹੈ, ਮੰਗਲਵਾਰ ਮੈਂ ਹਨੂੰਮਾਨ ਦਾ ਵਰਤ ਰੱਖਣਾ, ਬੁੱਧਵਾਰ ਦਾਦਾ ਚਾਚਾ ਜੀ ਦਾ ਰੱਖਣਾ, ਆਹ ਹਾਲ ਹੈ ਸਾਡੇ ਸਮਾਜ ਦੇ। ਮੈਂ ਇਹਨੂੰ ਮੂੰਹ ਕਰਕੇ ਨਹੀਂ ਜਾਣਾ, ਮੈਂ ਇਹਨੂੰ ਮੂੰਹ ਕਰਕੇ ਜਾਣਾ, ਮੇਰੇ ਪਿੱਛੇ ਆਵਾਜ਼ ਮਾਰਤੀ, ਹਾਏ ਮੈਂ ਪਾਣੀ ਰੋਟੀ ਖਾ ਕੇ ਨਹੀਂ ਜਾਣਾ, ਤੂੰ ਗੱਡੀ ਲੈ ਕੇ ਆਇਆ, ਹਾਏ ਤੂੰ ਨਾਰੀਅਲ ਨਹੀਂ ਭੰਨਿਆ, ਤੂੰ ਕਾਲਾ ਧਾਗਾ ਨਹੀਂ ਬੱਧਾ, ਤੂੰ ਨਜ਼ਰ ਵੱਟੋ ਨਹੀਂ ਲਾਏ। ਜਦੋਂ ਤੱਕ ਇਹ ਚੀਜ਼ਾਂ ਕੰਪਨੀ ਕੋਲ ਹੁੰਦੀਆਂ ਨੇ ਨਾ, ਉਹ ਕੁਝ ਨਹੀਂ ਬਣਦੇ ਇਹਦੇ ਨਾਲ, ਉਹ ਜਦੋਂ ਸਾਡੇ ਕੋਲ ਆ ਜਾਂਦੀਆਂ ਨਾਲ ਹੀ ਗੱਡੀ ਬਿਮਾਰ ਕਰ ਦਿੰਦੇ ਸੀ। ਮੈਂ ਉਦਾਹਰਣ ਦਿੰਦਾ ਹੁੰਦਾ, ਪੰਜਾਬੀ ਟਰੈਕਟਰ ਮਹਾਰਾਸ਼ਟਰ ਤੋਂ ਚੱਲ ਕੇ ਪੰਜਾਬ ਜਾਂਦਾ, ਪਿੱਛੋਂ ਟਰੈਕਟਰ ਨੂੰ ਕੁਝ ਨਹੀਂ ਹੁੰਦਾ, ਰੋਡ ਤੇ ਚੱਲ ਕੇ ਜਾਂਦਾ, ਗੱਡੀਆਂ ਜਾਂਦਾ। ਜਦੋਂ ਉਹ ਸਾਡੇ ਕੋਲ ਆਏਗਾ ਅਸੀਂ ਕਾਲਾ ਧਾਗਾ ਬੰਨ ਦੇਣਾ ਨਾਲ, ਕਿਉਂਕਿ ਮੈਂ ਬਿਮਾਰ ਹਾਂ, ਨਾਲ ਹੀ ਟਰੈਕਟਰ ਬਿਮਾਰ ਕਰ ਦੇਣਾ। ਮੈਂ ਬਿਮਾਰ, ਮਾਨਸਿਕ ਤੌਰ ਤੇ ਬਿਮਾਰ ਹਾਂ ਨਾ, ਮੈਨੂੰ ਇਹ ਵਹਿਮ ਹੈ ਵੀ ਹਾਏ ਕਿਸੇ ਦੀ ਨਜ਼ਰ ਵਿੱਚ ਏਡੀ ਵੱਡੀ ਤਾਕਤ ਹੁੰਦੀ ਹੈ, ਉਹ ਤੁਰੀ ਤੁਰੀ ਜਾਂਦਿਆਂ ਗੱਡੀ ਪੂਰੀ ਕਰ ਸਕਦਾ। ਇਹੋ ਜਿਹੇ ਬੰਦੇ ਬਾਰਡਰ ਤੇ ਲੈ ਜਾਓ, ਫਿਰ ਕਿਉਂ ਫੌਜੀ ਮਰਵਾ ਰਹੇ ਆਪਾਂ? ਇਹੋ ਜਿਹੇ 5-7 ਬੰਦੇ ਬਾਰਡਰ ਤੇ ਬਿਠਾਓ, ਲੋਕਾਂ ਤੁਹਾਨੂੰ ਮਿਲੀਅਨ ਡਾਲਰ ਤਨਖਾਹ ਮਿਲੇਗੀ, ਬਸ ਵੇਖਣਾ ਹੀ ਆ ਤੁਸੀਂ ਦੂਜੇ ਸਰਕਾਰ ਵਾਸਤੇ। ਇਹੋ ਜਿਹੇ ਬੰਦਿਆਂ ਨੂੰ ਕਹੋ ਅਰੇ ਮੰਤਰੀ ਖਾਈ ਜਾਂਦੇ, ਦੇਸ਼ਾਂ ਨੂੰ ਇਹਨਾਂ ਵੱਲ ਹੀ ਵੇਖ ਲਓ, ਬੜੇ ਭ੍ਰਿਸ਼ਟ ਸਮਾਜ ਵਿੱਚ ਆਗੂ ਬੈਠੇ ਇਹਨਾਂ ਵੱਲ, ਪਰ ਨਾ ਜੀ ਨਾ, ਸਾਨੂੰ ਕੌਣ ਸਮਝਾਵੇ? ਅਗਲੇ ਦੇ ਨਜ਼ਰ ਕਵਚ ਵੇਖ ਰਹੇ ਨੇ, ਟੀਵੀ ਕੋਈ ਵੇਖ ਲਓ, ਨਜ਼ਰ ਵੱਟੂ ਵੇਖ ਰਹੇ ਨੇ, ਨਜ਼ਰ ਕਵਚ ਵੇਖ ਰਹੇ ਨੇ, ਕੁਬੇਰ ਮਹਾਰਾਜ ਪਤਾ ਨਹੀਂ ਕੀ ਕੁਝ ਅਗਲੇ ਵੇਚੀ ਜਾਂਦੇ ਨੇ। ਗੱਲ ਉਹੀ ਹੈ, ਜਿੰਨੀ ਦੇਰ ਤੱਕ ਮੈਨੂੰ ਸਮਝ ਨਹੀਂ ਅਗਲਾ ਕੁਝ ਵੀ ਵੇਚ ਸਕਦਾ ਹੈ, ਕੁਝ ਵੀ ਵੇਚ ਸਕਦਾ, ਮੈਨੂੰ ਸਮਝ ਨਹੀਂ। ਮੇਰੇ ਸਾਹਿਬਾ ਹਾਂ ਆਪੇ ਪਰਮ ਪੁਲਾਣੀ, ਅੱਖਰ ਲਿਖੇ ਸੇ ਹੀ ਗਾਵਾਂ, ਔਰ ਨਾ ਜਾਣਾ ਬਾਣੀ। ਸ਼ਬਦ ਦੀ ਪਹਿਲੀ ਉਦਾਹਰਨ ਕਿੰਨੀ ਪਿਆਰੀ ਦਿੱਤੀ ਹੈ, ਸਹੁਰਣੀ ਵੱਤ ਸਭ ਕਿਸ ਸਾਂਝੀ, ਧੀ ਜਦੋਂ ਪੇਕੇ ਘਰ ਹੁੰਦੀ ਹੈ, ਸੁਭਾਅ ਇੱਥੋਂ ਬਣਦਾ ਹੈ। ਵੇਖੋ ਜੀ ਉਦਾਹਰਨਾਂ ਨੇ ਗੁਰਦੇਵ ਨੇ ਸਮਾਜਿਕ ਉਦਾਹਰਨਾਂ ਲਈਆਂ ਨੇ। ਜਦੋਂ ਧੀ ਪੇਕੇ ਘਰ ਹੁੰਦੀ, ਤੁਸੀਂ ਕਦੀ ਨੋਟ ਕੀਤਾ ਜਦੋਂ ਘਰ ਵਿੱਚ ਕੋਈ ਚੀਜ਼ ਵਿਕਣ ਆਉਣੀ, ਆਮ ਪਿੰਡਾਂ 'ਚ ਇੰਝ ਹੁੰਦਾ ਸੀ, ਕੋਈ ਚੀਜ਼ ਵਿਕਣ ਆਉਣੀ ਤੇ ਮਾਂ ਨੇ ਉਦੋਂ ਧੀ ਨੂੰ ਕਹਿਣਾ ਆ ਚਾਦਰਾਂ ਆਪਣੀਆਂ ਰੱਖ ਲਾ, ਸਹੁਰੇ ਨਾਲ ਲੈ ਕੇ ਜਾਈ। ਉਹਨੇ ਆਪਣਾ ਵੱਖਰਾ ਹੀ ਸੂਟ ਕੇਸ ਲਾਇਆ ਹੋਣਾ, ਕੋਈ ਚਾਦਰ ਆਉਣੀ ਉਹ ਰੱਖ ਲੈਣੀ, ਕੋਈ ਸਰਾਣਾ ਹੋਣਾ ਉਹਦੇ ਆਪਣੇ ਹੱਥੀਂ ਕਢਾਈ ਕਰਨੀ, ਸਮਾਨ ਹੌਲੀ ਹੌਲੀ, ਉਹ ਸੁਭਾਅ ਬਣ ਗਿਆ ਹੌਲੀ ਹੌਲੀ ਚੀਜ਼ਾਂ ਆਪਣੀਆਂ ਰੱਖਣ ਦਾ। ਇਹ ਸਵਾਲ ਲੈ ਕੇ ਸਹੁਰੇ ਚਲੀ ਗਈ। ਹੁਣ ਸਹੁਰੇ ਘਰ ਜਾਂਦੇ ਆ, ਕਹਿੰਦੀ ਹੈ ਹਾਂਜੀ ਕਿੰਨੇ ਭਰਾ ਤੁਸੀਂ? 2-3। ਜ਼ਮੀਨ ਕਿੰਨੀ ਹੈ? 1 ਕਿੱਲੇ। ਦੁਕਾਨਾਂ ਕਿੰਨੀਆਂ? 1। ਪਲਾਟ ਕਿੰਨੇ ਨੇ? 1। ਅੱਛਾ ਉਹ ਸਾਡੇ ਨੇ ਅਤੇ ਬਾਕੀ ਚੀਜ਼ਾਂ ਮੇਰੀਆਂ, ਬੋਲੋ ਜੀ, ਆਪਣੀਆਂ ਨੇ। ਹੁਣ ਪੇਕੇ ਘਰੋਂ ਲਿਆਂਦਾ ਹੋਇਆ ਸਾਜੋ ਸਮਾਨ, ਪੇਕੇ ਘਰੋਂ ਲਿਆਂਦਾ, ਹੁਣ ਸਾਜੋ ਸਮਾਨ ਨਾ ਵੀ ਆਵੇ, ਸੁਭਾਅ ਨਾਲ ਆਇਆ ਹੈ। ਸਹੁਰੜੀ ਵੱਤ ਸਭ ਕਿਸ, ਸਹੁਰੇ ਘਰ ਦੀ ਵਸਤੂ ਤਾਂ ਸਾਰਿਆਂ ਦੀ ਸਾਂਝੀ। ਹੁਣ ਜਿਵੇਂ ਸਹੁਰੇ ਘਰ ਆਉਂਦੇ ਕਹਿਣਾ ਬਾਪੂ ਦੀ ਜ਼ਮੀਨ ਕਿੰਨੀ ਹੈ ਜੀ? 30 ਕਿੱਲੇ। ਭਰਾ ਕਿੰਨੇ ਆ? 3। 10 ਕਿੱਲੇ ਸਾਡੇ, 10 ਦੇਰ ਦੇ, 10 ਜੇਠ ਦੇ। ਅਤੇ ਜਿਹੜਾ ਬਾਪੂ ਦੀ ਅੱਖ 'ਚ ਕਾਲਾ ਮੋਤੀ ਆ ਪਿਆ, ਉਹ ਗੁਆਂਢੀ ਘਟਾਉਣਾ ਕੋਈ ਸਤਨਾਮ। ਜੇ ਮੈਂ ਜ਼ਮੀਨ 'ਤੇ ਹੱਥ ਰੱਖਦਾ ਤਾਂ ਬਾਪੂ ਦਾ ਇਲਾਜ ਕਿਹਨੇ ਕਰਾਉਣਾ? ਜਿਹੜੀ ਮਾਂ ਨੇ ਆਪਣੇ ਹੱਥ
ਨੌਂ ਸਾਲੇ ਬਰਤਨ ਮਾਂਜ ਮਾਂਜ ਕੇ ਮਜ਼ਦੂਰੀ ਕਰ ਕਰਕੇ ਜਿਹਨੇ ਇੱਥੋਂ ਤੱਕ ਪਹੁੰਚਾਇਆ ਉਹਨੂੰ ਕੌਣ ਪੁੱਛੇਗਾ? ਪੁੱਤ ਵੀ ਕਹਿੰਦਾ, ਪਤਨੀ ਵੀ ਕਹਿੰਦੀ ਹੈ, ਆ ਜਾਇਦਾਦ ਮੇਰੀ ਹੈ ਤੇ ਮੇਰਾ ਹੱਕ ਹੈ, ਤੇ ਬਾਪੂ ਨੂੰ ਕੌਣ ਸਾਂਭੂ, ਮਾਂ ਨੂੰ ਕੌਣ ਸਾਂਭੂ, ਉਹਦੀ ਸੇਵਾ ਸੰਭਾਲ ਕੌਣ ਕਰੂ? ਉਹ ਕਿਸੇ ਡੇਰੇ ਛੱਡ ਆਓ। ਇੰਝ ਹੀ ਹੋ ਰਿਹਾ ਸਾਡੇ ਸਮਾਜ 'ਚ, ਰੁੜਦਾ ਫਿਰਦਾ। ਸਾਨੂੰ ਸਾਨੂੰ ਆਪਣੇ ਹੱਕ ਚੇਤੇ ਨੇ, ਫਰਜ਼ਾਂ ਬਾਰੇ ਅਸੀਂ ਕੁਦਾਈ ਕਰ ਰਹੇ, ਫਰਜ਼ਾਂ ਨੇ ਕੋਈ ਹੋਰ ਹੀ ਪੂਰੇ ਕਰ ਜਾਵੇ। ਸਹੁਰੜੀ ਵੱਤ ਸਭ ਕਿਸ ਸਾਂਝੀ। ਵੈਸੇ ਕਈ ਵਾਰੀ ਸੋਚਦਾ ਹੁੰਦਾ ਮੈਂ ਵੀ ਜਦੋਂ ਅਸੀਂ ਆਪਣੇ ਬਾਰੇ ਇੰਝ ਸੋਚੀ ਜਾਂਦੇ ਹਾਂ, ਮੰਨ ਲਓ ਅਸੀਂ ਵੀ ਗ੍ਰਿਸ਼ਤੀ ਹਾਂ, ਜੇ ਆਪਾਂ ਇੰਝ ਸੋਚੀਏ ਵੀ ਮੈਂ ਆਪਣੀ ਮਾਂ ਨੂੰ ਨਾ ਪੁੱਛਾਂ, ਮੈਂ ਆਪਣੇ ਬਾਪ ਨੂੰ ਨਾ ਪੁੱਛਾਂ, ਆਪਣੇ ਵੱਡਿਆਂ ਨੂੰ ਨਾ ਪੁੱਛਾਂ, ਮੈਂ ਆਪਣੇ ਪੁੱਤ ਤੋਂ ਇਹ ਆਸ ਲਾਉਣੀ ਵੀ ਇਹ ਵੱਡਾ ਹੋ ਕੇ ਮੇਰੀ ਸੇਵਾ ਕਰੋ, ਉਹ ਕਿਉਂ ਕਰੂਗਾ? ਉਹਨੂੰ ਸਮਝ ਨਹੀਂ ਆ ਰਹੀ ਆ ਕੀ ਕੁਝ ਹੋ ਰਿਹਾ ਸਾਰਾ ਕੁਝ, ਉਹਦੇ ਅੰਦਰ ਉਹ ਪਿਕਚਰ ਬਣ ਨਹੀਂ ਰਹੀ ਸਾਰਾ ਕੁਝ, ਉਹਦੇ ਅੰਦਰ ਸਾਰੀ ਚੀਜ਼ ਸੇਵ ਨਹੀਂ ਹੋ ਰਹੀ। ਭਲਾ ਜੋ ਮੈਂ ਕਰ ਰਿਹਾ ਉਹ ਭਲਾ ਮੇਰੇ ਨਾਲ ਇਹ ਤੋਂ ਵੱਧ ਨਹੀਂ ਕਰੂਗਾ? ਉਹ ਤਾਂ ਕਹਾਣੀ ਨਹੀਂ ਆਉਂਦੀ ਵੀ ਜਿਵੇਂ ਇੱਕ ਬੰਦਾ ਆਪਣੇ ਪਿਓ ਨੂੰ ਕਿਤੇ ਸੁੱਟਣ ਜਾ ਰਿਹਾ ਸੀ ਦਰਿਆ ਦੇ ਵਿੱਚ। ਹੁਣ ਇਹ ਗੱਲਾਂ ਸੱਚੀਆਂ ਨਾ ਵੀ ਹੋਣ ਪਰ ਵਿਅੰਗਮਈ ਨੇ ਸਿੱਖਿਆ ਮਿਲਦੀ ਹੈ। ਦੁਖੀ ਬੜਾ ਸੀ ਵਿਚਾਰਾ, ਜ਼ਖਮ ਪਾਕ ਹੋ ਗਈ ਜਾਂਦੀ ਸੀ, ਕਹਿੰਦਾ ਪੁੱਤ ਇਹਦੇ ਨਾਲੋਂ ਤਾਂ ਮੈਨੂੰ ਕਿਸੇ ਦਰਿਆ 'ਚ ਸੁੱਟਿਆ, ਉਹਨੇ ਸਿਰ 'ਤੇ ਚੁੱਕਿਆ ਸੁੱਟਣ ਜਾ ਰਿਹਾ ਸੀ। ਤੂੰ ਆਪਣੇ ਪੁੱਤ ਨੂੰ ਉਹਦਾ ਥੋੜ੍ਹਾ ਜਿਹਾ ਅੱਗੇ ਸੁੱਟੀ ਜਾ ਕੇ, ਕਹਿੰਦਾ ਕਿਉਂ? ਉਹਦਾ ਥੋੜ੍ਹਾ ਜਿਹਾ ਹੋਰ ਅੱਗੇ ਸੁੱਟੀ, ਕਹਿੰਦਾ ਕਿਉਂ? ਕਹਿੰਦਾ ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ। ਉਹਦੀਆਂ ਚੀਕਾਂ ਨਿਕਲ ਗਈਆਂ, ਕਹਿੰਦਾ ਸਾਡੇ ਦੇ ਖਾਨਦਾਨ ਦੀ ਪਰੰਪਰਾ ਚੱਲਦੀ ਹੁੰਦੀ ਹੈ ਵੀ ਇਹਦਾ ਮਤਲਬ ਇਹਦੇ ਪਿਓ ਨੂੰ ਇਹਨੇ ਆਪਣੇ ਪਿਓ ਨੂੰ ਇਹਨੇ ਸੁੱਟਿਆ ਅਤੇ ਇਹਨੂੰ ਮੈਂ ਸੁੱਟਣ ਆਇਆ, ਇਹਦਾ ਮਤਲਬ ਮੇਰਾ ਵੀ ਵੇਖਣ ਡਿਆ, ਵਾਰੀ ਮੇਰੀ ਵੀ ਗਾਂਹ ਆਊਗੀ। ਇਹ ਕੁਝ ਘਟਨਾਵਾਂ ਨੇ ਜਿਹੜੀਆਂ ਸਾਨੂੰ ਅਸੀਂ ਸਾਨੂੰ ਲੱਗਦਾ ਸਾਡੇ ਬੱਚੇ ਨੂੰ ਕਿਹੜਾ ਦਿਸ ਰਿਹਾ, ਉਹ ਦਿਸ ਰਿਹਾ ਸਾਰਾ ਕੁਝ ਅੰਦਰ ਉਹਨਾਂ ਦੇ ਸੇਵ ਹੋ ਰਿਹਾ। ਫਰਕ ਇਹ ਆ ਵੀ ਇਹ ਪ੍ਰਗਟ ਹੋਏਗਾ 10-15 ਸਾਲਾਂ ਬਾਅਦ ਜਾ ਕੇ। ਇਸੇ ਨੂੰ ਆਖਿਆ ਸੀ ਸੁਪਨੇ ਦੀ ਜ਼ਿੰਦਗੀ ਚੋਂ ਬਾਹਰ ਨਿਕਲ, ਹਕੀਕਤ ਦੀ ਜ਼ਿੰਦਗੀ ਜੀਉ ਕੇ ਵੇਖ। ਸਹੁਰੜੀ ਵੱਤ ਸਭ ਕਿਸ ਸਾਂਝੀ। ਪਤੀ ਪਰਮਾਤਮਾ ਵੱਲੋਂ ਜਿਹੜੀ ਆ ਨਾਮ ਧਾਨ ਦੀ ਵਸਤੂ ਮਿਲੀ ਹੈ ਇਹ ਸਾਰਿਆਂ ਵਿੱਚ ਵੰਡਣ ਵਾਲੀ ਸੀ। ਉਦਾਹਰਣ ਦੁਨਿਆਵੀ ਔਰਤ ਦੀ ਦਿੱਤੀ, ਗੱਲ ਪਰਮੇਸ਼ਰ ਦੀ ਕੀਤੀ। ਸਹੁਰੜੀ ਵੱਤ ਪਰਮਾਤਮਾ ਪਤੀ ਵੱਲੋਂ ਆਹੀ ਵਸਤੂ ਨਾਮ ਧਾਨ ਦਿੱਤੀ ਹੈ, ਸਾਰਿਆਂ 'ਚ ਵੰਡਣ ਲਈ ਮਿਲੀ ਤੈਨੂੰ, ਵੰਡ ਜਿੰਨਾ ਵੰਡੇਗਾ ਉਨੀ ਵਧੇਗੀ। ਸਹੁਰੜੀ ਵੱਤ ਸਭ ਕਿਸ ਸਾਂਝੀ, ਪੇਵਕੜਾ ਧਨ ਵਕੇ। ਪਰ ਮੈਂ ਪੇਕੇ ਘਰ ਰਹਿ ਰਿਹਾ ਕਿ ਵਿਤਕਰੇ ਕਰ ਨਹੀਂ ਸਿੱਖੀ, ਹੁਣ ਮੈਂ ਵੰਡ ਕੇ ਨਹੀਂ ਸਕਾਂ, ਮੈਨੂੰ ਤਾਂ ਵੰਡਣਾ ਆਉਂਦਾ ਹੀ ਨਹੀਂ। ਹੁਣ ਮੈਂ ਜੇ ਦੁਕਾਨ 'ਤੇ ਬੇਈਮਾਨੀ ਕਰਦਾ, ਆਪਣੇ ਆਪਸ ਵਿੱਚ ਠੱਗੀ ਮਾਰਦਾ, ਜੇ ਮੈਂ ਆਪਣੇ ਘਰ ਵਿੱਚ ਬੇਈਮਾਨੀ ਕਰਦਾ, ਅਤੇ ਜੇ ਕੋਈ ਇਹੋ ਜਿਹੀ ਬਿਰਤੀ ਵਾਲੇ ਬੰਦੇ ਨੂੰ ਇਹ ਵਸਤੂ ਮਿਲ ਵੀ ਗਈ, ਉਹ ਵੰਡੇਗਾ ਕਿਵੇਂ? ਕਿਉਂਕਿ ਸੁਭਾਅ ਤਾਂ ਉਹ ਆ। ਇਹੋ ਜਿਹੇ ਸੁਭਾਅ ਵਾਲਾ ਬੰਦਾ ਜੇ ਕਕਾਰ ਪਾ ਵੀ ਲਵੇ, ਇਹੋ ਜਿਹੇ ਸੁਭਾਅ ਵਾਲਾ ਬੰਦਾ ਜੇ ਗੁਰੂ ਕੋਲ ਆਣ ਕੇ ਇਸ ਬੰਨੇ ਤੁਰ ਵੀ ਪਵੇ, ਜਿੰਨੀ ਦੇਰ ਤੱਕ ਆਪਣਾ ਵਿਤਕਰਿਆਂ ਵਾਲਾ ਸੁਭਾਅ ਨਹੀਂ ਛੱਡਦਾ, ਉਨੀ ਦੇਰ ਤੱਕ ਇਹ ਵਸਤੂ ਵੰਡਣ ਦੀ ਜਾਚ ਉਹਨੂੰ ਨਹੀਂ ਆਉਂਦੀ। ਮੈਂ ਆਪਣਾ ਸੁਭਾਅ ਬਦਲਣ ਨੂੰ ਤਿਆਰ ਨਹੀਂ ਹਾਂ। ਸਹੁਰੜੀ ਵੱਤ ਸਭ ਕਿਸ ਸਾਂਝੀ, ਪੇਵਕੜਾ ਧਨ ਵਖੇ ਆਪ ਕੁਛ ਜੀ। ਹੁਣ ਜੇ ਪੇਕੇ ਘਰ ਉਹ ਸਹੁਰੇ ਘਰ ਜਾ ਕੇ ਉੱਥੋਂ ਸੁੱਖ ਨਾ ਮਿਲਿਆ, ਅੱਧੀ ਰਾਤ ਤੜਫਦੀ ਸੀ, ਸੱਸ ਨੇ ਪੁੱਛਿਆ ਨਾ, ਬਿਮਾਰ ਸੀ, ਪਤੀ ਨੇ ਆਪੇ ਰੋਟੀਆਂ 2 ਪਕਾਈਆਂ, ਮਾਂ ਦੀ ਕੋਈ ਗੱਲ ਨਹੀਂ, ਫਿਰ ਆਪਣੀ ਖਾਓ ਅਤੇ ਆਪਣੀ ਪਕਾਓ, ਮੈਂ ਕੀ ਲੈਣਾ। ਅਤੇ ਧੀ ਨੂੰ ਫਿਰ ਸਮਝ ਲੱਗੀ, ਆਪ ਕੁਛ ਜੀ ਦੋਸ਼ ਨਾ ਦੇਊ, ਜੇ ਅੱਜ ਮੇਰੀ ਦਰਾਣੀ ਨਹੀਂ ਮੈਨੂੰ ਪੁੱਛਦੀ, ਮੇਰੀ ਸੱਸ ਨਹੀਂ ਪੁੱਛਦੀ, ਮੇਰੀ ਇਹ ਮਾਏ, ਮੈਂ ਅੱਜ ਮੰਨਦੀ ਹਾਂ ਕਿ ਇਹ ਕੁਛ ਅੱਜ ਪੁਣਾ ਮੈਂ ਖੁਦ ਆਪ ਕੀਤਾ, ਤਾਂ ਅੱਜ ਮੇਰੀ ਸੱਸ ਨੇ ਮੈਨੂੰ ਪੁੱਛਿਆ ਨਹੀਂ, ਇਹਦੀ ਜ਼ਿੰਮੇਵਾਰ ਮੈਂ, ਬੋਲੋ ਜੀ ਆਪ ਹਾਂ। ਆਪ ਕੁਛ ਜੀ ਦੋਸ਼ ਨਾ ਦੇਊ, ਜਾਣਾ ਨਾ ਹੀ ਰੱਖੇ। ਹੁਣ ਆਹ ਸ਼ਬਦ ਕਿਤੇ ਧੀਆਂ ਦੇ ਨਾਲ ਬਹਿ ਕੇ ਪੇਕੇ ਘਰ ਬਹਿ ਕੇ ਵਿਚਾਰੇ ਜਾਣ, ਪਰ ਕੌਣ ਵਿਚਾਰੇ ਜੀ? ਇਹ ਤਿਆਰੀ ਹੁੰਦੀ ਮਨ ਦੀ। ਪਰ ਆਪਾਂ ਤਾਂ ਨਵੀਆਂ ਦੁਕਾਨਾਂ ਖੋਲੀਆਂ, ਬਿਊਟੀ ਪਾਰਲਰ, ਜਿੱਥੇ ਤਨ ਦੀ ਤਿਆਰੀ ਹੁੰਦੀ ਹੈ, ਮਨ ਦੀ ਤਿਆਰੀ ਤਾਂ ਹੈ ਹੀ ਨਹੀਂ। ਜਿਹਨੇ ਲੱਗਦਾ ਨਾ ਤੁਹਾਨੂੰ ਜਿੰਨਾ ਗਰੋਸਰੀ 'ਤੇ ਖਰਚਾ ਆ ਰਿਹਾ ਸਾਡਾ, ਉਹਦੇ ਨਾਲੋਂ ਕਈ ਪਰਸੈਂਟ ਵੱਧ ਹਿੱਸਾ ਸਾਡੇ ਤਨ ਦੀ ਸ਼ਿੰਗਾਰ 'ਤੇ ਆ ਰਿਹਾ, ਅਤੇ ਜਿੰਨੇ ਤਨ ਖੂਬਸੂਰਤ ਹੁੰਦੇ ਜਾਂਦੇ ਆ, ਮਨ ਬਦਸੂਰਤ ਹੁੰਦੇ ਜਾਂਦੇ ਆ। ਮਨ ਕਰਕੇ ਇੰਨੀ ਸੜਿਆਂਦ ਆ ਰਹੀ ਹੈ ਵੀ ਕੋਲ ਬਹਿਣ ਨੂੰ ਵੀ ਤਿਆਰ ਨਹੀਂ। ਜਿੰਨਾ ਬਾਡੀ ਨੂੰ ਲਿਸ਼ਕਾਇਆ ਜਾ ਰਿਹਾ, ਜਿੰਨੇ ਉਹਨਾਂ ਹੋ ਸਕਦਾ ਆਟੇ ਦਾਲ ਦਾ ਖਰਚਾ ਨਾ ਹੋਵੇ ਘਰ ਦਾ, ਜਿੰਨਾ ਇਹਨਾਂ ਚੀਜ਼ਾਂ 'ਤੇ ਖਰਚਾ ਆ ਰਿਹਾ, ਪੈਰ ਤੋਂ ਲੈ ਕੇ ਸਿਰ ਤੱਕ ਦੀ ਤਿਆਰੀ, ਬਹੁਤਿਆਂ ਦੀ ਐਨਰਜੀ ਵੇਸਟ ਹੀ ਇਸੇ ਕੰਮ 'ਤੇ ਹੁੰਦੀ ਵੀ ਸਵੇਰੇ ਉੱਠ ਕੇ ਨਪਾਉਣਾ ਕੀ ਆ,
ਮੈਂ ਕਿਦਾਂ ਦਾ ਪਾ ਕੇ ਜਾਵਾਂ ਵੀ ਸਾਰਾ ਵਿਆਹ ਮੇਰੇ ਵੱਲ ਹੀ ਵੇਖੇ, ਕੋਈ ਨਹੀਂ ਕਿਸੇ ਵੱਲ ਵੇਖਦਾ। ਮੈਂ ਕਿ ਸਿੱਧੀ ਜੀ ਉਦਾਹਰਨ ਦਿੰਦਾ ਹੁੰਦਾ, ਲਾੜੇ ਦੇ ਪਿਓ ਨੂੰ ਕਹੋ ਵੀ ਤੂੰ ਚੱਪਲਾਂ ਪਾ ਕੇ ਜਾਣਾ ਵਿਆਹ, ਜੇ ਸਾਰੀ ਬਰਾਤ ਕਹਿ ਦਿਓ ਨਾ ਵੀ ਅੱਜ ਲਾੜੇ ਦੇ ਪਿਓ ਨੇ ਚੱਪਲਾਂ ਪਾਈਆਂ, ਇੰਨਾ ਟਾਈਮ ਹੀ ਹੈ ਨਹੀਂ ਕਿਸੇ ਕੋਲ ਕਿਉਂਕਿ ਮੈਂ ਆਪਣੇ ਕੱਪੜੇ ਪਾ ਕੇ ਮੇਰੇ ਵੱਲ ਕੋਈ ਵੇਖੇ। ਹਰ ਇੱਕ ਬੰਦਾ ਆਪਣੀ ਤਿਆਰੀ ਇਹਦੇ ਕਰਦਾ, ਕੋਈ ਮੈਨੂੰ ਵੇਖਦਾ, ਕੋਈ ਕਿਸੇ ਵੱਲ ਨਹੀਂ ਵੇਖਦਾ, ਹਰ ਇੱਕ ਨੂੰ ਇਹ ਲੱਗਾ ਹੋਇਆ ਕੋਈ ਮੇਰੇ ਵੱਲ ਵੇਖੇ। ਇਸੇ ਚੀਜ਼ ਨੇ ਅੱਜ ਤੇ ਸਤਿਗੁਰ ਦੀ ਬਾਣੀ ਇਹੋ ਕਹਿੰਦੀ ਵੀ ਜੇ ਤਨ ਕਰਕੇ ਤੇਰੇ ਇਹ ਭਾਵਨਾ ਤੇ ਮਨ ਕਰਕੇ ਵੀ ਖੂਬਸੂਰਤੀ ਲਿਆ, ਜੇ ਤਨ ਕਰਕੇ ਤੇਰੇ ਅੰਦਰ ਇਹ ਭਾਵਨਾ ਵੀ ਲੋਕ ਤੇਰੇ ਵੱਲ ਵੇਖਣਾ, ਮਨ ਕਰਕੇ ਵੀ ਖੂਬਸੂਰਤੀ ਲੈ ਗਿਆ, ਮਨ ਵਿੱਚ ਵੀ ਚੰਗੀਆਂ ਵਿਚਾਰਾਂ ਪੈਦਾ ਕਰ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਖੂਬਸੂਰਤੀ ਜੀਵਨ ਦੇ ਵਿੱਚ ਲੈ ਕੇ ਆ। ਆਪ ਕੁਛ ਜੀ ਦੋਸ਼ ਨਾ ਦੇਊ, ਜੇ ਅੱਜ ਕੁਝ ਵਿਗੜਿਆ ਹੈ ਤੇ ਇਹਦਾ ਜ਼ਿੰਮੇਵਾਰ ਮੈਂ ਆਪ। ਆਪ ਕੁਛ ਜੀ ਦੋਸ਼ ਨਾ ਦੇਊ, ਜਾਣਾ ਨਹੀਂ ਰੱਖੇ, ਮੈਨੂੰ ਰੱਖਣਾ ਨਹੀਂ ਆਇਆ। ਕੀ ਨਹੀਂ ਰੱਖਣਾ ਆਇਆ? ਸਮਾਜ ਵਿੱਚ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਆਇਆ ਮੈਨੂੰ, ਸਮਾਜ ਵਿੱਚ ਰਹਿਣਾ ਕਿਵੇਂ ਸੀ। ਕਈ ਹੁੰਦੇ ਨੇ ਕਾਰੋਬਾਰ ਖੁਦ ਖੜਾ ਕਰਦੇ ਨੇ, ਕਈਆਂ ਨੂੰ ਮਾਂ ਬਾਪ ਖੜਾ ਕਾਰੋਬਾਰ ਕਰਕੇ ਦੇ ਕੇ ਜਾਂਦੇ ਨੇ, ਤਾਂ ਵੀ ਸਾਂਭਣਾ ਨਹੀਂ ਆਉਂਦਾ। ਇੱਕ ਹੁੰਦਾ ਕਾਰੋਬਾਰ ਕਿਸੇ ਨੂੰ ਤੁਸੀਂ ਪੈਦਾ ਕਰਕੇ ਬੱਚਿਆਂ ਨੂੰ ਦੇ ਦਿਓ ਵੀ ਪੁੱਤ ਹੁਣ ਸਭ ਕੁਝ ਬਣਾ ਤਾ ਚਲਾਓ ਇਹਨੂੰ। ਇੱਕ ਹੁੰਦਾ ਖੁਦ ਬੱਚਾ ਆਪਣੇ ਪੈਰਾਂ 'ਤੇ ਆਪ ਖੜਾ ਹੋ ਕੇ ਤੁਰਦਾ, ਕਿਉਂਕਿ ਉਹਨੂੰ ਪਤਾ ਹੈ ਕਿਰਸ ਕਰਨ ਦਾ ਪਤਾ ਹੈ, ਸਮਾਜ ਵਿੱਚ ਵਿਚਰਨ ਦਾ ਪਤਾ ਹੈ, ਤੁਰਨ ਦਾ ਪਤਾ ਹੈ, ਤਰੀਕੇ ਤੌਰ ਤਰੀਕੇ ਸਾਰੇ ਆਉਂਦੇ ਨੇ। ਸਤਿਗੁਰੂ ਜੀ ਇਹੋ ਗੱਲਾਂ ਸਮਝਾਉਂਦੇ ਨੇ, ਹੇ ਰੱਬ ਜੀ ਤੁਹਾਡਾ ਨਾਮ ਧਨ ਤੁਹਾਡੀਆਂ ਚੰਗਿਆਈਆਂ ਇਹ ਤਾਂ ਗੁਣ ਸੀ, ਪਰ ਮੈਨੂੰ ਨਾ ਆਪ ਜਿਉਣੇ ਆਏ ਨਾ ਮੈਂ ਕਿਸੇ ਨੂੰ ਦੱਸ ਸਕਿਆ। ਆਪ ਕੁਛ ਜੀ ਦੋਸ਼ ਨਾ ਦੇਊ, ਜਾਣਾ ਨਹੀਂ ਰੱਖੇ, ਕੱਢ ਕਸੀਦਾ ਪੈਰੈ ਚੋਲੀ ਤਾਂ ਤੂੰ ਜਾਣੋ ਨਾਰੀ। ਤੁਸੀਂ ਵੇਖਿਆ ਕੱਪੜਾ ਤੇ ਸਧਾਰਨ ਹੀ ਹੁੰਦਾ, ਸਧਾਰਨ ਕੱਪੜੇ ਦੀ ਕੀਮਤ ਉਦੋਂ ਡਬਲ ਹੋ ਜਾਂਦੀ ਹੈ, ਤਿੰਨ ਗੁਣਾ ਵੱਧ ਜਾਂਦੀ ਜਦੋਂ ਉਹਦੇ ਕਸੀਦਾ ਕੱਢਿਆ ਜਾਂਦਾ, ਕਢਾਈ ਕੀਤੀ ਜਾਂਦੀ ਹੈ, ਫਿਰ ਉਹਦੀ ਕੀਮਤ ਕੱਪੜਾ ਉਹੀ ਹੁੰਦਾ ਪਰ ਉਹਦੇ ਕਸੀਦੇ ਕਰਕੇ ਉਹਦੀ ਕੀਮਤ ਵੱਧ ਗਈ। ਤੁਸੀਂ ਆ ਭੈਣਾਂ ਨੂੰ ਪਤਾ ਕੱਪੜਾ ਉਹੀ ਹੁੰਦਾ, ਸਧਾਰਨ ਕੱਪੜਾ ਫਜਲੋਂ ਉੱਤੇ ਕਢਾਈ ਕੱਢੀ ਜਾਂਦੀ ਹੈ, ਫੁੱਲ ਬੂਟੇ ਪਾਏ ਜਾਂਦੇ ਨੇ, ਫਿਰ ਉਹਦੀ ਕੀਮਤ ਵੱਧ ਜਾਂਦੀ ਹੈ। ਮਨ ਕੱਪੜਾ ਹੈ, ਜਦੋਂ ਇਸ ਮਨ ਕੱਪੜੇ ਉੱਤੇ ਗੁਣਾਂ ਦਾ ਕਸੀਦਾ ਕੱਢਿਆ ਜਾਊ, ਇਹਦੇ ਸੰਤੋਖ ਦਾ ਕਸੀਦਾ ਕੱਢਿਆ ਜਾਊ, ਦਇਆ ਦਾ ਕਸੀਦਾ ਕੱਢਿਆ ਜਾਊ, ਧਰਮ ਦਾ ਕਸੀਦਾ ਕੱਢਿਆ ਜਾਊ, ਨਿਮਰਤਾ ਦਾ ਕਸੀਦਾ ਕੱਢਿਆ ਜਾਊ, ਇਸੇ ਕੱਪੜੇ ਦੀ ਕੀਮਤ ਵੱਧ ਜਾਂਦੀ। ਕੱਢ ਕਸੀਦਾ ਪੈਰੈ ਚੋਲੀ, ਧੀਏ ਇਹ ਪੁੱਤ ਇਹ ਮਨ ਕੱਪੜਾ ਹੈ, ਇਹਦੇ ਉੱਤੇ ਮੈਂ ਗੁਣਾਂ ਦਾ ਕਸੀਦਾ ਕੱਢਣਾ। ਤੇ ਸਤਿਗੁਰ ਦੀ ਬਾਣੀ ਕਹਿੰਦੀ ਜਿਹੜੀਆਂ ਜਿਹੜੀਆਂ ਔਰਤਾਂ, ਇੱਥੇ ਔਰਤ ਨਰ ਤੇ ਮਾਦਾ ਸਾਂਝੇ ਵਾਸਤੇ ਸ਼ਬਦ ਵਰਤੇ, ਭਾਵੇਂ ਕੋਈ ਇਸਤਰੀ ਹੈ ਭਾਵੇਂ ਕੋਈ ਮਰਦ ਹੈ, ਇੱਥੇ ਨਾਰੀ ਸ਼ਬਦ, ਕਿਉਂਕਿ ਇਸ ਜੱਗ ਮੈਂ ਪੁਰਖ ਇੱਕ ਹੈ ਹੋਰ ਸਗਲੀ ਨਾਰ ਸਬਾਈ, ਇਸ ਜਗਤ ਵਿੱਚ ਪੁਰਖ ਇੱਕੋ ਹੀ ਹੈ, ਬਾਕੀ ਸਾਰੇ ਆਪਾਂ ਪਰਮੇਸ਼ਰ ਦੀਆਂ ਜੀਵ ਇਸਤਰੀਆਂ। ਇੱਥੇ ਗੱਲ ਸਾਰਿਆਂ ਵਾਸਤੇ ਹੈ, ਉਹ ਜੀਵ ਇਸਤਰੀਆਂ, ਚਾਹੇ ਨਰ ਹੈ ਚਾਹੇ ਕੋਈ ਮਾਦਾ ਹੈ, ਚਾਹੇ ਔਰਤ ਹੈ ਚਾਹੇ ਕੋਈ ਮਰਦ ਹੈ, ਉਹ ਹੀ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਜਿਹਨਾਂ ਨੂੰ ਆਪਣੇ ਮਨ ਦੇ ਇਸ ਕੱਪੜੇ ਉੱਤੇ ਗੁਣਾਂ ਦਾ ਕਸੀਦਾ ਕੱਢਣ ਦੀ ਜਾਚ ਆ ਗਈ। ਕੱਢ ਕਸੀਦਾ ਪੈਰੈ ਚੋਲੀ ਤਾਂ ਤੂੰ ਜਾਣੋ ਨਾਰੀ, ਜੇ ਘਰ ਰੱਖੈ, ਜੇ ਆਪਣਾ ਘਰ ਰੱਖਣਾ ਆ ਜਾਏ, ਰੱਖਣ ਦਾ ਅਰਥ ਕੀ ਹੈ, ਜਿਹਨੂੰ ਆਪਣੇ ਅੰਦਰ ਗੁਣ ਸਾਂਭਣੇ ਆ ਜਾਣ, ਚੰਗੀਆਂ ਆਦਤਾਂ ਸਾਂਭਣੀਆਂ, ਜੇ ਘਰ ਰੱਖੈ ਬੁਰਾ ਨਾ ਚਾਖੈ ਹੋਵੇ ਕੰਤ ਪਿਆਰੀ। ਇਹਦੇ ਨਾਲ ਮੇਰੀ ਇਹ ਭੈਣੇ, ਤੂੰ ਦੁਨਿਆਵੀ ਕੰਤ ਦੀ ਵੀ ਪਿਆਰੀ ਬਣ ਜਾਏਗੀ ਤੇ ਰੱਬ ਦੀ ਕੰਤ ਦੀ ਵੀ ਪਿਆਰੀ ਬਣ ਜਾਏਗੀ। ਇਹ ਮਰਦ ਵਾਸਤੇ ਵੀ ਹੈ, ਜੇ ਤੂੰ ਚਾਹੁੰਦਾ ਤੇਰੀ ਔਰਤ ਤੇਰੇ ਨਾਲ ਪਿਆਰ ਕਰੇ, ਤੇਰੇ ਬੱਚੇ ਤੇਰੇ ਨਾਲ ਪਿਆਰ ਕਰ, ਤੇਰਾ ਮਾਂ ਬਾਪ ਤੇਰਾ ਦੋਸਤ ਤੇਰਾ ਮਿੱਤਰ ਤੇਰਾ ਸਮਾਜ ਤੈਨੂੰ ਚੰਗਾ ਜਾਣੇ, ਤੇ ਆਪਣੇ ਅੰਦਰ ਗੁਣਾਂ ਦਾ ਕਸੀਦਾ ਕੱਢ, ਇਹਦੇ ਨਾਲ ਜੇ ਸਮਾਜ ਵਿੱਚ ਤੈਨੂੰ ਪਿਆਰ ਮਿਲੇਗਾ, ਮਾਲਕ ਵੀ ਪਰਮਾਤਮਾ ਵੀ ਤੇਰੇ ਨਾਲ ਪਿਆਰ ਕਰੇ, ਕਿਉਂਕਿ ਮਾਲਕ ਇਹਨਾਂ ਵਿੱਚ ਹੀ ਦਿੰਦਾ ਹੈ। ਜੇ ਘਰ ਰੱਖੈ ਬੁਰਾ ਨਾ ਚਾਖੈ ਹੋਵੇ ਕੰਤ ਪਿਆਰੀ, ਜੇ ਤੂੰ ਪੜਿਆ ਪੰਡਤ ਬੀਨਾ, ਹੇ ਭਾਈ ਜੇ ਤੂੰ ਚੰਗਾ ਪੜ੍ਹਿਆ ਲਿਖਿਆ ਸਿਆਣਾ ਸੂਝਵਾਨ ਆਪਣੇ ਆਪ ਨੂੰ ਸਮਝਦਾ ਹੈ ਨਾ, ਤੇ ਆਹ ਕੰਮ ਕਰ। ਕੀ ਦੋਏ ਅੱਖਰ, ਦੋ ਅੱਖਰ ਰਾਮ ਤੇ ਨਾਮ,
ਜਾਨੀ ਕਿ ਪਰਮੇਸ਼ਰ ਦਾ ਨਾਮ ਉਹਦੇ ਗੁਣ ਦੋਏ ਨਾਵਾ ਇਹਨੂੰ ਨਾਵਾ ਪੜ੍ਹਨਾ ਨਾਵਾ ਨਹੀਂ ਪੜ੍ਹਨਾ ਨਾਵਾ ਨਾਵ ਦਾ ਅਰਥ ਹੈ ਨਾਵ ਕਿਸ਼ਤੀ ਬੇੜੀ ਜਿਹਨੂੰ ਆਪਾਂ ਬਿੰਦੀ ਲਾ ਦਿੱਤੀ ਬਣ ਜਾਏਗਾ ਨਾਵਾਂ ਨਾਮ ਦਾ ਅਰਥ ਫਿਰ ਨਾਮ ਹੈ ਇਹਨੂੰ ਪੜ੍ਹਨਾ ਨਾਵਾ ਨਾਵ ਬਿੰਦੀ ਰਹਿ ਨਾਵਾ ਜੇ ਤੂੰ ਪੜ੍ਹਿਆ ਪੰਡਤ ਬਿਨਾ ਦੋਏ ਅੱਖਰ ਦੋਏ ਨਾਵਾ ਤੂੰ ਪਰਮੇਸ਼ਰ ਦੇ ਨਾਮ ਨੂੰ ਕਿਸ਼ਤੀ ਬਣਾ ਬੇੜੀ ਬਣਾ ਅਤੇ ਉਹਦੇ ਵਿੱਚ ਸਫ਼ਰ ਫਿਰ ਤੂੰ ਕਰ ਆਪ ਪ੍ਰਣਤ ਨਾਨਕ ਏਕ ਲੰਘਾਏ ਨਾਨਕ ਜੀ ਬੇਨਤੀ ਕਰਦੇ ਨੇ ਫਿਰ ਉਹ ਇੱਕ ਪਰਮਾਤਮਾ ਸਾਰਿਆਂ ਨੂੰ ਇਸ ਭਵ ਸਾਗਰ ਤੋਂ ਪਾਰ ਕਰੇਗਾ ਪਾਰ ਕਰਨ ਦਾ ਅਰਥ ਕੀ ਹੈ ਤੈਨੂੰ ਬੁਰੇ ਕੰਮ ਕਰਨ ਤੋਂ ਰੋਕੇਗਾ ਕਿਉਂਕਿ ਤੇਰੇ ਅੰਦਰ ਗੁਣ ਜੋ ਪੈਦਾ ਹੋ ਜਾਣੇ ਨੇ ਪ੍ਰਣਤ ਨਾਨਕ ਏਕ ਲੰਘਾਏ ਜੇਕਰ ਸੱਚ ਸਮਾਵਾਂ ਜੇ ਮੈਂ ਸੱਚ ਵਿੱਚ ਸਮਾਇਆ ਰਵਾਂ ਤਾਂ ਇਹ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਹੈ ਹੇ ਪਰਮਾਤਮਾ ਜੀ ਮੈਂ ਆਪਣੀ ਗਲਤੀ ਖੁਦ ਮੰਨਦਾ ਹਾਂ ਕਿ ਤੁਹਾਡੇ ਵਿੱਚ ਤਾਂ ਗੁਣ ਹੀ ਗੁਣ ਸਨ ਜੇ ਮੈਂ ਗਲਤ ਬੰਨੇ ਪਿਆ ਹੋਇਆ ਤੇ ਮੈਂ ਆਪਣੇ ਆਪ ਨੂੰ ਖੁਦ ਆਪ ਗਲਤ ਬੰਨੇ ਪਾਇਆ ਹੋਇਆ ਮੇਰੇ ਸਾਹਿਬਾ ਹਾਂ ਪੜ੍ਹੋ ਜੀ ਹਾਂ ਆਪੇ ਭਰਮ ਭੁਲਾਣੀ ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ ਮੈਨੂੰ ਹੋਰ ਜ਼ਿੰਦਗੀ ਜਿਉਣੀ ਆਉਂਦੀ ਨਹੀਂ ਆਸਾ ਕੀ ਵਾਰ ਆਪਾਂ ਰੋਜ਼ ਪੜ੍ਹਦੇ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ ਜੁਗ ਜੁਗ ਫੇਰ ਵਟਾਈਆਂ ਗਿਆਨੀ ਬੁੱਝੇ ਤਾਂ ਮਹਾਰਾਜ ਕਹਿੰਦੇ ਨੇ ਇੱਕ ਰੱਥ ਹੈ ਇੱਕ ਰਥਵਾ ਹੈ ਇੱਕ ਰੱਥ ਹੈ ਇੱਕ ਰੱਥ ਨੂੰ ਚਲਾਉਣ ਵਾਲਾ ਹੈ ਜ਼ਿੰਦਗੀ ਰੱਥ ਹੈ ਸੁਭਾਅ ਰਥਵਾ ਹੈ ਇੰਝ ਕਹਿ ਲਓ ਵੀ ਜ਼ਿੰਦਗੀ ਗੱਡੀ ਹੈ ਅਤੇ ਸੁਭਾਅ ਡਰਾਈਵਰ ਹੈ ਅਤੇ ਜਿੱਦਾਂ ਦਾ ਡਰਾਈਵਰ ਹੋਵੇ ਗੱਡੀ ਵੀ ਜੇ ਡਰਾਈਵਰ ਤੰਦਰੁਸਤ ਹੋਵੇ ਸਾਫ਼ ਸੁਥਰਾ ਹੋਵੇ ਤਾਂ ਗੱਡੀ ਵੀ ਸਾਫ਼ ਕਰਦਾ ਅਤੇ ਜੇ ਡਰਾਈਵਰ ਹੀ ਆਲਸੀ ਜਿਹਾ ਹੋਵੇ ਗੱਡੀ ਵੀ ਲਿਬੜੀ ਰਹਿੰਦੀ ਫਿਰ ਮਾਲਕ ਨੇ ਗੱਡੀ ਰੱਖੀ ਹੋਵੇ ਨਾ ਅਤੇ ਕਿਹੜੀ ਡਰਾਈਵਰ ਬੜਾ ਤੇਜ਼ ਹੋਵੇ ਹੈ ਸਾਫ਼ ਸਫਾਈ ਵਾਲਾ ਹੋਵੇ ਅਤੇ ਉਹ ਗੱਡੀ ਹੁੰਦੀ ਜਦੋਂ ਵੇਖਿਆ ਭੁੱਖਾਂ ਰਹਿੰਦੀਆਂ ਮੁੜ ਕੇ ਡਰਾਈਵਰ ਚੇਂਜ ਹੋ ਜਾਂਦਾ ਉਹਦਾ ਆਹ ਗੱਡੀ ਭਾਈ ਉਹ ਹੀ ਹੈ ਇਹਦਾ ਜਿੱਦਾਂ ਦਾ ਡਰਾਈਵਰ ਉੱਦਾਂ ਦੀ ਗੱਡੀ ਹੋਏਗੀ ਜੇ ਡਰਾਈਵਰ ਆਲਸੀ ਹੋਏਗਾ ਤਾਂ ਗੱਡੀ ਨੂੰ ਵੀ ਉਹ ਜਿਹਾ ਰੱਖੇਗਾ ਲਿਬੜੀ ਦਿਬੜੀ ਨਾ ਸਾਫ਼ ਕਰਨੀ ਹੈ ਸੁਭਾਅ ਡਰਾਈਵਰ ਹੈ ਜ਼ਿੰਦਗੀ ਗੱਡੀ ਹੈ ਅਤੇ ਗੁਰਦੁਆਰੇ ਆਣ ਕੇ ਸਿੱਖ ਨੇ ਗੁਰੂ ਕੋਲ ਆਣ ਕੇ ਕੀ ਬਦਲਣਾ ਜੀ ਭਲਾ ਡਰਾਈਵਰ ਚੇਂਜ ਕਰਨਾ ਗੱਡੀ ਦਾ ਜਦੋਂ ਡਰਾਈਵਰ ਚੇਂਜ ਹੋ ਗਿਆ ਗੱਡੀ ਆਪਣੇ ਆਪ ਹੀ ਚੇਂਜ ਹੋ ਜਾਣੀ ਹੈ ਜੇ ਸੁਭਾਅ ਬਦਲ ਗਿਆ ਜ਼ਿੰਦਗੀ ਆਪਣੇ ਆਪ ਹੀ ਬਦਲ ਜਾਣੀ ਹੈ ਪਰ ਬੰਦਾ ਇਹ ਚਾਹੁੰਦਾ ਨਹੀਂ ਬੰਦਾ ਜਦੋਂ ਜੂੜਾ ਲਾਉਂਦਾ ਹੈ ਨਾ ਜੇ ਕਿਤੇ ਇੱਦਾਂ ਦੀਆਂ ਗੱਲਾਂ ਗੁਰਦੁਆਰੇ 'ਚ ਹੋ ਰਹੀਆਂ ਹੋਣ ਤਾਂ ਬੰਦਾ ਪਹਿਲੇ ਮਨ ਦੀ ਤਿਆਰੀ ਕਰਦਾ ਵੀ ਖਤਰਨਾਕ ਬੜੀਆਂ ਗੱਲਾਂ ਹੋ ਰਹੀਆਂ ਤੂੰ ਕਿਤੇ ਧਿਆਨ ਨਾਲ ਨਾ ਸੁਣ ਲਈ ਮਨ ਨੂੰ ਆਉਂਦਾ ਜੇ ਤੂੰ ਸੁਣ ਲਈਆ ਤਾਂ ਡਰਾਈਵਰ ਬਦਲ ਜਾਣਾ ਜੇ ਡਰਾਈਵਰ ਬਦਲ ਗਿਆ ਤਾਂ ਜ਼ਿੰਦਗੀ ਬਦਲ ਉਹ ਆਪਾਂ ਬਦਲਣੀ ਨਹੀਂ ਹੈ ਤਾਂ ਆਪਾਂ ਫੱਟੇ ਦੇ ਨਾਲ ਹੀ ਜਾਊ ਆਪਣੇ ਜਿੱਦਾਂ ਦੇ ਆਪਾਂ ਆਏ ਹਾਂ ਆਪਾਂ ਇੱਦਾਂ ਦੇ ਦੁਨੀਆਂ ਤੋਂ ਜਾਣਾ ਬਦਲਣਾ ਨਹੀਂ ਆਪਣੇ ਆਪ ਨੂੰ ਸਤਿਗੁਰ ਦੀ ਬਾਣੀ ਕਹਿੰਦੀ ਬਦਲ ਆਪਣੇ ਆਪ ਨੂੰ ਕੱਪੜੇ ਬਦਲਣਾ ਚਾਹੁੰਦਾ ਗੱਡੀ ਬਦਲਣੀ ਚਾਹੁੰਦਾ ਦਾਦਿਆਂ ਪੜਦਾਦਿਆਂ ਵੱਲੋਂ ਬਣਿਆ ਘਰ ਤੈਨੂੰ ਚੰਗਾ ਨਹੀਂ ਲੱਗਦਾ ਸੁਭਾਅ ਅਤੇ ਵਿਚਾਰਾਂ ਉਹੀ ਚੁੱਕੀ ਫਿਰਦੇ ਪੁਰਾਣੀਆਂ ਸਾਹਿਬ ਮੇਰਾ ਨੀਤ ਨਾ ਸਾਹਿਬ ਮੇਰਾ ਨਿਤ ਨਾ ਰਾਤ ਦਾ ਬਣਿਆ ਖਾਣਾ ਸਵੇਰੇ ਉੱਠ ਕੇ ਤਾਜ਼ਾ ਹੋਣਾ ਕਹਿੰਦੇ ਆਪਾਂ ਕਹਿੰਦੇ ਰਾਤ ਬਣਿਆ ਸੀ ਹਰ ਚੀਜ਼ ਸਮੇਂ ਨਾਲ ਪੁਰਾਣੀ ਹੁੰਦੀ ਹੈ ਹਰ ਚੀਜ਼ ਸਮੇਂ ਨਾਲ ਪੁਰਾਣੀ ਹੁੰਦੀ ਹੈ ਕਿਹੜਾ ਕੱਪੜਾ ਅੱਜ ਸਵਾਇਆ ਨਾ ਅੱਜ ਫਰੈਸ਼ ਹੈ ਨਵਾਂ ਹੈ ਕੱਲ੍ਹ ਮੈਨੂੰ 2 ਦਿਨ ਹੋ ਜਾਣੇ ਨੇ ਪਰਸੋਂ 3 ਹੋ ਜਾਣੇ ਨੇ ਮਹੀਨੇ ਬਾਅਦ ਕਹਾਂਗੇ 30 ਦਿਨ ਪਹਿਲਾਂ ਸਵਾਇਆ ਸੀ 6 ਮਹੀਨਿਆਂ ਬਾਅਦ ਕਹਾਂਗੇ 6 ਮਹੀਨੇ ਪਹਿਲਾਂ ਸਵਾਇਆ ਸੀ ਪੁਰਾਣਾ ਹੋ ਜਾਣਾ ਹੈ ਹਰ ਚੀਜ਼ ਸਮੇਂ ਨਾਲ ਪੁਰਾਣੀ ਹੋ ਰਹੀ ਹੈ ਪਰ ਵਿਚਾਰ ਗੁਰੂ ਵੱਲੋਂ ਦਿੱਤੇ ਹਰ ਵਕਤ ਨਵੇਂ ਨੇ ਸਾਹਿਬ ਮੇਰਾ ਨੀਤ ਨਵਾਂ ਇਹ ਨਿਤ ਨਵਾਂ ਹੈ ਜੇ ਇਹ ਸਾਹਿਬ ਨਵਾਂ ਇਹਦੇ ਵਿਚਾਰ ਗ੍ਰਹਿਣ ਕਰਕੇ ਵੇਖ ਤੂੰ ਵੀ ਫਰੈਸ਼ ਹੋਏਗਾ ਤੂੰ ਵੀ ਨਵਾਂ ਰਹੇਗਾ ਹਮੇਸ਼ਾ ਜਿਹਦੇ ਵਿਚਾਰ ਨਵੇਂ ਵਿਚਾਰਾਂ ਕਰਕੇ ਬੰਦਾ ਬਿਮਾਰ ਹੈ ਵਿਚਾਰਾਂ ਕਰਕੇ ਤੰਦਰੁਸਤ ਹੈ ਜੋ ਮੰਦਰ ਕੋ ਥੰਮ ਹੈ ਥੰਮਣ ਅਤੇ ਉਹ ਗੁਰ ਕਾ ਸ਼ਬਦ ਮਨੇ ਤੁਸੀਂ ਵੇਖਿਆ ਬੰਦਾ ਆਸ ਬੈਠਾ ਹੋਵੇ ਢਿੱਲਾ ਜਿਹਾ ਮਨ ਜਿਹਾ ਉਦਾਸ ਹੋਵੇ ਕੋਈ ਉਹਨੂੰ ਚੰਗੀਆਂ ਵਿਚਾਰਾਂ ਵਾਲਾ ਮਿਲ ਜਾਏ ਮਿੰਟਾਂ 'ਚ ਖੜਾ ਹੋ ਜਾਂਦਾ ਹੈ ਤਿਆਰ ਪਰ ਤਿਆਰ ਅਤੇ ਕੋਈ ਉਹਨੂੰ ਢੇਂਦੀ ਧੱਕੜਾਂ ਦੀਆਂ ਗੱਲਾਂ ਸੁਣਾਉਣ ਲੱਗ ਪਏ 5 ਮਿੰਟਾਂ 'ਚ ਡੁੱਬ ਪੈਂਦਾ ਇਹਦਾ ਅਰਥ ਬੰਦਾ ਵਿਚਾਰਾਂ ਕਰਕੇ ਮਜ਼ਬੂਤ ਹੈ ਅਤੇ ਵਿਚਾਰਾਂ ਕਰਕੇ ਹੀ ਡਿੱਗਾ ਹੈ ਨੁਕਸਾਨ ਹੋ ਜਾਏ ਮੰਨ ਲਓ ਕਿਸੇ ਨਾਲ ਜਵਾਨ ਪੁੱਤ ਚੜ੍ਹਾਈ ਕਰ ਜਾਏ ਉਹਦੇ ਕੋਲ ਜਾ ਕੇ ਇੱਦਾਂ ਦਾ ਕੋਈ ਬੰਦਾ ਬਹਿ ਜਾਏ ਵੀ ਭਾਈ ਘਬਰਾ ਨਾ ਨਵੀਂ ਪੁੱਤ ਦੀ ਲਾਸ਼ ਵੇਖੀ ਹੈ ਘਬਰਾ ਨਾ ਕੁਝ ਨਹੀਂ ਹੁੰਦਾ ਇਹ ਸਮਾਜ ਹੈ
ਇਥੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਚਿੰਤਾ ਉਸ ਗੱਲ ਦੀ ਕਰੀਏ ਜਿਹੜੀ ਦੁਨੀਆਂ ਨਾਲ ਨਾ ਵਾਪਰੀ ਹੋਵੇ ਸਿਰਫ ਸਾਡੇ ਨਾਲ ਵਾਪਰੀ ਹੋਵੇ ਉਹ ਇਕਦਮ ਤਿਆਰ ਹੋ ਜਾਂਦਾ ਹੈ ਬਿਲਕੁਲ ਗੁਰੂ ਸਾਹਿਬ ਦੀ ਸਾਖੀ ਸੁਣਾਏਗਾ ਇਤਿਹਾਸ ਵਿੱਚੋਂ ਘਟਨਾਵਾਂ ਸੁਣਾਏਗਾ ਸਮਾਜ ਵਿੱਚੋਂ ਗੱਲਾਂ ਸੁਣਾਏਗਾ ਉਹ ਤੇਰੇ ਤੇ ਦੋ ਨੇ ਇੱਕ ਤੇਰੇ ਕੋਲ ਬੈਠਾ ਇੱਥੇ ਇਹੋ ਜਿਹੇ ਵੀ ਬਾਪ ਹੈਗੇ ਜਿਹਨਾਂ ਦਾ ਇੱਕੋ ਇੱਕ ਸੀ ਉਹਦਾ ਵੀ ਸੰਸਕਾਰ ਆਪਣੇ ਹੱਥੀਂ ਕਰਨਾ ਪਿਆ ਤਿਆਰ ਕਰ ਪਿਆ ਅਤੇ ਜੇ ਆਪ ਢਿੰਦੀ ਕਾਲਾ ਵਾਲਾ ਕੋਈ ਇਹੋ ਜਿਹੇ ਬੰਦੇ ਮਿਲਣਗੇ ਉਹ ਲੋਹੜਾ ਮਾਰ ਦਿੱਤਾ ਰੱਬ ਨੇ ਤੁਹਾਡੇ ਜ਼ੁਲਮ ਕਰਤਾ ਰੱਬ ਨੇ ਤੁਹਾਡੇ ਰੱਬ ਨੇ ਕਹਿਰ ਕਮਾਤਾ ਤੁਹਾਡੇ 'ਤੇ ਹੁਣ ਨਹੀਂ ਗੁਰਦੁਆਰੇ ਜਾਣ ਨੂੰ ਜੀ ਕਰਦਾ ਏਦਾਂ ਦੀਆਂ ਗੱਲਾਂ ਸਾਰਾ ਕੁਝ ਲੁੱਟਿਆ ਗਿਆ ਸਾਡਾ ਪਲਾਓ ਬੀਬੀਆਂ ਇਹ ਕਹਿੰਦੀਆਂ ਹੋਣਗੀਆਂ ਜਦੋਂ ਮੀਰ ਮਨੂ ਦੀ ਜੇਲ੍ਹ 'ਚ ਸਵਾ ਸਵਾ ਮਣ ਕਣਕ ਦਾ ਆਟਾ ਪੀਂਦੀਆਂ ਹੋਣਗੀਆਂ ਉਹ ਇਹ ਕਹਿੰਦੀਆਂ ਹੋਣਗੀਆਂ ਵੀ ਰੱਬਾ ਕੀ ਫਾਇਦਾ ਹੋਇਆ ਸਾਨੂੰ ਆਹ ਤੈਨੂੰ ਦੇਖਣੇ ਸੀ ਅਸੀਂ ਜਿਹਨਾਂ ਨੂੰ ਆਪਣੇ ਹੱਥੀਂ ਜੰਮਿਆ ਤਿੰਨਾਂ ਤਿੰਨਾਂ ਮਹੀਨਿਆਂ ਦੇ ਬੱਚੇ ਆਕਾਸ਼ ਨੂੰ ਸੁੱਟ ਕੇ ਥੱਲੇ ਨੇਜੇ ਕੀਤੇ ਗਏ ਨਿੱਕੇ ਨਿੱਕੇ ਪੀਸ ਕਰਕੇ ਮਾਵਾਂ ਦੇ ਗਲਾਂ 'ਚ ਹਾਰ ਪਾ ਦਿੱਤੇ ਗਏ ਆਹ ਤੈਨੂੰ ਦੇਖਣ ਨੂੰ ਅਸੀਂ ਬੈਠੀਆਂ ਸੀ ਇੱਕ ਮਾਂ ਨੇ ਗਿਲਾ ਨਹੀਂ ਕੀਤਾ ਇੱਕ ਸਿੱਖ ਨੇ ਉਲਾਮਾ ਨਹੀਂ ਦਿੱਤਾ ਅਸੀਂ ਕਿੱਥੇ ਬੈਠੇ ਆਓ ਨਾਟਕੀ ਜੀਵਨ 'ਚੋਂ ਨਿਕਲ ਕੇ ਹਕੀਕਤ ਦਾ ਜੀਵਨ ਜੀਓ ਕੇ ਕਬੀਰ ਸੁਪਨੇ ਹੁਣ ਬਰੜਾਏ ਗਏ ਬਾਬਾ ਕਬੀਰ ਜੀ ਕਹਿੰਦਾ ਸੁਪਨਿਆਂ ਦੀ ਜ਼ਿੰਦਗੀ 'ਚੋਂ ਨਿਕਲ ਇੱਥੇ ਰਾਤ ਆਲੀ ਰਾਤ ਪੈਣੀ ਹੈ ਇਸ ਰਾਤ ਨੂੰ ਆਏ ਸੁਪਨੇ ਦੀ ਗੱਲ ਨਹੀਂ ਹੋ ਰਹੀ ਜ਼ਿੰਦਗੀ ਦੇ ਵਿੱਚ ਲੈ ਰਹੇ ਸੁਪਨਿਆਂ ਦੀ ਗੱਲ ਜਿਹੜੇ ਆਪਾਂ ਲੈ ਰਹੇ ਹਾਂ ਕਬੀਰ ਸੁਪਨੇ ਹੁਣ ਬਰੜਾਏ ਗਏ ਜੇ ਮੁੱਖ ਨਿਕਸੈ ਰਾਮ ਸੁਪਨਿਆਂ ਦੀ ਜ਼ਿੰਦਗੀ 'ਚੋਂ ਨਿਕਲ ਕੇ ਹਕੀਕਤ ਵਿੱਚ ਸੱਚ ਨਾਲ ਜੁੜ ਕੇ ਵੇਖ ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ ਕਹਿੰਦੇ ਮੈਂ ਆਪਣੇ ਚੰਮ ਦੀਆਂ ਜੁੱਤੀਆਂ ਬਣਾ ਕੇ ਇਸ ਇਨਸਾਨ ਦੇ ਕਦਮਾਂ 'ਚ ਪਾ ਦਿਆ ਜਿਹਨੂੰ ਹਕੀਕਤ ਵਾਲਾ ਜੀਵਨ ਜਿਉਣਾ ਹੋ ਗਿਆ ਆਓ ਹਕੀਕਤ ਵਾਲਾ ਜੀਵਨ ਜਿਉਣਾ ਸ਼ੁਰੂ ਕਰੀਏ ਸੱਚ ਦੇ ਪਾਂਧੀ ਬਣ ਕੇ ਗੁਰਬਾਣੀ ਖੁਦ ਪੜ੍ਹੀਏ ਖੁਦ ਵਿਚਾਰੀਏ ਖੁਦ ਸੁਣੀਏ ਖੁਦ ਮੰਥਨ ਕਰੀਏ ਤਾਂ ਕਿ ਅਸੀਂ ਸੱਚ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆਪਣੀਆਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਤੁਸੀਂ ਕੰਮ ਕਾਰ ਕਰਦਿਆਂ ਹੋਇਆਂ ਸਤਿਗੁਰ ਦੀ ਬਾਣੀ ਦੀ ਗੋਦ ਵਿੱਚ ਬੈਠ ਕੇ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ ਇਹ ਇੰਝ ਮਹਿਸੂਸ ਕਰੋ ਜਿਵੇਂ ਬੱਚਾ ਥੱਕਿਆ ਹੋਵੇ ਅਤੇ ਮਾਂ ਦੀ ਗੋਦ ਵਿੱਚ ਚਲਾ ਜਾਏ ਉਹਦਾ ਥਕੇਵਾਂ ਰਹਿੰਦਾ ਹੈ ਇੱਦਾਂ ਹੀ ਸਿੱਖ ਵਾਸਤੇ ਜਗਿਆਸੂ ਵਾਸਤੇ ਗੁਰੂ ਦੀ ਗੋਦ ਮਾਂ ਦੀ ਨਿਆਈ ਹੈ ਮੈਂ ਥੱਕਿਆ ਟੁੱਟਿਆ ਹਾਂ ਜਦੋਂ ਗੁਰੂ ਦੀ ਗੋਦ ਵਿੱਚ ਬੈਠ ਕੇ ਦੋ ਵਿਚਾਰਾਂ ਸੁਣਦਾ ਅਤੇ ਕਰਦਾ ਹਾਂ ਇਹ ਸਾਡਾ ਮਨ ਦਾ ਥਕੇਵਾਂ ਸਤਿਗੁਰ ਦੀ ਬਾਣੀ ਲਾਉਂਦੀ ਹੈ ਮਨ ਕਰਕੇ ਸਾਨੂੰ ਐਨ ਤਰੋ ਤਾਜ਼ਾ ਅਤੇ ਹਲਕਾ ਕਰਦੀ ਹੈ ਆਓ ਜੋੜ ਘਟਾਓ ਕਰੀਏ ਆਪਣੇ ਮਨ ਦੇ ਨਾਲ ਮੈਂ ਕੀ ਖੱਟਿਆ ਅਤੇ ਕੀ ਜੀਵਨ ਦੇ ਵਿੱਚ ਗਵਾਇਆ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ ਜ਼ਿੰਦਗੀ ਦੀ ਰਾਤ ਪਿਆਰਿਆ ਮੁੱਕਦੀ ਜਾ ਰਹੀ ਹੈ ਜਿੰਨਾ ਕੁ ਸਮਾਂ ਬੀਤਿਆ ਉਹ ਬੀਤ ਗਿਆ ਜਿਹੜਾ ਰਹਿ ਗਿਆ ਇਹਨੂੰ ਇੱਦਾਂ ਦਾ ਬਤੀਤ ਕਰ ਕਿ ਦੁਨੀਆਂ ਵਾਸਤੇ ਕੋਈ ਉਦਾਹਰਨ ਬਣ ਜਾਏ ਆਓ ਗੁਰੂ ਬਖਸ਼ਿਸ਼ ਕਰੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇੱਕ ਵਾਰ ਅਖੀਰ 'ਤੇ ਬਾਣੀ ਪੜ੍ਹ ਲਈਏ ਫਿਰ ਸਮਾਪਤੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ 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 ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਉਡਾਨ ਕੋਟ ਸ਼ੁਕਰਾਨਾ ਹੈ ਮਾਲਕ ਜੀ ਦਾ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕੀਤੀ ਆ ਉਹ ਰਹਿੰਦੀਆਂ ਵਿਚਾਰਾਂ